जग वाला मेला यार थोड़ी देर का हसद्या रात लंघी पता नहीं सवेर का जी। गीत गाया तो मुख्यमंत्री बाबू ब्रिशपान जी ने मैं 100 रुपया इनाम देता। मेरी माँ को अद्धी रात तक पिंड दियाँ लेडीज पिंड दियाँ बीबियाँ भैन माइया वो सारिया आके बधाई देन लग गई। नहीं बीबी तेरा तो मुंडा जमदा ही कमाऊगा। '62 ਦੇ ਵਿੱਚ ਮੇਰੀ ਰਿਕਾਰਡਿੰਗ ਹੋ ਗਈ ਹਿਜ਼ ਮਾਸਟਰ ਵੈਸ ਦੀ। ਮੇਰਾ ਪਹਿਲਾ ਗੀਤ ਸੀਗਾ ਨਹੀਂ ਮੈਂ ਚਿੱਠੀਆਂ ਕਿੱਧਰ ਨੂੰ ਪਾਵਾਂ ਜਾਂਦਾ ਹੋਇਆ ਦੱਸਣਾ ਗਿਆ ਸਾਡੇ ਨਾਲ ਜਾ ਹੋਈ ਵੈਰ ਨੇ ਹਾਏ ਉਹ ਕਿਸੇ ਨਾਲ ਨਾ ਹੋ। ਮੇਰਾ ਨਾਮ ਸਤੀਸ਼ ਕੁਮਾਰ ਹੁੰਦਾ ਸੀ। ਤੁਹਾਡਾ ਨਾਮ ਸਤੀਸ਼ ਕੁਮਾਰ ਹੈ? ਹਾਂਜੀ। ਉਦੋਂ ਗਾਇਕੀ ਬੜੀ ਔਖੀ ਹੋ ਗਈ ਜਦੋਂ ਚਮਕੀਲਾ ਦਾ ਕਤਲ ਵੀ ਹੁੰਦਾ। ਉਦੋਂ ਕਿਵੇਂ ਮਤਲਬ ਉਦੋਂ ਕਿਵੇਂ ਮੈਨੇਜ ਕੀਤਾ ਤੁਸੀਂ? ਅਸਲ ਮੈਂ ਤਾਂ ਚੱਕੀ ਲਾ ਲਈ ਸੀਗੀ ਆਟੇ ਦੀ। ਮੈਂ ਡੀਸੀ ਸਾਹਿਬ ਤੋਂ ਹਾਈ ਸਪੀਡ ਡੀਜ਼ਲ ਦਾ ਪਰਮਿਟ ਲੈ ਲਿਆ। ਉਹ ਕੈਰਸਨ ਆਇਲ ਲੈ ਕੇ ਨਾ ਵਿੱਚ ਮੋਬਾਈਲ ਪਾ ਲਈਦਾ ਹੁੰਦਾ ਸੀਗਾ। ਹਾਂਜੀ ਉਹ ਡੀਜ਼ਲ ਬਣ ਜਾਂਦਾ ਸੀਗਾ। ਉਸ ਤੋਂ ਮਗਰੋਂ ਕੀ ਹੋਇਆ ਜੀ ਇੱਥੇ ਸ਼ਾਇਦ ਧਰਮਵੀਰ ਸੀਗਾ ਨੌ ਗਵਰਨਰ ਸਾਹਿਬ ਆ ਗਏ ਜਦੋਂ ਛਾਪੇ ਮਾਰਨ ਲੱਗੇ ਮੈਂ ਡੀਜ਼ਲ ਡੀਜ਼ਲ ਡੋਲ ਦਿੱਤਾ ਅਤੇ ਉਹ ਚੜ ਗਿਆ। ਮੈਨੂੰ ਸਪਨੂ ਸਾਹਿਬ ਕਹਿਣ ਲੱਗੇ ਹੇ ਤੁਮ ਇਨਕੇ ਸਾਥ ਡਰਾਮਾ ਕਰੋਗੇ? ਮੈਂ ਕਹਿੰਦੀ ਜ਼ਰੂਰ ਜ਼ਰੂਰ ਕਰੂੰਗਾ। ਉਹ ਜਦੋਂ ਮੈਂ ਜ਼ਰੂਰ ਕਿਹਾ ਨਾ ਉਹ ਗਧੇ ਤੈਨੂੰ ਲੈਣ ਵਾਸਤੇ ਆਇਆ ਸੀ ਪਰ ਤੂੰ ਇਸ ਕਾਬਲ ਨਹੀਂ ਹੈਗਾ। ਮੈਨੂੰ ਬੜਾ ਸੱਟ ਲੱਗੀ। ਮੈਂ ਕਹਿੰਦੀ ਕਿਉਂ? ਕਹਿੰਦੇ ਤੂੰ ਜ਼ਰੂਰ ਨੂੰ ਜ਼ਰੂਰ ਕਹਿੰਦਾ। ਤੂੰ ਕਹਿੰਦੇ ਐਂ ਕਰ ਕੱਲ੍ਹ ਨੂੰ ਨਾ ਇੱਥੇ ਦਲੇ ਪਿੰਡ ਵੀ ਦਲੇ ਹੀ ਆਈ ਉੱਥੇ ਮੁੱਖ ਮੰਤਰੀ ਜੀ ਨੇ ਆਉਣਾ। ਮੈਂ ਉੱਥੇ ਆ ਗਿਆ ਉਸ ਸਟੇਜ 'ਤੇ ਮੇਰੇ ਗਾਣੇ ਗੂਣੇ ਹੋਣ ਲੱਗ ਗਏ। ਉਹਨਾਂ ਨੇ ਮੈਨੂੰ ਪਬਲਿਕ ਰਿਲੇਸ਼ਨ 'ਚ ਭਰਤੀ ਕਰ ਦਿੱਤਾ ਸਰਕਾਰੀ ਨੌਕਰੀ 'ਚ। 80 ਰੁਪਏ ਮਹੀਨਾ ਮੇਰਾ ਉੱਥੇ ਕੰਮ ਬਣ ਗਿਆ। ਰਣਜੀਤ ਕੌਰ ਦੇ ਫਾਦਰ ਪਿੰਡੋਂ ਆ ਕੇ ਲੈ ਗਏ ਕਹਿੰਦੇ ਮੇਰੀ ਬੇਟੀ ਨਾਲ ਤੁਸੀਂ ਗਾਓ ਕਿਉਂਕਿ ਮੈਂ ਰਣਜੀਤ ਕਿਉਂਕਿ ਮੈਂ ਰਣਜੀਤ ਕੌਰ ਨੂੰ ਸੁਣਿਆ ਸੀਗਾ। ਰਣਜੀਤ ਜੀ ਦੀ ਆਵਾਜ਼ ਬਹੁਤ ਚੰਗੀ ਸੀ ਸਟੇਜ ਪਰਸਨੈਲਿਟੀ ਸੀ ਅੱਛਾ ਗਾਉਂਦੇ ਸੀਗੇ। ਮੈਨੂੰ ਪਬਲਿਕ ਰਿਲੇਸ਼ਨ ਦਾ ਵੀ ਤਜਰਬਾ ਸੀਗਾ। ਮੈਂ ਵੈਸੇ ਵੀ 10-12 ਸਾਲ ਉਹਨਾਂ ਤੋਂ ਵੱਡਾ ਸੀਗਾ ਸੰਗੀਤ ਸਿੱਖਿਆ ਹੋਇਆ ਸੀਗਾ। ਚਲੋ ਸਾਡੀ ਰਿਕਾਰਡਿੰਗ ਹੋਣੀ ਸ਼ੁਰੂ ਹੋ ਗਈ ਬਸ ਅੱਜ ਹੋਰ ਕੱਲ੍ਹ ਹੋਰ ਅੱਜ ਹੋਰ ਕੱਲ੍ਹ ਹੋਰ। ਸਿੱਧੂ ਸਾਹਿਬ ਤੁਸੀਂ ਹੈਰਾਨ ਹੋਵੋਗੇ ਦੁਨੀਆ ਇੰਨੀ ਸੀ ਵੀ ਸਾਡਾ ਖੜਾ ਸਟੇਜ 'ਤੇ ਨਹੀਂ ਸੀ ਲੱਗਿਆ ਕੋਠੇ 'ਤੇ ਲੱਗਿਆ ਸੀ। ਹੱਥਾਂ ਨੂੰ ਮਹਿੰਦੀ ਓ ਮਹਿੰਦੀ ਨੀ ਮਹਿੰਦੀ ਹੱਥਾਂ ਨੂੰ ਮਹਿੰਦੀ ਫੇਰ ਲਾ ਲਵੀ ਹੱਥਾਂ ਨੂੰ ਮਹਿੰਦੀ ਫੇਰ ਲਾ ਲਵੀ ਪਹਿਲਾਂ ਯਾਰ ਦੀ ਕੁੰਡੀ ਨੂੰ ਅੱਗ ਪਾ ਦੇ। ਇਸ ਕਿੱਤੇ ਨੂੰ ਇੰਨਾ ਭੈੜਾ ਸਮਝਦੇ ਸੀ ਨਾ ਵੀ ਇਹ ਤਾਂ ਜੀ ਕੰਮ ਹੀ ਕੰਜਰਾਂ ਦਾ। ਇੱਕ ਪ੍ਰੋਗਰਾਮ 'ਤੇ ਮੈਨੂੰ ਮੁੰਡੇ ਦੇ ਫਾਦਰ ਨੇ ਗੁਰਦਾਸ ਮਾਨ ਜੀ ਦੇ ਪਿਤਾ ਨੂੰ ਬੁਲਾਤਾ। ਅੱਛਾ ਜੀ। ਉਹ ਚੇਅਰਮੈਨ ਸੀਗੇ ਜੀ। ਮੈਂ ਉਹਨਾਂ ਦੇ ਪੈਰੀ ਹੱਥ ਲਾਇਆ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਮੈਂ ਕਹਿ ਬੈਠਾ ਭਾਅ ਜੀ ਤੁਹਾਡੇ ਮੁੰਡੇ ਨੇ ਬੜਾ ਨਾਂ ਪੈਦਾ ਕੀਤਾ। ਛੱਡੋ ਜੀ ਕਹਿੰਦੇ ਕਿਹੜੇ ਕੰਮ ਜਾਂ ਵਾਲੇ ਕੰਮ 'ਚ ਪੈ ਗਿਆ। ਮੈਂ ਹੈਰਾਨ ਰਹਿ ਗਿਆ। ਅਤੇ ਮੇਰੇ ਬਰਾਬਰ ਇੱਕ 18-19 ਸਾਲ ਦਾ ਮੁੰਡਾ ਵੈਲੀ ਸੀ ਉਹ ਮੈਨੂੰ ਕਹਿੰਦਾ ਬਾਂਹ ਬਾਹਰ ਨਹੀਂ ਰੱਖੀ ਦੀ। ਮੈਂ ਕਿਉਂ? ਵੱਢ ਦਿੰਦਾ ਕੋਈ ਵੱਢ ਦਿੰਦਾ ਹੁੰਦਾ ਹੱਥ 'ਚ ਗਡਾਸੀ ਚਮਕੇ। ਯਾਰ ਇਹ ਤਾਂ ਬੜਾ ਖਤਰਨਾਕ ਆਦਮੀ ਹੈ। ਅਤੇ ਮੈਂ ਇੱਥੋਂ ਹੌਲੀ ਦੇ ਕੇ ਰਿਵਾਲਵਰ ਕੱਢਿਆ। ਮੈਂ ਕਹਿੰਦੀ ਬਾਂਹ ਵੱਢੀ ਜਾਵੇ ਨਾ ਆਹ ਤਾਂ ਇੱਕ ਉਂਗਲੀ ਗਾਲੀ ਚੱਲਦਾ ਇਹਨੂੰ ਜ਼ਿਆਦਾ ਲੋੜ ਨਹੀਂ ਪੈਂਦੀ। ਹਜੇ ਤੱਕ ਵੀ ਕੋਈ ਆਏ ਨਹੀਂ ਪੌੜੀਆਂ ਵੀ ਚੜ੍ਹ ਕੇ ਆਏ ਹੈ ਅਤੇ ਬਾਸੀ ਲੋਕਾਂ 'ਚ ਵਿਚਰਦੇ ਵੀ ਦੇਖਦੇ ਹਾਂ ਅਤੇ ਪੂਰਾ ਉਵੇਂ ਗਾ ਵੀ ਲੈਂਦੇ ਹਾਂ ਤੁਸੀਂ ਹਜੇ ਵੀ ਸਟੇਜ ਸ਼ੋਅ ਕਰਦੇ ਹਾਂ। ਸਿੱਧੂ ਸਾਹਿਬ ਹਾਂਜੀ ਪੌੜੀਆਂ ਬਣੀਆਂ ਹੋਈਆਂ ਨੇ ਚੜ੍ਹਨ ਵਾਸਤੇ। ਦੋਸਤੋ ਅੱਜ ਆਪਾਂ ਜਿਸ ਸ਼ਖਸ ਦੀ ਇੰਟਰਵਿਊ ਕਰਨੀ ਹੈ ਜਿਸ ਸ਼ਖਸੀਅਤ ਦੀ ਇੰਟਰਵਿਊ ਕਰਨੀ ਹੈ ਉਹਨਾਂ ਦਾ ਨਾਮ ਜਦੋਂ ਮੈਂ ਦੱਸੂੰਗਾ ਤਾਂ
ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਹੈ ਕਿ ਉਹ ਇੰਟਰਵਿਊ ਕਿੰਨੀ ਕੁ ਖਾਸ ਰਹਿਣ ਵਾਲੀ ਹੈ। ਅੱਜ ਸਾਡੇ ਨਾਲ ਰਹਿਣਗੇ ਜਨਾਬ ਮੁਹੰਮਦ ਸਦੀਕ ਜੀ, ਜਿਨ੍ਹਾਂ ਦਾ ਪੰਜਾਬ ਦੀ ਗਾਇਕੀ ਦੇ ਵਿੱਚ ਨਾਮ ਬੱਚੇ ਬੱਚੇ ਦੀ ਜ਼ੁਬਾਨ 'ਤੇ, ਅਤੇ ਉਹ ਸਮੇਂ ਜਦੋਂ ਇੱਕ ਦੌਰ ਕਿਹਾ ਜਾਂਦਾ ਸੀ ਕਿ ਜਿਸ ਦੌਰ ਵਿੱਚ ਬੜੇ ਇਸ ਖਿੱਤੇ 'ਚੋਂ ਪਿੱਛੇ ਹਟ ਕੇ ਉਸ ਸਮੇਂ ਵੀ ਡਟੇ ਰਹੇ, ਕਿਵੇਂ ਸੰਘਰਸ਼ ਕਰਕੇ ਕਾਮ ਘਰ ਤੋਂ ਐਡਾ ਨਾਮ ਬਣਾਇਆ, MLA ਬਣੇ, MP ਬਣੇ, ਅੱਜ ਪੂਰੀ ਦੁਨੀਆ ਦੇ ਵਿੱਚ ਜਿਹੜਾ ਉਹਨਾਂ ਦਾ ਨਾਮ ਹੈ। ਨਾਲ ਹੀ ਇੱਕ ਹੋਰ ਵੱਡੀ ਗੱਲ ਹੈ ਕਿ ਨਾਮ ਬਣਨ ਤੋਂ ਬਾਅਦ ਹੰਕਾਰ ਨਾ ਆਉਣਾ, ਇੱਕ ਉਹੀ ਸਾਦਾਪਨ ਰਹਿਣਾ, ਆਮ ਲੋਕਾਂ ਵਾਂਗ ਰਹਿਣਾ, ਇਹ ਵੀ ਵੱਡੀ ਗੱਲ ਹੁੰਦੀ ਹੈ। ਤਾਂ ਉਹ ਸ਼ਖਸੀਅਤ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਸਦੀਕ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ। ਸਿੱਧੂ ਸਾਹਿਬ, ਮੈਂ ਸਭ ਤੋਂ ਪਹਿਲਾਂ ਲੋਕ ਆਵਾਜ਼ TV ਚੈਨਲ ਦੇ ਦੇਖਣ ਵਾਲਿਆਂ ਨੂੰ ਅਤੇ ਸੁਣਨ ਵਾਲਿਆਂ ਨੂੰ ਅਦਬ ਅਤੇ ਸਤਿਕਾਰ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿਣਾ। ਮੇਰਾ ਖਿਆਲ ਹੈ ਉਹ ਕਬੂਲ ਕਰਨਗੇ। ਸਤਿ ਸ਼੍ਰੀ ਅਕਾਲ ਸਦੀਕ ਸਾਹਿਬ। ਆਪਾਂ ਸ਼ੁਰੂਆਤ 'ਤੇ ਚੱਲਦੇ ਹਾਂ ਜੀ। ਜੀ, ਗਾਇਕੀ ਦੀ ਸ਼ੁਰੂਆਤ ਕਦੋਂ ਹੋਈ? ਸਿੱਧੂ ਸਾਹਿਬ, ਜਦੋਂ ਮੈਂ ਸਕੂਲ ਦੇ ਵਿੱਚ ਪੜ੍ਹਦਾ ਸੀ 5ਵੀਂ ਜਮਾਤ ਦੇ ਵਿੱਚ, ਉਦੋਂ ਜਿਹੜੇ ਸਾਡੇ ਟੀਚਰ ਸੀਗੇ ਜੀ, ਉਹ ਕਿਤੇ ਕਿਤੇ ਮੈਨੂੰ ਕਹਿ ਦਿੰਦੇ ਸੀਗੇ, ਜਿਸ ਦਿਨ ਮਤਲਬ ਬਾਲ ਸਭਾ ਹੁੰਦੀ ਸੀ ਜੀ, ਉਹ ਕਾਕਾ ਕੋਈ ਗਾਣਾ ਸੁਣਾ ਜੀ। ਤੋ ਮੈਨੂੰ ਥੋੜ੍ਹਾ ਥੋੜ੍ਹਾ ਸ਼ੌਕ ਸੀਗਾ, ਮੈਂ ਕੋਈ ਫਿਲਮੀ ਗੀਤ ਚੇਤੇ ਕਰਕੇ ਉਹਨਾਂ ਨੂੰ ਸੁਣਾ ਦਿੰਦਾ ਹੁੰਦਾ ਸੀਗਾ ਜੀ। ਉਦੋਂ ਖੈਰ ਮੈਨੂੰ ਬੜਾ ਉਤਸ਼ਾਹਿਤ ਕੀਤਾ ਮੇਰੇ ਟੀਚਰਸ ਨੇ ਜੀ। ਉਦੋਂ ਪੈਪਸੂ ਅਤੇ ਪੰਜਾਬ ਇਕੱਠੇ ਸੀਗੇ, ਠੀਕ ਹੈ? ਨਾ, ਇਕੱਠੇ ਨਹੀਂ ਸੀਗੇ, ਅਲੱਗ ਅਲੱਗ ਸੀਗੇ ਜੀ। ਅਸੀਂ ਪੈਪਸੂ 'ਚ ਰਹਿੰਦੇ ਸੀ, ਪੈਪਸੂ ਦੇ ਮੁੱਖ ਮੰਤਰੀ ਸੀਗੇ ਬਾਬੂ ਬ੍ਰਿਸ਼ਪਾਲ ਜੀ, ਉਹ ਕੁੱਪ ਪਿੰਡ ਵਿੱਚ ਆਏ ਜਿੱਥੇ ਮੇਰੀ ਰਿਹਾਇਸ਼ ਸੀਗੀ ਜੀ। ਉਹਨਾਂ ਦੀ ਸਟੇਜ 'ਤੇ ਮੈਨੂੰ ਮੇਰੇ ਟੀਚਰਸ ਨੇ, ਸਾਡੀ ਪੰਚਾਇਤ ਨੇ ਖੜ੍ਹੇ ਕਰ ਦਿੱਤਾ ਜੀ, ਕਾਕਾ ਗਾਣਾ ਗਾ, ਠੀਕ ਹੈ, ਮੁੱਖ ਮੰਤਰੀ ਸਟੇਜ 'ਤੇ। ਹਾਂ ਜੀ ਜੀ। ਅਤੇ ਉਦੋਂ ਇੰਨੀ ਸਿਕਿਉਰਿਟੀ ਜਾਂ ਉਦੋਂ ਇੰਨਾ ਅਲੱਗ ਪਣ ਨਹੀਂ ਸੀ ਹੁੰਦਾ। ਅੱਛਾ ਜੀ। ਹੁਣ ਬੜੇ ਸਧਾਰਨ ਲੋਕ ਵੀ ਮੁੱਖ ਮੰਤਰੀ ਜੀ ਨੂੰ ਕੋਲ ਜਾ ਕੇ ਮਿਲਦੇ ਸੀਗੇ, ਮੁੱਖ ਮੰਤਰੀ ਜੀ ਵੀ ਲੋਕਾਂ ਦੇ ਵਿੱਚ ਚਲੇ ਜਾਂਦੇ ਸੀ, ਕੋਈ ਐਸੀ ਗੱਲ ਨਹੀਂ ਸੀਗੀ। ਇਹ ਤਾਂ ਅੱਤਵਾਦ ਨੇ ਸਾਰਾ ਕੰਮ ਖਰਾਬ ਕੀਤਾ, ਅਦਰਵਾਈਜ਼ ਇੱਕ ਦੂਜੇ ਤੋਂ ਕੋਈ ਡਰਦਾ ਨਹੀਂ ਸੀ, ਕੋਈ ਭੈ ਨਹੀਂ ਸੀ, ਮਤਲਬ ਕੋਈ ਸ਼ੱਕ ਸ਼ੁਭਾ ਨਹੀਂ ਸੀ। ਖੈਰ, ਉਦੋਂ ਜਦੋਂ ਮੈਂ ਸਟੇਜ 'ਤੇ ਗੀਤ ਗਾਇਆ, ਮੁਹੰਮਦ ਰਫੀ ਸਾਹਿਬ ਦਾ ਗੀਤ ਸੀਗਾ ਇੱਕ ਉਹਨਾਂ ਦਿਨਾਂ 'ਚ ਬੜਾ ਮਸ਼ਹੂਰ, ਜੱਗ ਵਾਲਾ ਮੇਲਾ ਯਾਰ ਉਹ ਥੋੜ੍ਹੀ ਦੇਰ ਦਾ, ਹੱਸਦਿਆਂ ਰਾਤ ਲੰਘੀ ਪਤਾ ਨਹੀਂ ਸਵੇਰ ਦਾ, ਇਹ ਗੀਤ ਗਾਇਆ ਤਾਂ ਮੁੱਖ ਮੰਤਰੀ ਬਾਬੂ ਬ੍ਰਿਸ਼ਪਾਲ ਜੀ ਨੇ ਮੈਨੂੰ 100 ਰੁਪਈਆ ਇਨਾਮ ਦਿੱਤਾ। ਉਸ ਸਮੇਂ 'ਚ ਮੇਰਾ ਖਿਆਲ ਹੈ 100 ਰੁਪਈਆ ਕਿਸੇ ਕੋਲ ਹੀ ਹੋਊਗਾ, ਅਤੇ ਨੋਟ ਵੀ ਵੱਡਾ ਸਾਰਾ ਸੀਗਾ ਜੀ। ਅਤੇ ਕਹਿੰਦਾ ਮੈਂ ਤਾਂ ਬੱਚਾ ਸੀਗਾ, 5ਵੀਂ ਜਮਾਤ 'ਚ ਪੜ੍ਹਦਾ ਸੀ, ਮੈਨੂੰ ਉਹਦੀ ਵੈਲਿਊ ਦਾ ਪਤਾ ਨਹੀਂ ਸੀਗਾ। ਲੇਕਿਨ ਉਹ ਜਦੋਂ ਘਰਦਿਆਂ ਨੂੰ 100 ਰੁਪਈਆ ਮਿਲਿਆ, ਮੇਰੀ ਮਾਂ ਨੂੰ ਅੱਧੀ ਰਾਤ ਤੱਕ ਪਿੰਡ ਦੀਆਂ ਲੇਡੀਜ਼, ਪਿੰਡ ਦੀਆਂ ਬੀਬੀਆਂ, ਭੈਣਾਂ, ਮਾਈਆਂ, ਉਹ ਸਾਰੀਆਂ ਆ ਕੇ ਵਧਾਈ ਦੇਣ ਲੱਗ ਗਈਆਂ, ਨਹੀਂ ਬੀਬੀ ਤੇਰਾ ਤਾਂ ਮੁੰਡਾ ਜੰਮਦਾ ਹੀ ਕਮਾਊਗਾ, ਨਹੀਂ ਬੀਬੀ ਤੇਰਾ ਤਾਂ ਮੁੰਡਾ, ਪਰ ਪੁੱਛੋ ਕੁਛ ਨਾ। ਉਸ ਉਹਨਾਂ ਆਸ਼ੀਰਵਾਦਾਂ ਨੇ ਕਹਿ ਲਓ ਜਾਂ ਉਹਨਾਂ ਗੱਲਾਂ ਨੇ ਮੇਰੀ ਜ਼ਿੰਦਗੀ ਦਾ ਐਸਾ ਮੋੜ ਵੱਟਿਆ, ਐਸਾ ਟਰਨਿੰਗ ਪੁਆਇੰਟ ਆਇਆ ਜ਼ਿੰਦਗੀ 'ਚ, ਵੀ ਮੈਨੂੰ ਸੰਗੀਤ ਸਿੱਖਣ ਵਾਸਤੇ ਮੇਰੇ ਪੇਰੈਂਟਸ ਨੇ, ਮੇਰੇ ਉਸਤਾਦ ਜੀ ਬਾਕਰ ਹੁਸੈਨ ਜੋ ਕਿ ਪਟਿਆਲੇ ਘਰਾਣੇ ਦੇ ਸੀਗੇ, ਮਲੇਰਕੋਟਲੇ ਰਹਿੰਦੇ ਸੀਗੇ, ਮੈਨੂੰ ਉਹਨਾਂ ਕੋਲ ਭੇਜ ਦਿੱਤਾ ਕਲਾਸੀਕਲ ਸੰਗੀਤ ਸਿੱਖਣ ਨੂੰ। ਤਾਂ ਮੈਂ ਉਹਨਾਂ ਤੋਂ ਥੋੜ੍ਹਾ ਥੋੜ੍ਹਾ ਸਿੱਖਦਾ ਰਿਹਾ। ਮੈਂ 6 ਭੈਣ ਭਰਾਵਾਂ 'ਚੋਂ ਥੋੜ੍ਹਾ ਜਿਹਾ ਵੱਡਾ ਹੋਇਆ ਅਤੇ ਜ਼ਿੰਮੇਵਾਰੀਆਂ ਪੈ ਗਈਆਂ। ਤੁਸੀਂ ਸਭ ਤੋਂ ਵੱਡੇ ਸੀ? ਸਭ ਤੋਂ ਵੱਡਾ ਮੈਂ ਸੀ, ਮੈਂ ਤੋਂ ਛੋਟੇ 2 ਭਰਾ ਅਤੇ 3 ਭੈਣਾਂ ਸਨ। ਠੀਕ ਹੈ ਜੀ। ਅਤੇ ਉਦੋਂ ਜਦੋਂ ਜ਼ਿੰਮੇਵਾਰੀ ਆਈ ਅਤੇ ਕਮਾਈ ਦਾ ਕੋਈ ਸਾਧਨ ਨਹੀਂ ਸੀ, ਠੀਕ ਹੈ, ਅਤੇ ਮੈਂ ਇੱਕ ਨਾਟਕ ਮੰਡਲੀ ਜੀ ਜਿਹੜੀ ਕਿ UP 'ਚੋਂ ਆਉਂਦੀ ਹੁੰਦੀ ਸੀਗੀ, ਪੰਜਾਬ ਦੇ ਵਿੱਚੋਂ ਕਈ ਵਾਰੀ ਡਰਾਮੇ ਕਰਦੇ ਸੀਗੇ, ਪੂਰਨ ਭਗਤ, ਸਰਵਣ ਕੁਮਾਰ, ਰੂਪ ਬਸੰਤ, ਰਾਜਾ ਹਰੀਸ਼ ਚੰਦਰ, ਇਹੋ ਜਿਹੇ ਡਰਾਮੇ ਕਰਦੇ ਸੀਗੇ ਹਿੰਦੀ ਦੇ, ਅਤੇ ਦੁਸ਼ਹਿਰੇ ਦੇ ਦਿਨਾਂ 'ਚ ਉਹ ਰਾਮਲੀਲਾ ਵੀ ਕਰਦੇ ਸੀ, ਠੀਕ ਹੈ, ਅਤੇ ਮੈਂ ਉਹਨਾਂ ਨਾਲ ਕੰਮ ਕਰਨ ਲੱਗ ਗਿਆ ਜੀ, ਅਤੇ ਮੇਰੀ ਤਨਖਾਹ ਹੋ ਗਈ 15 ਰੁਪਈਏ ਮਹੀਨਾ। ਹਾਂਜੀ। ਅਤੇ ਹੌਲੀ ਹੌਲੀ ਮੇਰਾ ਜ਼ਿਹਨ ਇੱਧਰ ਨੂੰ, 15 ਰੁਪਏ ਮਹੀਨਾ ਕਿਹੜੇ ਸਨ ਦੀ ਗੱਲ ਹੈ ਇਹ? ਅਤੇ ਮੇਰਾ ਖਿਆਲ ਹੈ ਵੀ ਉਦੋਂ 54 ਦੀ ਗੱਲ ਹੈ। ਅੱਜ ਦੇ 15,000 ਤੋਂ ਉੱਤੇ ਸੀ? ਦੇਖੋ, ਮੈਨੂੰ 15,000 ਦਾ ਤਾਂ ਪਤਾ ਨਹੀਂ, ਲੇਕਿਨ 15 ਰੁਪਈਏ ਮੇਰੇ ਵਾਸਤੇ ਬਹੁਤ ਸੀਗੇ। ਠੀਕ ਹੈ। ਹਾਂਜੀ, ਰੋਟੀ ਮੈਂ ਉੱਥੋਂ ਖਾ ਲੈਂਦਾ ਸੀਗਾ, ਉਹ 15 ਰੁਪਈਏ ਮੈਂ ਘਰ ਵਾਲੇ ਦੇ ਦਿੰਦਾ ਸੀ। ਚਲੋ ਖੈਰ, ਸਸਤਾ ਜ਼ਮਾਨਾ ਸੀ, ਠੀਕ ਗੁਜ਼ਾਰਾ ਹੋ ਰਿਹਾ ਸੀਗਾ। ਹਾਂਜੀ। ਅਤੇ ਲੇਕਿਨ ਮੇਰਾ ਜ਼ਿਹਨ ਇੱਧਰ ਨੂੰ ਲੱਗ ਗਿਆ,
मैं हौली हौली मेरा कोई 3 महीने मगरों 20 रुपये तनख्वाह हो गई। ठीक है जी। और 6 महीने मगरों उस कंपनी मेरी तनख्वाह 50 रुपये हो गई। बहुत छेती तरक्की हुई। बहुत छेती तरक्की हुई क्योंकि मेरा जहन इन्ना लग गया। मैनू एक बारी मैं छोटे छोटे ड्रामे होंगे सके ना जी। मैं उस गीत गाँव हों तो अंबाले असी ड्रामा कर रहे थे उतों की कोई क्लब सी लोकल वो क्लब के मैंबर 3-4 मेरे मैनेजर को आ गए सपरू साहब से साढ़े मैनेजर वो कह लगे भी जो मुंडा गाँव छोटा जहा बी असी एक ड्रामा करना लैला मजनू ये सानू देवो असी तो रोल करा छोटे मजनू का कैसो का ना हों मैं बुला लिया उन्होंने मैनू सपरू साहब कह लगे ए तुम इनके साथ ड्रामा करोगे मैंने कहा जी जरूर जरूर करूँगा और जब मैं जरूर कहा ना वो तिने बंदे जोड़े लैन आए थे वो एक दूए का मूँह देखिया और सिर जहा हिला के सपरू साहब न सत श्रीकाल बुला के हो मतलब हैलो कह के चले गए। तो मैं क्या मैं जी ये कहदे वास्ते आया सी गधे तेनू लैन वास्ते आया सी पर तू इस काबिल नहीं हैगा। मैनू बड़ा सट लगी मैं जी क्यों कहते तू जरूर नू जरूर कहना उन्होंने उर्दू का ड्रामा करना तेरी भाषा ठीक नहीं है जबान ही ठीक नहीं है तेरी। मैं बड़ा अचंभे च होया भी ये जबान किमें ठीक होंगी है किसी रीति होंगी है चाकू नाल होंगी हुंदा की है मैंने समझ ना आई। मैं कहा जी ये किमें होंगी है कहते तू ऐ करा कर थोड़ा थोड़ा उर्दू पढ़ा कर। ठीक है। तो मैं जी एक अखबार लवा लिया हिंद समाचार से शायद वह नाम जी वो मैं हौली हौली पढ़ लिया करा पर पढ़ने नाल भी नहीं होंगी ना मैं ज़्यादा फिर शौक यह होया बई जेड़े लोग मेरे नाल जिन्हें नाल मैं कम करता सी वो जेड़े सीनियर आर्टिस्ट स्टेज पर कम करते सीगे मैं उन्होंने प्रोमट देन लग गया प्रोमट दीदा पिछे खड़ के डायलॉग का पहला बोल बोल दीदा हुंदा अगला बोल आर्टिस्ट आप बोल दिंदा उन्हें याद हुंदा वो प्रोमट दिंदिया दिंदिया ना मैनू सुनने का मौका मिलया भी ये किमें बोलते ने है जी। तुसी अंदाजा लाओ सिद्धू साहब भी सर्दी के दिन होंगे सके हर आर्टिस्ट अपना रोल करके जाके अंगीठी को बैठता सी दो अंगीठिया होंगे सी लेकिन मैं नहीं जाता मैं उत्थे स्टेज के विंग से खड़ा रहा तो प्रमट दिता रहा जो प्रमट का नहीं बेड़ा होंगे सगा तो मैं उदों भी खड़ा रहा मैनू बड़ा कहा सारे ने तेन ठंड लग जूगी है तू अंदर जा आ जा कर सारे सेकते ने पर मैनू शौक इन्ना हो गया भी नहीं जे मैं अंगीठी को बैठ गया है फिर मैं बैठा ही रहूँगा सेक ही जाऊँगा हौली 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 मेरी जबान शुद्ध होन लगी जी। तो मैं समझदा भी उतों मैं काफ़ी कुछ सीखने को मिलया है जी। तो इस तरह मेरी जिंदगी दे विच एक टर्निंग पॉइंट आया मैं स्कूल तो छड़ के नाटक मंडली नाटक मंडली तो बाद फिर मैं गाना शुरू कर लिया। पहला गाना कहड़ा आया सी? दरअसल इहदी एक कहानी लंबी है। लंबी सुनाओ जी। मैनू वायलन बजाउण दा शौक सी। अच्छा जी। मैं वायलन बजाउंदा हुंदा सीगा मैं उधरों छुट्टी लैके जो घर आया नाटक मंडली तो ठीक है जी। तो साढ़े पिंड एक पटवारी सीगे नराता सिंह जी वो पदौड़ लगे हुए सी वो क्योंकि मैं पदौड़ ड्रामे करे आया सीगा नाटक मंडली नाल तो उत्थे किसी ने कहता कहिंदा यार वो जिहड़ा मुंडा मेरा नाम सतीश कुमार हुंदा सी वो जिहड़ा सतीश कुमार है जे कितें आपां रामलीला दे दिन सतीश कुमार है हाँ जी जे उन्होंने सतीश कुमार रामलीला दे दिनां च बुला लीजिए है जी तो रौनक लग जूगी नाले वायलन बजाउंदा वो मैनू आके जदों गल कीती तो मैं उन्होंने तो 100 रुपये मंगया दस दिंदा तो 80 रुपये च मन गए मैं उत्थे चलिया गया। वो जो ड्रामे दे विच डायरैक्टर साहब ड्रामे की रिहर्सल कराउंदे सीगे वो मुंडे हुण बेचारे दुकानदार या पढ़न वाले मुंडे नवें वो ठीक नहीं सी करदे तो मैं कहा जी मैं करके दिखावा जो मैं किया ना हाँ जी वो डायरैक्टर कहता तू हूँ करना तू इतने बह जा इन्हों सिखा मेरा तो सिर दुखन लग गया कोच बन गया मैं उन्होंने सिखाने लग गया रात में मैं स्टेज के उत्ते वायलन बजाता सीगा उदो एक बड़ा प्यारा गीत हुंदा सीगा जरा सामने तो आओ छलिए छुप छुप मिलने क्या बात है यूँ छुप ना सकेगा परमात्मा
ऐसा कोई गीत सीगा वो मैं बड़ा वधिया बजाउंदा सीगा लोकी रेडियो ते सुणदे सी जदों वैन ते सुणदे सी वो खुश हुंदे सीगे वो 10 दिन कम करके बल्कि उन्होंने डेटा बधा लईआं 13 दिन उन्होंने कम किया वो 13 दिन कम करके मैं तो वापस आ गया उत्थे सरकारी ड्रामा पार्टी चली गई ड्रामा पार्टी के इंस्पैक्टर सीगे सरदार गुरदेव सिंह मान उन्हां विच इक मुंडा वो मैं इत्थों ही वैलन सीखिया सीगा माड़ी मोटी प्रेमी प्राणनाथ प्रेमी उन्हें यह जो गीत बजाया ना तो बच्चों लोग कहते यार छड़ 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 परे वो सतीश कुमार बजा गया जिहड़ा बजाउणा सीगा तो उन्हें छड़ परे तू रहण दे वो जो टोकिया तो ड्रामा इंस्पैक्टर को गुस्सा आ गया तो उन्हें स्टेज तो बंदे झाड़ दिते तो ड्राबा भी दिता तुम्हें पता है सरकारी स्टेज है हुण ही अंदर करवा दूंगा खबरदार जो कोई बोलिया वो जिहड़ा मेरे पिंड का पटवारी सी वो कह लगा मान साहब गुस्से ना होवो साडे पिंड का मुंडा एक मुहम्मद सदीक है हाँ जी तो वह वायलन बजा के गया इतने 12-13 दिन तो इन्होंने चंगी लगी इन्होंने इन्हें टोक दिता कोई खास गल नहीं है कहता तुहाड़ा पिंड केड़ा कहता मेरा पिंड कुप है हाँ जी उन्होंने दूजे दिन ड्रामा सीगा डेलो इतने मुख्यमंत्री जी ने आना सीगा सरदार प्रताप सिंह कैरो ने डेलो के कोल तो वह आते हुए साडे कुप के अड्डे से एक चाह की दुकान एक साइकिल समारन की दुकान होती वो चाह की दुकान से जी चाह बनाने वाला बंदा सी उसके घरवाली एक चिट दे गए भी मुहम्मद सदीक नूं डेलो भेज दो कहते सरकार ने बुलाया वो बेचारी डरदी आई घरे कहती भाई तेनू बुलाया सरकार कहती सरकारी गड्डी है डेलो चले जा मैं क्या अच्छा मैं जी चलिया गया मैनू जो मिले मैं क्या जी हाँ जी दसो की गल है वो कहते भाई तू की जानता मैं हारमोनियम भी जानता होर मैं वायलिन जानता गा लैंदा मैं गा भी लैंदा तू कहते ऐ कर कल नूं ना इत्थे दिले पिंड है भी दिले ही आई उत्थे मुख्यमंत्री जी ने आना मैं उत्थे आ गया उस स्टेज ते मेरे गाने गूने होण लग गए उन्होंने मैनू पब्लिक रिलेशन च भर्ती कर लिया अच्छा ये सन 60 की या 61 की गल है सरकारी नौकरी चले गए सरकारी नौकरी 80 रुपये महीना मेरा उत्थे काम बन गया अच्छा जी महीना साल डेढ़ साल तो बाद साढ़े ड्रामा इंस्पैक्टर साहब जोड़े से उन्होंने लीडर बनने का शौक हो गया उन्होंने रिजाइन कर दिता मेरी प्रमोशन हो गई मैं ड्रामा इंस्पैक्टर बन गया ठीक है जी फिर मैं स्टेजा संभालन लग गया किसी MLA ने आना DC साहब ने आना किसी मंत्री ने आना मैं स्टेज संभाल ली है जी बल्कि कई हादसे दी गल एक बार DC साहब ने आना सगा मैं लोगों ने कहा बह जाओ यार बह जाओ इधर हटो DC साहब ने आना एक बंदा कहता DC आ कड़ा थानेदार है फिर मैं उदो समझा भी थानेदार तो डरते नहीं DC तो नहीं डरते मिलते हो तजर्बा बड़ा आता लोग की समझते हैं की कहें कहते DC आ कड़ा थानेदार है मैं अच्छा तुम थानेदार तो डरते हो DC तो उदी गल है सिद्धू साहब बड़ा मजेदार चलो खैर उदो मैं स्पेस मारन लग गया फिर मैं साढ़े एक असिस्टेंट DPRO होंगे ने PRO होंगे ने हाँ जी उन्होंने मैं सलाह दी कहते यार फिर मैं 62 के मेरी रिकॉर्डिंग हो गई हिज मास्टर बैच की मेरा पहला गीत सगा नहीं मैं चिट्ठियाँ किधर रूपा मैं जानता हुआ दसना गया हसलबुरी साहब सुरगे उन्होंने एक गीत लिखा हुआ सगा वो मैं गाया सिंगल सगा तो बाहर के फिर मैं रेडियो स्टेशन जलंधर तो ऑल इंडिया रेडियो स्टेशन जलंधर मैं उतों पास हो गया मैं एडमिशन दिता तो पास हो गया ठीक है जी सन 65 के मेरे वो APRO साहब कहते सदीक 65 तक मेरी रिकॉर्डिंग काफ़ी हो गई सी ठीक है जी सदीक तू नौकरी छड़ दे वो तो 200 रुपया महीना मिलता सी नौकरी छड़ दे तेरा काम चल जाना ठीक है जी कहते हाँ तो कुदरती गल मैनू एक गाने वाली पार्टी उतों इतने ले आई ठीक है लुधियाने कुड़ी का नाम से राजेंद्र राजन ठीक है जी है जी वो इतने पवरा साहब थे उन्होंने को चलो मैं राजेंद्र राजन नाल गाउण लग गया तो साल के भर में उन्होंने गाया वो पवरा साहब न मेरे तो शक हो गया भी ये कितने अलहदा ना ग्रुप बना लवे है तो वो मेरे नाल थोड़ा जहा खैबड़न लग गए मैं काम छड के पिंड चलिया गया ठीक है मैं क्योंकि मैं पब्लिक रिलेशन रहा सीगा मैं DC साहब तो हाई स्पीड डीजल का परमिट ले लिया हाई स्पीड डीजल अच्छा जी हाँ जी ठीक है मैं अपनी दुकान पर बैठ गया ढोल में रख ले अच्छा ढोला ढोला पता की होंगे सी
ਉਹ ਕੈਰਸਨ ਆਇਲ ਲੈ ਕੇ ਨਾ ਵਿੱਚ ਮੋਬਾਈਲ ਪਾ ਲੈਂਦਾ ਹੁੰਦਾ ਸੀਗਾ। ਹਾਂਜੀ ਹਾਂਜੀ ਉਹ ਡੀਜ਼ਲ ਬਣ ਜਾਂਦਾ ਸੀਗਾ ਮਿੱਟੀ ਦੇ ਤੇਲ ਨੂੰ ਮੋਬਾਈਲ ਪਾ ਕੇ ਡੀਜ਼ਲ ਬਣਾ ਦਿੰਦੇ। ਮੈਨੂੰ ਦੱਸ ਦਿੱਤਾ ਕਿਸੇ ਨੇ ਵੀ ਤੇਰੇ ਕੰਮ ਤੇਰੇ ਕੋਲ ਕੋਈ ਹੈ ਨਹੀਂ, ਰੋਟੀ ਤਾਂ ਖਾਣੀ ਹੈ, ਆਹ ਕਰ ਲਿਆ ਕਰ। ਚਲੋ ਮੈਂ ਉਹ ਕਰਨ ਲੱਗ ਗਿਆ। ਉਦੋਂ ਪਿੰਡਾਂ 'ਚ ਬੰਬੀਆਂ ਬੜੀਆਂ ਚੱਲਦੀਆਂ ਸੀਗੀਆਂ, ਉਹ ਪੀਟਲ ਇੰਜਣ ਸੀ ਨਾ, ਉਹ ਚੱਲਦੇ ਹੁੰਦੇ ਸੀਗੇ ਅਤੇ ਲੋਕ ਕੈਂਡੀਆਂ ਭਰ ਕੇ ਲੈ ਜਾਂਦੇ ਸੀਗੇ, ਮੈਨੂੰ ਰੋਟੀ ਜੋਗੇ ਪੈਸੇ ਬਣ ਬਚ ਜਾਂਦੇ ਸੀਗੇ। ਹਾਈ ਸਪੀਡ ਡੀਜ਼ਲ ਦਾ ਲਾਇਸੈਂਸ ਮੇਰੇ ਕੋਲ ਜ਼ਰੂਰ ਸੀਗਾ। ਹੈਂਜੀ ਉਸ ਤੋਂ ਮਗਰੋਂ ਕੀ ਹੋਇਆ ਜੀ, ਇੱਥੇ ਸ਼ਾਇਦ ਧਰਮਵੀਰ ਸੀਗਾ ਨੌ, ਗਵਰਨਰ ਸਾਹਿਬ ਆ ਗਏ, ਜਦੋਂ ਛਾਪੇ ਮਾਰਨ ਲੱਗੇ ਮੈਂ ਡੀਜ਼ਲ ਡੀਜ਼ਲ ਡੋਲ ਦਿੱਤਾ ਅਤੇ ਉਹ ਚੜ੍ਹ ਉਹ ਮੈਂ ਛੱਡ ਦਿੱਤਾ ਅਤੇ ਮੈਨੂੰ ਰਣਜੀਤ ਕੌਰ ਦੇ ਫਾਦਰ ਪਿੰਡੋਂ ਆ ਕੇ ਲੈ ਗਏ, ਕਹਿੰਦੇ ਮੇਰੀ ਬੇਟੀ ਨਾਲ ਤੁਸੀਂ ਗਾਓ, ਕਿਉਂਕਿ ਮੈਂ ਰਣਜੀਤ ਉਹ ਆ ਕੇ ਲੈ ਗਿਆ, ਉਹ ਆ ਕੇ ਲੈ ਗਿਆ। ਠੀਕ ਹੈ ਜੀ, ਕਿਉਂਕਿ ਮੈਂ ਰਣਜੀਤ ਕੌਰ ਨੂੰ ਸੁਣਿਆ ਸੀਗਾ, ਉਹ ਰਿਕਾਰਡਿੰਗ ਤੁਹਾਡੇ ਤੋਂ ਪਹਿਲਾਂ ਗਾਉਂਦੇ ਸੀ ਉਹ ਗਾਉਂਦੇ ਸੀਗੇ, ਉਹਨਾਂ ਨੇ ਇੱਕ ਗੀਤ ਰਿਕਾਰਡ ਕਰਾਇਆ ਸੀਗਾ ਮਾਹੀ ਬੇ ਮੈਨੂੰ ਭੰਗ ਚੜ੍ਹ ਗਈ, ਇੱਕ ਮੁੰਡਾ ਅਮਰ ਸਿੰਘ ਸ਼ੇਰਪੁਰੀ ਸੀਗਾ। ਉਹ ਕੁਦਰਤੀ ਗੱਲ ਜਦੋਂ ਰਿਕਾਰਡਿੰਗ 'ਤੇ ਗਏ ਉਦੋਂ ਮੈਂ ਉੱਥੇ ਸਟੂਡੀਓ 'ਚ ਸੀਗਾ। ਠੀਕ ਹੈ ਜੀ, ਉੱਥੇ ਵੀ ਮੈਨੂੰ ਸਟੂਡੀਓ 'ਚ ਜਿਹੜੇ ਸਾਡੇ ਰਿਕਾਰਡਿੰਗ ਅਫਸਰ ਸੀਗੇ ਬਾਬੂ ਸੰਤਰਾਮ ਜੀ, ਉਹ ਮੈਨੂੰ ਕਹਿਣ ਲੱਗੇ ਸਦੀਕ ਤੂੰ ਰਿਕਾਰਡਿੰਗ ਕਰਾ ਦੇ, ਨਵੇਂ ਬੰਦੇ ਨੇ ਮੇਰਾ ਮਗਜ਼ ਖਾਣਗੇ। ਹਾਂਜੀ ਅਤੇ ਉਹ ਸਟਾਪ ਬਾਅਦ 'ਚ ਹੁੰਦੀ ਆ, ਕੰਮ ਤਾਂ ਇੰਨਾ ਕੀ ਹੁੰਦਾ, ਸ਼ੁਰੂ ਕਰੋ। ਹਾਂਜੀ ਅਤੇ ਜਦੋਂ 15 ਕੁ ਸਕਿੰਟ ਰਹਿ ਜਾਂਦੇ ਨੇ ਉਦੋਂ ਇਸ਼ਾਰਾ ਕਰ ਦਈਦਾ ਵੀ ਬੰਦ ਕਰ ਦਿਓ। ਠੀਕ ਹੈ ਜੀ, ਉਹ ਸਵਾ ਕੁ 3 ਮਿੰਟ ਦਾ ਗੀਤ ਹੁੰਦਾ। ਠੀਕ ਹੈ ਜੀ, ਚਲੋ ਉਹ ਰਿਕਾਰਡ ਹੋ ਗਿਆ, ਮੈਂ ਉਹਨੂੰ ਕੁੜੀ ਨੂੰ ਸੁਣਿਆ ਸੀਗਾ। ਹਾਂਜੀ ਅਤੇ ਇਸ ਕਰਕੇ ਮੇਰਾ ਨਾਂ ਸੀਗਾ, ਉਹਦੇ ਫਾਦਰ ਸਰਦਾਰ ਗਿਆਨੀ ਆਤਮਾ ਸਿੰਘ ਜੀ ਉਹ ਮੇਰੇ ਕੋਲ ਆ ਗਏ, ਕਹਿੰਦੇ ਮੇਰੀ ਲੜਕੀ ਨਾਲ ਗਾਓ, ਮੈਂ ਰਣਜੀਤ ਜੀ ਨਾਲ ਗਾਉਣ ਲੱਗ ਗਿਆ। ਠੀਕ ਹੈ ਜੀ, ਬਸ ਸਿੱਧੂ ਸਾਹਿਬ ਇਹ 4 ਮਾਰਚ 1967 ਦੀ ਗੱਲ ਹੈ। ਠੀਕ ਹੈ ਜੀ, ਇੱਕ ਪ੍ਰੋਗਰਾਮ ਸਾਡਾ ਰਾਜਿਆਣੇ ਸੀਗਾ, ਉਸ ਤੋਂ ਮਗਰੋਂ ਮੇਰੇ ਉਸ ਤੋਂ ਮਗਰੋਂ 66 ਦੀ ਗੱਲ ਹੈ ਨਾ, ਪੰਜਾਬ ਅਤੇ ਹਰਿਆਣਾ ਵੱਖਰੇ ਹੋ ਗਏ। ਹਰਿਆਣੇ ਦੇ ਡੀ ਪੀ ਆਰ ਓ ਸਾਹਿਬ ਜਿਹੜੇ ਸਾਡੀ ਪਹਿਲਾਂ ਏ ਪੀ ਆਰ ਓ ਲੱਗੇ ਸੀਗੇ, ਉਹਨਾਂ ਨੇ ਮੈਨੂੂੰ 3 ਪ੍ਰੋਗਰਾਮ ਦਿੱਤੇ। ਠੀਕ ਹੈ ਜੀ, ਇਕੱਠੇ ਹੀ ਅਤੇ ਮੈਂ ਇਹ ਰਾਜਿਆਣੇ ਦਾ ਪ੍ਰੋਗਰਾਮ ਕਰਕੇ ਉੱਥੇ ਚਲਾ ਗਿਆ। ਉਹਨਾਂ ਨੇ ਜਦੋਂ ਸਾਨੂੰ ਪੇਮੈਂਟ ਕੀਤੀ, 4 ਪ੍ਰੋਗਰਾਮ ਇਕੱਠੇ ਲੱਗ ਗਏ ਅਤੇ ਅਸੀਂ ਕੱਛਾ ਵਜਾਉਂਦੇ ਘਰ ਨੂੰ ਆ ਕੇ ਵਾਘੀਆਂ ਪਾਉਂਦੇ, ਅਤੇ ਵੈਰੀ ਗੁੱਡ। ਰਣਜੀਤ ਜੀ ਦੀ ਆਵਾਜ਼ ਬਹੁਤ ਚੰਗੀ ਸੀ, ਸਟੇਜ ਪਰਸਨੈਲਿਟੀ ਸੀ, ਅੱਛਾ ਗਾਉਂਦੇ ਸੀਗੇ। ਮੈਨੂੰ ਪਬਲਿਕ ਰਿਲੇਸ਼ਨ ਦਾ ਵੀ ਤਜਰਬਾ ਸੀਗਾ, ਮੈਂ ਵੈਸੇ ਵੀ 10-12 ਸਾਲ ਉਹਨਾਂ ਤੋਂ ਵੱਡਾ ਸੀਗਾ, ਸੰਗੀਤ ਸਿੱਖਿਆ ਹੋਇਆ ਸੀਗਾ। ਚਲੋ ਸਾਡੀ ਰਿਕਾਰਡਿੰਗ ਹੋਣੀ ਸ਼ੁਰੂ ਹੋ ਗਈ, ਬਸ ਅੱਜ ਹੋਰ ਕੱਲ੍ਹ ਹੋਰ, ਅੱਜ ਹੋਰ ਕੱਲ੍ਹ ਹੋਰ। ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ ਸਾਨੂੰ ਪ੍ਰਵਾਨ ਕਰ ਲਿਆ ਔਰ ਸ਼ਾਬਾਸ਼ ਦਿੱਤੀ, ਥਾਪੜਾ ਦਿੱਤਾ, ਬਜ਼ੁਰਗਾਂ ਨੇ ਆਸ਼ੀਰਵਾਦ ਦਿੱਤਾ, ਵਾਹ ਬਈ ਵਾਹ ਤੂੰ ਹਾੜੀ ਵੱਢਣ ਜੋਗੇ ਕਰ ਗਿਆ, ਐਂ ਹੁਣ ਅਗਲੇ ਸਾਲ ਮਿਲਾਂਗੇ। ਇੰਨੀਆਂ ਜਿਹੀਆਂ ਗੱਲਾਂ ਸੁਣ ਕੇ ਨਾ ਹੌਸਲਾ ਵਧੀ ਜਾਂਦਾ ਸੀਗਾ ਅਤੇ ਗੀਤ ਸੰਗੀਤ ਰਾਹੀਂ ਪੰਜਾਬੀ ਭੈਣਾਂ ਭਰਾਵਾਂ ਦੀ ਸੇਵਾ ਕਰਦੇ ਰਹੇ। ਉਸ ਤੋਂ ਮਗਰੋਂ ਫਿਰ ਤੁਹਾਨੂੰ ਪਤਾ ਹੀ ਹੈ ਵੀ ਬਾਅਦ ਕੀ ਹੋਇਆ। ਅੱਛਾ, ਸਤੀਸ਼ ਕੁਮਾਰ ਅਤੇ ਮੁਹੰਮਦ ਸਦੀਕ ਇਹਦੇ ਬਾਰੇ ਵੀ ਥੋੜ੍ਹਾ ਜਿਹਾ, ਕਿਉਂਕਿ ਲੋਕ ਨਹੀਂ ਜਾਣਦੇ ਵੀ ਸਤੀਸ਼ ਕੁਮਾਰ ਵੀ ਤੁਹਾਡਾ ਨਾਂ ਰਿਹਾ ਕਿੱਥੇ। ਦਰਅਸਲ ਗੱਲ ਇਹ ਸੀ, ਉਹ ਜਿਹੜੀ ਨਾਟਕ ਮੰਡਲੀ ਸੀ ਨਾ ਅਤੇ ਪੰਜਾਬ 'ਚ ਉਹ ਆ ਗਈ, ਉਹਨਾਂ ਨੂੰ ਜ਼ਰੂਰਤ ਸੀ ਕਿਸੇ ਲੜਕੇ ਦੀ ਜਿਹੜਾ ਗਾਵੇ। ਹਾਂਜੀ ਹਾਂਜੀ, ਮੈਂ ਗਾਉਣ ਲੱਗ ਗਿਆ, ਪਰ ਕਦੇ ਉਹ ਰਾਮਲੀਲਾ ਵੀ ਕਰਦੇ ਸੀਗੇ, ਜਦੋਂ ਪਾਕਿਸਤਾਨ ਹਿੰਦੁਸਤਾਨ ਨਵੇਂ ਨਵੇਂ ਬਣੇ ਸੀਗੇ, ਉਹਨਾਂ ਨੇ ਸੋਚਿਆ ਵੀ ਰਾਮਲੀਲਾ ਦੇ ਸਟੇਜ 'ਤੇ ਮੁਹੰਮਦਨ ਨੌ ਹੈ, ਸਾਨੂੰ ਕੋਈ ਇਤਰਾਜ਼ ਨਾ ਕਰ ਦੇਵੇ। ਹਾਂਜੀ, ਮੇਰਾ ਸਦੀਕ ਦੇ ਨਾਂ 'ਤੇ ਉਹਨਾਂ ਨੇ ਸਤੀਸ਼ ਰੱਖ ਦਿੱਤਾ। ਅੱਛਾ, ਸਦੀਕ ਤਾਂ ਸਤੀਸ਼ ਮਾਨ ਗਿਆ, ਕੁਮਾਰ ਕਰਤਾ ਪਿੱਛੇ ਐਂ ਬਣੇ ਮੁਹੰਮਦ ਸਦੀਕ। ਅੱਛਾ, ਉਹ ਪਹਿਲਾਂ ਪਰਿਵਾਰਕ ਨਾਮ ਮੁਹੰਮਦ ਸਦੀਕ, ਮੁਹੰਮਦ ਸਦੀਕ ਹੀ ਹੈ। ਠੀਕ ਹੈ ਜੀ, ਹਾਂਜੀ ਪਿੰਡ ਦੇ ਲੋਕ ਤਾਂ ਸਦੀਕਾ ਹੀ ਕਹਿੰਦੇ ਸੀ, ਪਿੰਡ ਤਾਂ ਫਿਰ ਜਿਹੜਾ ਕੁਛ ਹੁੰਦਾ ਤੁਹਾਨੂੰ ਪਤਾ ਹੀ ਹੈ। ਅੱਛਾ, ਇੱਕ ਮਿੰਟ, ਪਰਿਵਾਰ ਦੇ ਵਿੱਚ ਵੀ ਕੋਈ ਪਹਿਲਾਂ ਸੀ ਗਾਉਣ ਵਾਲਾ ਜਾਂ ਕੋਈ ਜਿਵੇਂ ਕੋਈ ਦਾਦਾ ਜੀ ਜਾਂ ਕਿਤੇ ਪਿਤਾ ਜੀ ਕੋਈ ਮਾੜਾ ਮੋਟਾ ਕਿ ਨਹੀਂ? ਮੇਰੇ ਤਾਇਆ ਜੀ ਜਿਹੜੇ ਸੀਗੇ ਨਾ, ਹਾਂਜੀ ਉਹ ਪੰਡਿਤ ਸੋਮਨਾਥ ਜੀ ਦੇ ਸ਼ਾਗਿਰਦ ਸੀਗੇ ਜੀ, ਉਹ ਭਜਨ ਕਰਦੇ ਹੁੰਦੇ ਸੀਗੇ, ਭਜਨ ਮੰਡਲੀ ਸੀ ਉਹਨਾਂ ਦੀ ਜੀ, ਗਊਸ਼ਾਲਾ ਵਾਸਤੇ ਉਹ ਇਕੱਠਾ ਕਰਦੇ ਸੀਗੇ ਦਾਨ ਪੁੰਨ ਤੂੜੀ ਇਕੱਠਾ ਇਹੋ ਜਿਹਾ ਕੁਛ ਜੀ। ਹੈ ਜੀ, ਉਹਨਾਂ ਨੇ ਫਿਰ ਮੈਨੂੰ ਕਿਹਾ, ਕਹਿੰਦੇ ਤੂੰ ਥੋੜ੍ਹਾ ਥੋੜ੍ਹਾ ਸਿੱਖ ਲਿਆ ਕਰ। ਉਹਨਾਂ ਤੋਂ ਮੈਂ ਸ਼ੁਰੂ ਕੀਤਾ ਜੀ, ਸ਼ੁਰੂ ਕਰਕੇ ਫਿਰ ਬਾਅਦ ਦੇ ਵਿੱਚ ਫਿਰ ਮੈਨੂੰ ਉਸਤਾਦ ਜੀ ਕੋਲ ਸਿਖਾਇਆ ਗਿਆ। ਠੀਕ ਹੈ, ਅੱਛਾ ਹੁਣ ਇੱਕ ਗੱਲ ਇੱਥੇ ਆ ਜਾਂਦੀ ਹੈ ਵੀ ਅਖਾੜੇ ਲਾਉਣ ਦੀ ਸ਼ੁਰੂਆਤ ਹੋ ਗਈ ਬੀਬਾ ਰਣਜੀਤ ਕੌਰ ਦੀ ਨਾਲ, ਜਿਵੇਂ ਪਹਿਲੇ ਸਮਿਆਂ ਦੇ ਵਿੱਚ ਇੱਕ ਬੜਾ ਅਸੀਂ ਸੁਣਦੇ ਆਏ ਹਾਂ ਉਹ ਵੀ ਸਾਡੇ ਵੀ ਸਾਨੂੰ ਤਾਂ ਪਤਾ ਨਹੀਂ ਸੀ, ਦੇਖਿਆ ਨਹੀਂ, ਸਾਡੇ ਪਿਤਾ ਜੀ ਦੱਸਦੇ ਆ ਜਦੋਂ ਤੁਹਾਨੂੰ ਸੁਣ ਜਾਂਦੇ ਸੀ, ਕਹਿੰਦੇ ਉਦੋਂ ਬੜੀਆਂ ਸਮੱਸਿਆਵਾਂ ਵੀ ਬੜੀਆਂ ਆਉਂਦੀਆਂ ਹੁੰਦੀਆਂ ਸੀ, ਦੌਰ ਵੀ ਇਹੋ ਜਿਹਾ ਹੁੰਦਾ, ਚਲੋ ਬਾਊਂਸਰ ਰੱਖ ਲੈਂਦੇ ਆ, ਹੋਰ ਬੜਾ ਕੁਛ ਹੁੰਦਾ ਉਹ ਦੌਰ ਦੇ ਵਿੱਚ, ਲੋਕ ਪਿੰਡਾਂ ਦੇ ਵਿੱਚ ਕਈ ਯਾਰ ਜਿਹੜੇ ਸਹਿ ਗਾਇਕਾਂ ਹੁੰਦੇ ਸੀ ਉਹਦੇ ਮਗਰ ਵੀ ਪੈ ਜਾਂਦੇ ਸੀ, ਕੋਈ ਅਜਿਹੀਆਂ ਸਮੱਸਿਆਵਾਂ ਵੀ ਆਉਂਦੀਆਂ ਹੁੰਦੀਆਂ ਸੀ? ਮੈਨੂੰ ਕਦੇ ਕੋਈ ਸਮੱਸਿਆ ਨਹੀਂ, ਮੇਰੇ ਤੇ ਪਰਮਾਤਮਾ ਦੀ ਔਰ ਪੰਜਾਬੀ ਲੋਕਾਂ ਦੀ ਬੜੀ ਕਿਰਪਾ ਰਹੀ ਹੈ, ਬਹੁਤ ਕਿਰਪਾ। ਹਾਂਜੀ, ਉਹ ਮੈਂ ਦੱਸਦਾ ਕਿਉਂ। ਹਾਂਜੀ,
ਇੱਕ ਤਾਂ ਮੈਂ ਸਟੇਜ ਤੇ ਕਦੇ ਕਿਸੇ ਨੂੰ ਮੰਦਾ ਚੰਗਾ ਨਹੀਂ ਬੋਲਿਆ ਠੀਕ ਹੈ ਕਦੇ ਮੈਂ ਕਿਸੇ ਨਾਲ ਝਗੜਾ ਨਹੀਂ ਕੀਤਾ ਠੀਕ ਹੈ ਜੀ ਦੂਜੇ ਕੁਦਰਤੀ ਗੱਲ ਮੇਰੀ ਸ਼ਕਲ ਸੂਰਤ ਇਹੀ ਜੀ ਸੀਗੀ ਹਾਂਜੀ ਅਗਲੇ ਮੈਨੂੰ ਲੜਾਕਾ ਹੀ ਸਮਝਦੇ ਸੀਗੇ ਠੀਕ ਹੈ ਮੈਂ ਬੌਂਸਰ ਰੱਖਣ ਦੀ ਲੋੜ ਨਹੀਂ ਸੀ ਮੈਂ ਖੁਦ ਬੌਂਸਰ ਸੀ ਹਾਂਜੀ ਕਾਲਾ ਪੀਲਾ ਜਿਹਾ ਰੰਗ ਪੁੱਛਾ ਰੱਖੀ ਹੋਈ ਹੈ ਬੜੀ ਬੜੀ ਅੱਖਾਂ ਅਗਲਾ ਕਰਦੀ ਪਤਾ ਨਹੀਂ ਡਾਂਗ ਮੋਢੇ ਤੇ ਤਰੀ ਫਲਾਨਾ ਕੀਤਾ ਟਿਕਣਾ ਉਹ ਸਾਰੇ ਗੀਤ ਜਦ ਮੈਂ ਸਟੇਜ ਤੇ ਕੁਛ ਕਰਦਾ ਸੀ ਨਾ ਲੋਕਾਂ ਨੂੰ ਸਮਝਦਾ ਇਹ ਜਿਹਾ ਹੀ ਹੈ ਹਾਂਜੀ ਇਸ ਕਰਕੇ ਮੇਰੇ ਨਾਲ ਕਦੇ ਕੋਈ ਖੇਡਿਆ ਨੀ ਇੱਕ ਵਾਰੀ ਇੱਕ ਹੈਪਨ ਹੋਇਆ ਹੈਪਨ ਨਹੀਂ ਮੈਂ ਕਹਿ ਸਕਦਾ ਇੱਕ ਗੱਲ ਹੋਈ ਗੱਲ ਕੀ ਹੋਈ ਮੈਂ ਗਾ ਕੇ ਸਟੇਜ ਤੋਂ ਥੱਲੇ ਉਤਰਿਆ ਗੱਡੀ ਮੈਂ ਐਪ ਚਲਾਉਂਦਾ ਸੀਗਾ ਹਾਂਜੀ ਤੇ ਨਵੇਂ ਨਵੇਂ ਸੀ ਇੰਗਲੈਂਡ ਤੋਂ ਆਏ ਸੀਗੇ ਇੰਗਲੈਂਡ ਸ਼ੋਅ ਲਾ ਕੇ ਆਏ ਸੀ ਇੰਗਲੈਂਡ ਸ਼ੋਅ ਕਰਕੇ ਆਏ ਸੀ ਮੇਰੇ ਕੋਲ ਰਿਵਾਲਵਰ ਸੀਗਾ ਠੀਕ ਹੈ ਮੇਰੇ ਪਾਇਆ ਹੋਇਆ ਸੀਗਾ ਠੀਕ ਹੈ ਜੀ ਤੇ ਮੈਂ ਜਦੋਂ ਗੱਡੀ ਦੇ ਸਟੇਅਰਿੰਗ ਤੇ ਬੈਠਾ ਨਾ ਹਾਂਜੀ ਉਦੋਂ ਗੱਡੀਆਂ ਏਸੀ ਤਾਂ ਹੁੰਦੀਆਂ ਨਹੀਂ ਸੀ ਜੀ ਮੇਰੀ ਬਾਂਹ ਤਰੀ ਹੋਈ ਸੀਗੀ ਤੇ ਗਿਆਨੀ ਜੀ ਮਤਲਬ ਰਣਜੀਤ ਦੇ ਫਾਦਰ ਤੇ ਰਣਜੀਤ ਉਹ ਬੈਠ ਗਏ ਸੀਗੇ ਦੋ ਮੁੰਡੇ ਸਾਜੀ ਸੀ ਜਿਹੜੇ ਤਾਂ ਢੋਲਕ ਵਾਲਾ ਅਤੇ ਉਹ ਉਹਨਾਂ ਨੇ ਬੈਠਣਾ ਸੀਗਾ ਉਹ ਪਿੱਛੇ ਡਿੱਗੀ ਖੋਲ੍ਹ ਕੇ ਸਮਾਨ ਰੱਖ ਰਹੇ ਸੀਗੇ ਮੈਂ ਬੈਠਾ ਸੀਗਾ ਮੈਂ ਦੇਖ ਰਿਹਾ ਸੀਗਾ ਸ਼ੀਸ਼ੇ ਵਿੱਚ ਦੀ ਉਹ ਰੱਖਦੇ ਨੇ ਕਿ ਨਹੀਂ ਅਤੇ ਮੇਰੇ ਬਰਾਬਰ ਇੱਕ 18-19 ਸਾਲ ਦਾ ਮੁੰਡਾ ਹਾਂਜੀ ਵੈਲੀ ਸੀ ਉਹ ਸਾਡੇ ਮਾਲਵੇ 'ਚ ਵੈਲੀ ਲੜ ਛੱਡ ਕੇ ਪੱਗ ਟੇਢੀ ਮਤਲਬ ਟੇਢੀ ਪੱਗ ਲੜ ਛੱਡ ਕੇ ਮੁੱਛਾਂ ਕੁੰਡੀਆਂ ਹੈ ਜੀ ਅਤੇ ਬਗੈਰ ਕਾਰਨਾਂ ਤੋਂ ਝਗੜਾ ਝੱਗਾ ਪਾਇਆ ਬੰਗਾਲੀ ਕੁੜਤਾ ਕਹਿੰਦੇ ਸੀ ਉਹ ਪਾ ਕੇ ਰੱਖਦੇ ਹੁੰਦੇ ਸੀਗੇ ਉਹਨਾਂ ਦੀ ਪਛਾਣ ਹੁੰਦੀ ਸੀਗੇ ਹੱਥ 'ਚ ਉਹਦੇ ਗੰਢਾ ਸੀ ਅਤੇ ਐਂ ਖੜਾ ਮੇਰੇ ਕੋਲ ਮੈਨੂੰ ਕਹਿੰਦਾ ਬਾਂਹ ਬਾਹਰ ਨਹੀਂ ਰੱਖੀ ਦੀ ਮੈਂ ਕਿਉਂ ਵੱਢ ਦਿੰਦਾ ਕੋਈ ਵੱਢ ਦਿੰਦਾ ਹੁੰਦਾ ਹੱਥ 'ਚ ਉਹਦੇ ਗੰਢਾ ਸੀ ਚਮਕੇ ਯਾਰ ਇਹ ਤਾਂ ਬੜਾ ਖਤਰਨਾਕ ਆਦਮੀ ਹੈ ਅਤੇ ਮੈਂ ਇੱਥੋਂ ਹੌਲੀ ਦੇ ਕੇ ਰਿਵਾਲਵਰ ਕੱਢਿਆ ਮੈਂ ਕਹਿੰਦੇ ਬਾਂਹ ਵੱਢੀ ਜਾਵੇ ਨਾ ਆਹ ਤਾਂ ਇੱਕ ਉਂਗਲੀ ਨਾਲ ਹੀ ਚੱਲਦਾ ਮੈਂ ਕਹਿੰਦਾ ਇਹਨੂੰ ਜ਼ਿਆਦਾ ਲੋੜ ਨਹੀਂ ਪੈਂਦੀ ਗੁੱਸਾ ਤਾਂ ਸਿੱਧੂ ਸਾਹਿਬ ਨੂੰ ਬਹੁਤ ਆਇਆ ਗੁੱਸਾ ਮੈਂ ਤਾਂ ਦੇਖਦਾ ਉਹਦੇ ਬੁੱਲ ਫਰਕਣ ਲੱਗ ਗਏ ਅਤੇ ਉਹ ਐਂ ਕਰਨ ਲੱਗ ਗਿਆ ਹਾਂਜੀ ਜਦ ਮੁੰਡੇ ਬੈਠ ਕੇ ਮੈਂ ਕੀ ਕਰਨ ਸੀ ਮੈਂ ਚੁੱਪ ਕਰੀ ਸਟਾਰਟ ਮੈਂ ਤੁਰ ਗਿਆ ਮੈਂ ਉਦੋਂ ਦੇਖਿਆ ਵੀ ਯਾਰ ਜੇ ਇੱਥੇ ਤੁਸੀਂ ਲੜਨਾ ਚਾਹੋ ਨਾ ਤਾਂ ਥਾਂ ਥਾਂ 'ਤੇ ਲੜਾ ਕੇ ਖੜੇ ਨੇ ਕਿਤੇ ਵੀ ਝਗੜ ਸਕਦੇ ਹੋ ਹਾਂਜੀ ਲੇਕਿਨ ਮੇਰੇ 'ਤੇ ਕਿਰਪਾ ਰਹੀ ਮਹਾਰਾਜ ਦੀ ਐਸਾ ਕਦੇ ਕੁਛ ਹੋਇਆ ਨਹੀਂ ਹੈ ਸਟੇਜ 'ਤੇ ਫਿਰ ਕਿਵੇਂ ਰਿਹਾ ਮਤਲਬ ਕਈ ਹੁਣ ਜਿਵੇਂ ਅੱਜ ਗਾਇਕਾਂ ਦੇ ਇੱਕ ਇਹ ਵੀ ਸੁਣਨ ਦੇ ਵਿੱਚ ਆਉਂਦਾ ਕਿ ਤੁਸੀਂ ਸਟੇਜ 'ਤੇ ਕਦੇ ਚੜ੍ਹ ਨਹੀਂ ਦਿੱਤਾ ਸੀ ਕਿਸੇ ਨੂੰ ਕਹੀ ਹੈ ਗੱਲ ਇਹ ਕਿਉਂਕਿ ਮੈਂ ਪੈਸੇ ਨਹੀਂ ਸੀ ਫੜਦਾ ਅੱਛਾ ਜੀ ਆਮ ਤੌਰ 'ਤੇ ਮੈਂ ਹੁਣ ਕਿਸੇ ਦੀ ਨਿੰਦਾ ਤਾਂ ਨਹੀਂ ਕਰਦਾ ਜੀ ਆਮ ਤੌਰ 'ਤੇ ਗਵੱਈਏ ਨੂੰ ਗਾਉਣ ਵਾਲਿਆਂ ਲੋਕਾਂ ਨੂੰ ਲਾਲਚ ਹੁੰਦਾ ਵੀ ਦਿਹਾੜੀ ਲੱਗੀ ਹੈ ਜਿਹੜੇ ਪੈਸੇ ਬਣਦੇ ਨੇ ਲੈ ਲਓ ਜੀ ਹੈ ਜੀ ਇਹਦੇ ਵਿੱਚ ਪਤਾ ਨਹੀਂ ਕਿਹੜੇ ਕਿਸੇ ਚਲਾਕ ਆਰਟਿਸਟ ਨੇ ਇੱਕ ਗੱਲ ਰੱਖੀ ਸੀਗੀ ਜੀ ਬਈ ਜਿਹੜੇ ਪੈਸੇ ਬਣਦੇ ਸੀਗੇ ਤਾਂ ਉਹ ਘਰ ਵਾਲਿਆਂ ਦੇ ਸਾਨੂੰ ਤਾਂ ਉੱਕਾ ਪੁੱਕਾ 400-500 ਦਿੰਦੇ ਸੀ ਹੈਂਜੀ ਜਿਹੜਾ 1000-1200 ਬਣਨਾ ਉਹਨਾਂ ਨੇ ਰੱਖ ਲੈਣਾ ਹੁਣ ਤਾਂ ਦਾਰੂ ਸਿੱਕਾ ਚੱਲਦਾ ਸੀ ਹੈਂਜੀ ਕਿਸੇ ਵਿੱਚ ਕਿਸੇ ਕਲਾਕਾਰ ਨੇ ਪਤਾ ਨਹੀਂ ਕੀ ਵੀ ਜਿਹੜਾ ਕਲਾਕਾਰ ਨੂੰ ਕੋਈ ਪੈਸੇ ਫੜਾਊਗਾ ਇਹ ਸਪੈਸ਼ਲ ਨਾਮ ਹੈ ਜੀ ਇਹ ਸਪੈਸ਼ਲ ਨਾਮ ਹੈ ਹੈਂਜੀ ਉਹ ਰੱਖ ਲੈਣਾ ਆਪ ਤਾਂ ਇਹ ਗੱਲ ਕਰਕੇ ਲੋਕ ਸਾਨੂੰ ਪੈਸੇ ਬਹੁਤ ਦਿੰਦੇ ਸੀ ਬੀਬਾ ਰਣਜੀਤ ਨੂੰ ਪੈਸੇ ਫੜਾਉਣ ਆਉਂਦੇ ਸੀਗੇ ਅਸੀਂ ਫੜਦੇ ਨਹੀਂ ਸੀ ਪੈਸੇ ਲਾਲਚ ਨਹੀਂ ਕਦੇ ਕੀਤਾ ਇਸ ਕਰਕੇ ਝਗੜੇ ਤੋਂ ਦੂਰ ਹੀ ਰਹੇ ਹੈ ਹੈਂਜੀ ਕਈ ਵਾਰੀ ਜਦੋਂ ਘਰਦੇ ਨੇ ਕਹਿਣਾ ਯਾਰ ਸਾਡਾ ਪ੍ਰਾਹੁਣਾ ਹੈ ਪੈਸੇ ਫੜ ਲਓ ਮੈਂ ਕਹਿਣਾ ਵੀ ਪ੍ਰਾਹੁਣਾ ਤੁਹਾਡਾ ਹੈ ਮੇਰਾ ਤਾਂ ਉਹ ਸਰੋਤਾ ਹੈ ਮੇਰਾ ਕੁਛ ਨਹੀਂ ਲੱਗਦਾ ਹੈਗਾ ਮੇਰਾ ਇਕੱਲਾ ਸਰੋਤਾ ਹੈ ਉਹ ਦਰਸ਼ਕ ਹੈ ਪ੍ਰਾਹੁਣਾ ਤੁਹਾਡਾ ਲੱਗਦਾ ਤੁਸੀਂ ਜੋ ਮਰਜ਼ੀ ਕਰਵਾਈ ਜਾਓ ਮੈਂ ਨਹੀਂ ਸਟੇਜ 'ਤੇ ਚੜ੍ਹਨ ਦੇਣਾ ਅਤੇ ਕੋਈ ਮਤਲਬ ਪਹਿਲਾਂ ਜਿਵੇਂ ਹੁਣ ਤਾਂ ਜ਼ਮਾਨਾ ਬਦਲ ਗਿਆ ਹੁਣ ਤਾਂ ਔਨਲਾਈਨ ਵੀ ਸ਼ੋਅ ਬੁੱਕ ਹੋ ਜਾਂਦੇ ਆ ਫੋਨ 'ਤੇ ਵੀ ਹੋ ਜਾਂਦੇ ਆ ਪਹਿਲਾਂ ਸ਼ੋਅ ਬੁੱਕ ਕਰਵਾ ਕੇ ਕਿਵੇਂ ਪੈਸਿਆਂ ਦਾ ਕੀ ਲੈਣ ਦੇਣ ਹੁੰਦਾ ਸੀ ਵੀ ਪਹਿਲਾਂ ਹੀ ਪੈਸੇ ਲੈ ਲੈਂਦੇ ਜਾਂਦੇ ਸੀ ਜਾਂ ਕਈ ਵਾਰੀ ਇਹ ਵੀ ਹੋ ਸਕਦਾ ਵੀ ਪੈਸੇ ਲੈ ਕੇ ਕੋਈ ਮੁੱਕਰ ਜਾਂਦਾ ਹੋਵੇ ਉੱਥੇ ਇਹ ਸਾਡੇ ਨਾਲ ਇੱਕ ਵਾਰੀ ਹੈਪਨ ਹੋਇਆ ਹੁਣ ਮੈਨੂੰ ਉਸ ਬੰਦੇ ਦਾ ਨਾਂ ਨਹੀਂ ਚੇਤੇ ਹਾਂਜੀ ਉਹ ਕੋਈ ਚੇਅਰਮੈਨ ਸੀਗਾ ਅੱਛਾ ਜੀ ਇੱਧਰ ਲਾ ਮਾਝੇ ਦਾ ਉਹ ਪ੍ਰੋਗਰਾਮ ਬੁੱਕ ਕਰਾ ਗਿਆ 125 ਰੁਪਈਏ 'ਚ 100 ਰੁਪਈਆ ਫੜਾ ਗਿਆ ਅਸੀਂ ਉੱਥੇ ਗਏ ਸਾਡਾ ਰਾਤ ਦਾ ਪ੍ਰੋਗਰਾਮ ਮਾਨਸਾ ਸੀਗਾ ਮਹਾਜਨਾਂ ਦੇ ਘਰੇ ਇੱਥੇ ਜਦੋਂ ਗਏ ਤਾਂ ਉਹ ਜਿਹੜੇ ਪੈਸੇ ਬਣਦੇ ਸੀ ਸਾਡੇ ਕੋਲ ਸੀਗੇ ਮੈਂ ਬੈਠ ਕੇ ਗੱਡੀ 'ਚ ਗਿਣੇ ਉਹ ਕਿਤੇ 72-73 ਰੁਪਈਏ ਸੀਗੇ ਹੈਂ 100 ਰੁਪਈਆ ਹੋਰ ਲੈਣਾ ਸੀਗਾ ਮੈਂ ਜਦੋਂ ਮੁੜ ਕੇ ਗਿਆ ਕਿਉਂਕਿ ਪੈਸੇ ਗਿਣਦਿਆਂ ਨੂੰ 5-10 ਮਿੰਟ ਲੱਗ ਗਏ 1-1 ਰੁਪਈਆ ਹੁੰਦਾ ਸੀ ਉਹ ਪੈਸੇ ਗਿਣ ਕੇ ਜਦੋਂ ਮੈਂ ਗਿਆ ਉਹਦੇ ਕੋਲ ਨਾ ਜਦ ਨੂੰ ਟੇਬਲ 'ਤੇ ਬੈਠੇ ਰੋਟੀ ਖਾਣ ਲੱਗੇ ਜੀ ਦਾਰੂ ਪੀ ਰਹੇ ਸੀਗੇ ਮੈਂ ਕਿਹਾ ਚੇਅਰਮੈਨ ਸਾਹਿਬ ਬਈ ਬਕਾਇਆ ਦੇ ਦਿਓ 100 ਰੁਪਈਆ
ਉਹ ਮੇਰੀ ਗੱਲ ਨਹੀਂ ਸੁਣੇ ਕਦੇ ਉਧਰ ਗੱਲ ਕਰੇ ਕਦੇ ਉਧਰ ਗੱਲ ਕਰੇ ਮੈਂ ਚੇਅਰਮੈਨ ਸਾਹਿਬ ਇਸੇ ਇੱਕ ਵਿੱਚੋਂ ਬੰਦਾ ਕਹਿੰਦਾ ਤੁਹਾਨੂੰ ਇੰਨੇ ਪੈਸਾ ਬਣ ਗਏ ਨੇ ਜਾਓ ਤੁਸੀਂ ਆਪਣਾ ਕੰਮ ਕਰੋ ਮੈਂ ਕਿਹਾ ਜੀ ਰੁਪਈਏ 72 ਕਿਤੇ 70 ਨੇ ਅਤੇ 100 ਰੁਪਈਆ ਬਾਕੀ ਹੈ ਉਹਦਾ ਨਾਲ ਦਾ ਕਹਿੰਦਾ ਚੁੱਪ ਕਰਕੇ ਚਲੇ ਜਾਣਾ ਅਸੀਂ ਉਹ ਵੀ ਖੋਲ੍ਹ ਲਵਾਂਗੇ ਮੈਂ ਕਿਹਾ ਅੱਛਾ ਮੈਂ ਚੁੱਪ ਕਰਕੇ ਆ ਗਿਆ ਆ ਕੇ ਗੱਡੀ 'ਚ ਬੈਠ ਗਿਆ ਮੈਂ ਗਿਆਨੀ ਜੀ ਨੂੰ ਦੱਸਤਾ ਮੈਂ ਕਿਹਾ ਜੀ ਪੈਸੇ ਮਿਲੇ ਨਹੀਂ ਹੈਗੇ ਉੱਥੋਂ ਅੰਮ੍ਰਿਤਸਰ ਦੇ ਕੋਲੋਂ ਕੋਈ ਪਿੰਡ ਸੀਗਾ ਉਹ ਪਤਾ ਨਹੀਂ ਕਿਹੜਾ ਨਾਂ ਨਹੀਂ ਲਿਆ ਉੱਥੋਂ ਮਾਨਸਾ ਤੱਕ ਪਹੁੰਚਦੇ ਪਹੁੰਚਦੇ ਅਸੀਂ ਇਹ ਸਟ੍ਰੈਟਜੀ ਬਣਾ ਲਈ ਵੀ ਪੈਸੇ ਪਹਿਲਾਂ ਲੈ ਲਿਆ ਕਰੋ ਬਾਅਦ 'ਚ ਬੰਦੇ ਦਾਰੂ ਪੀਂਦੇ ਨੇ ਜੇ ਬੰਦਾ ਇਹੀ ਕਹਿ ਦੇਵੇ ਵੀ ਯਾਰ ਟਰੰਕ 'ਚ ਪੈਸੇ ਪਏ ਨੇ ਟਰੰਕ ਦੀ ਜਿਹੜੀ ਕੁੰਜੀ ਹੈ ਉਹ ਤਾਂ ਚਾਚੇ ਕੋਲ ਹੈ ਚਾਚਾ ਕਿੱਥੇ ਹੈ ਚਾਚਾ ਕਿਤੇ ਦਾਰੂ ਪੀ ਕੇ ਤੂੜੇ ਵਾਲੇ ਕੋਠੇ 'ਚ ਪਿਆ ਹੋਊਗਾ ਲੱਭੇ ਜਾਓ ਚਾਚਾ ਇਸ ਕਰਕੇ ਅਸੀਂ ਨਵੇਂ ਨਵੇਂ ਸੀਗੇ ਹਾਂਜੀ ਅਸੀਂ ਇਹ ਗੱਲ ਬਣਾਈ ਜਦੋਂ ਆ ਕੇ ਇੱਥੇ ਇਹ 300 ਰੁਪਈਏ ਦਾ ਬੁੱਕ ਸੀਗਾ ਮਾਨਸਾ 100 ਰੁਪਈਆ ਉਹ ਦੇ ਗਏ ਸੀਗੇ ਆ ਕੇ ਉਹ ਸੇਠ ਕਹਿਣ ਲੱਗੇ ਚਲੋ ਜੀ ਚਲੋ ਭਾਈ ਸਾਹਿਬ ਪ੍ਰੋਗਰਾਮ ਸ਼ੁਰੂ ਕਰੋ ਅਤੇ ਗਿਆਨੀ ਜੀ ਕਹਿੰਦੇ ਵੀ ਜੀ ਉਹ ਬਕਾਇਆ 200 ਰੁਪਈਆ ਦੇ ਦਿਓ ਉਹਨਾਂ ਨੂੰ ਤਾਂ ਗੁੱਸਾ ਆ ਗਿਆ ਕਹਿੰਦੇ ਸਰਦਾਰ ਜੀ ਤੁਸੀਂ ਸਾਨੂੰ ਲਫਾ ਕੇ ਸਮਝਦੇ ਹੋ ਅਸੀਂ ਲੱਖਾਂ ਰੁਪਈਏ ਦਾ ਵਪਾਰ ਕਰਦੇ ਹਾਂ ਟੈਲੀਫੋਨ 'ਤੇ ਉਹ ਗੁੱਸੇ ਹੋ ਗਏ ਉਹ ਕਹਿੰਦੇ ਜੀ ਠੀਕ ਆ ਤੁਹਾਡਾ ਟੈਲੀਫੋਨ 'ਤੇ ਵਪਾਰ ਹੋਊਗਾ ਅਸੀਂ ਤਾਂ ਦਿਹਾੜੀਦਾਰ ਬੰਦੇ ਹਾਂ 200 ਰੁਪਈਆ ਲਿਓ ਅਸੀਂ ਸ਼ੁਰੂ ਕਰੀਏ ਦੁਨੀਆ ਉੱਥੇ ਇੰਨੀ ਵੀ ਉਹ ਸੇਠ ਘਬਰਾ ਗਏ ਵੀ ਇੰਨੇ ਲੋਕਾਂ ਨੂੰ ਸਾਂਭੂਗਾ ਕੌਣ ਬਹੁਤ ਦੁਨੀਆ ਸੀ ਤੁਹਾਨੂੰ ਪਤਾ ਹੀ ਹੈ ਮਾਲਵੇ ਦਾ ਉਦੋਂ ਮਨੋਰੰਜਨ ਵਾਸਤੇ ਹੋਰ ਕੋਈ ਸਾਧਨ ਵੀ ਨਹੀਂ ਸੀ ਬਿਲਕੁਲ ਲੋਕ ਦੂਰੋਂ ਦੂਰੋਂ ਆ ਜਾਂਦੇ ਸੀ ਰਾਤ ਦਾ ਟਾਈਮ ਉਹ ਘਬਰਾ ਗਏ ਅਤੇ ਸਰਦਾਰ ਜੀ ਇਹਦਾ ਮਤਲਬ ਤੁਸੀਂ ਸਾਨੂੰ ਵਹੀ ਮਨ ਸਮਝਦੇ ਹੋ ਸਾਨੂੰ ਐਂ ਸਾਨੂੰ ਹੈ ਉਹ ਜਦੋਂ ਦੋ ਗੱਲਾਂ ਉਹਨੇ ਕੀਤੀਆਂ ਮੈਂ ਸੇਠ ਜੀ ਤੁਹਾਡੇ ਘਰੇ ਵਿਆਹ ਹੈ ਨਾ ਕਹਿੰਦੇ ਹਾਂ ਤੁਹਾਡੇ ਘਰੇ ਮਹਿਮਾਨ ਵੀ ਆ ਰਹੇ ਨੇ ਆਉਂਦੇ ਵੀ ਹੋਣਗੇ ਤੁਸੀਂ 200 ਰੁਪਈਆ ਫੜਾਓ ਲੈ ਕੇ ਆਪਣੇ ਮਹਿਮਾਨਾਂ ਨੂੰ ਸਵਾਲੋ ਕਹਿੰਦੇ ਜੀ ਜੇ ਤੁਸੀਂ ਵਿੱਚੋਂ ਤੁਰ ਗਏ ਮੈਂ ਕਿਹਾ ਜਿਹੜੇ ਤਾਂ ਲੋਕ ਤੁਰੇ ਫਿਰਦੇ ਨੇ ਸਾਨੂੰ ਜਾਣ ਦੇਣਗੇ ਵਿੱਚੋਂ ਛੱਡ ਕੇ ਜਾਣ ਦੇਣਗੇ ਦੁਬਾਰਾ ਅਸੀਂ ਆਉਣਾ ਨਹੀਂ ਹੈ ਕਦੇ ਐ ਜੀ ਨਹੀਂ ਸੋਚੀ ਦੀ ਪੈਸੇ ਦਿਓ ਅਸੀਂ ਚੱਲੀਏ ਉਹਨਾਂ ਜੀ 200 ਰੁਪਈਆ ਫੜਾਤਾ ਸਿੱਧੂ ਸਾਹਿਬ ਮੇਰੀ ਜ਼ਿੰਦਗੀ ਦਾ ਐਸਾ ਪ੍ਰੋਗਰਾਮ ਹੈ ਇੰਨੀਆਂ ਛਾਲਾਂ ਮਾਰੀ ਮੈਂ ਸਟੇਜ 'ਤੇ ਕਿਉਂਕਿ ਪੈਸੇ ਹੌਸਲਾ ਜੇ ਪੈਸੇ ਪਹਿਲਾਂ ਆ ਗਏ ਹੌਸਲਾ ਹੀ ਬੰਦੇ ਨੂੰ ਛਾਲਾਂ ਮਰਵਾਈ ਜਾਂਦਾ ਪੁੱਛੋ ਕੁਝ ਬਟ ਬੜਾ ਜੀ ਬੜਾ ਆਨੰਦ ਆਇਆ ਫਿਕਸ ਕਰ ਦਿੱਤਾ ਵੀ 2 ਘੰਟੇ ਪ੍ਰੋਗਰਾਮ ਹੋਊਗਾ ਜੀ ਪੈਸੇ ਪਹਿਲਾਂ ਲਵਾਂਗੇ ਬਸ ਸਿੱਧੀ ਗੱਲ ਇਹ ਤੋਂ ਸ਼ੁਰੂਆਤ ਫਿਰ ਪਹਿਲਾਂ ਪੈਸਿਆਂ ਦੀ ਹੋਊ ਪਹਿਲਾਂ ਪੈਸੇ ਦੀ ਅਤੇ ਗੱਡੀ ਕਿਹੜੀ ਤੁਸੀਂ ਗੱਡੀ ਦੀ ਪਹਿਲੀ ਗੱਡੀ ਕਿਹੜੀ ਲਈ ਤੋਂ ਆਪਦੀ ਕਮਾਈ ਤੋਂ ਪਹਿਲੀ ਗੱਡੀ ਪਹਿਲਾਂ ਤਾਂ ਟੈਕਸੀ ਲੈ ਕੇ ਜਾਂਦੇ ਸੀਗੇ ਠੀਕ ਹੈ ਆਪਣੀ ਕਮਾਈ 'ਚੋਂ ਪਹਿਲੀ ਗੱਡੀ ਅੰਬੈਸਡਰ ਲਈ ਸੀ ਅੰਬੈਸਡਰ ਹੀ ਉਦੋਂ ਜ਼ਿਆਦਾ ਸੀ ਹੈ ਨਾ ਜੀ ਅੰਬੈਸਡਰ ਹੁੰਦੀ ਸੀ ਜਿਹੜਾ ਕੋਈ ਮਰੂਤੀ ਨਾ ਉਹ ਫੀਐਟ ਨਹੀਂ ਫਿਰਦਾ ਸੀ ਨਾ ਹਾਂਜੀ ਉਹਨੂੰ ਤਾਂ ਸਰਦਾਰਾਂ ਵਿੱਚ ਗਿਣਤੀ ਸੀ ਇਹਦੀ ਕਿ ਸਰਦਾਰ ਹੋਊ ਕੋਈ ਠੀਕ ਹੈ ਫੀਐਟ ਗੱਡੀ ਸੀ ਨਾ ਉਹ ਆਮ ਲੋਕਾਂ ਕੋਲ ਆਮ ਤੋਂ ਮੇਰਾ ਮਤਲਬ ਜਿਹੜੇ ਅਮੀਰ ਲੋਕਾਂ ਆਮ ਅਮੀਰ ਲੋਕਾਂ ਕੋਲ ਆਮ ਅਮੀਰ ਲੋਕਾਂ ਕੋਲ ਹਾਂ ਜੀ ਨਹੀਂ ਤਾਂ ਜਿਹੜੀ ਫੀਐਟ ਜਿਹੜੀ ਸੀ ਨਾ ਉਹ ਇੱਕ ਪਛਾਣ ਸੀ ਵੀ ਸਰਦਾਰ ਹੈ ਕੋਈ ਸਰਦਾਰ ਹੈ ਤੇ ਅੰਬੈਸਡਰ ਉਸੇ ਗੱਲ ਮੰਨਦਾ ਹਾਂ ਅੰਬੈਸਡਰ ਦੀ ਗੱਲ ਕਰਦਾ ਹਾਂ ਜੀ ਵੀ ਅੰਬੈਸਡਰ ਆਮ ਲੋਕਾਂ ਕੋਲ ਸੀ ਠੀਕ ਹੈ ਹਾਂ ਜੀ ਜਿਹੜੀ ਫੀਐਟ ਸੀ ਨਾ ਉਹ ਵੱਡੇ ਲੋਕਾਂ ਕੋਲ ਸੀ ਕਿਉਂ ਵੱਡੇ ਲੋਕਾਂ ਕੋਲ ਦੋ ਹੀ ਮਾਰਕੇ ਹੁੰਦੇ ਸੀ ਹਾਂ ਜੀ ਇੱਕ ਅੰਬੈਸਡਰ ਇੱਕ ਫੀਐਟ ਤੀਜਾ ਤਾਂ ਮਾਰਕੇ ਕੋਈ ਨਹੀਂ ਸੀ ਤੀਜਾ ਮਾਰਕੇ ਕੋਈ ਨਹੀਂ ਸੀ ਉਹ ਤੋਂ ਬਾਅਦ ਤਾਂ ਪਤਾ ਨਹੀਂ ਕਿੰਨੀਆਂ ਗੱਡੀਆਂ ਚੁੱਕਾਂ ਉਹ ਤਾਂ ਗੱਡੀਆਂ ਦਾ ਨਾਂ ਨਹੀਂ ਯਾਦ ਆਉਂਦਾ ਹੁਣ ਤਾਂ ਯਾਦ ਇੱਕ ਮੈਨੂੰ ਕਹਿਣ ਲੱਗਿਆ ਹਾਂਜੀ ਉਹ ਗੱਡੀ ਕੀ ਉਹਦਾ ਨਾਂ ਕੀ ਹੁੰਦਾ ਕੀ ਇੱਕ ਗੱਡੀ ਦਾ ਨਾਂ ਕੀ ਈਡੀ ਵੀ ਕੋਈ ਗੱਡੀ ਕੀ ਹੈ ਹੈ ਨਹੀਂ ਉਹ ਹੈ ਨਹੀਂ ਕੜੇ ਵਾਲੀ ਗੱਡੀ ਉਹਦਾ ਨਾਂ ਕੀ ਆਉਡੀ ਆਉਡੀ ਕਹਿੰਦੀ ਆਉਡੀ ਹੈ ਮੈਂ ਕਿਹਦੀ ਹੈ ਕਹਿੰਦੇ ਆਉਡੀ ਹੈ ਮੈਂ ਕਿਹਾ ਕਿਹਦੀ ਕਹਿੰਦੀ ਆਉਡੀ ਮੈਂ ਸਮਝ ਵੀ ਆਉਂਦੀ ਹੈ ਮੈਂ ਕਿਹਦੀ ਹੈ ਮੈਂ ਇੱਕ ਫਰਲਾਗ ਉਹਦੇ ਨਾਲ ਬਹਿਸ ਕਰਦਾ ਮੈਂ ਕਿਹਦੀ ਹੈ ਤੂੰ ਦੱਸੇਗਾ ਕਹਿੰਦੀ ਓਡੀ ਹੈ ਉਹ ਓਡੀ ਕਹੀ ਜੀ ਮੈਨੂੰ ਉਹਦੀ ਸੁਣੀ ਜਾਵੇ ਉਹਦੀ ਹੈ ਮੈਂ ਕਿਹਾ ਕਿ ਕੋਈ ਨਾਂ ਵੀ ਲਵੇਗਾ ਕਹਿੰਦੀ ਗੱਡੀ ਦਾ ਨਾਂ ਓਡੀ ਮੈਂ ਕਿਹਾ ਗੱਡੀ ਦਾ ਗੱਡੀਆਂ ਤਾਂ ਸਹੀ ਹੈ ਇੱਕ ਇੱਕ ਜਿਹੜਾ ਮਤਲਬ ਇੱਕ ਅਜਿਹਾ ਗਾਣਾ ਜਿਹਦੇ ਤੋਂ ਬਾਅਦ ਮਤਲਬ ਪੂਰੀ ਇੱਕ ਵਾਰ ਅਸਮਾਨਾਂ ਨੂੰ ਛੋਹਣ ਵਾਲੀ ਗੱਲ ਹੋ ਗਈ ਹੋਵੇ ਕੋਈ ਅਜਿਹਾ ਗਾਣਾ ਵੈਸੇ ਤਾਂ ਮੈਂ ਆਪ ਜੀ ਨੂੰ ਦੱਸਦਾ ਜੀ ਵੀ ਸਾਰੇ ਗਾਣੇ ਸਾਨੂੰ ਪਤਾ ਵੀ ਇਕੱਲਾ ਇਕੱਲੇ ਗਾਣੇ ਲੋਕਾਂ ਨੇ ਜਿਵੇਂ ਮਾਂ ਬਾਪ ਨੂੰ ਆਪਣੇ ਪੁੱਤਰ ਪਿਆਰੇ ਹੁੰਦੇ ਨੇ ਬੱਚੇ ਪਿਆਰੇ ਹੁੰਦੇ ਨੇ ਇਵੇਂ ਜਿਵੇਂ ਸਿੰਗਰ ਨੂੰ ਹਰ ਗੀਤ ਜਿਹੜਾ ਉਹਨੇ ਗਾਉਣਾ ਉਹ ਸੋਚ ਕੇ ਹੀ ਗਾਉਂਦੇ ਵੀ ਮੈਂ ਗਾਵਾਂ ਕਿ ਨਾ ਗਾਵਾਂ ਜਿਹੜਾ ਮਤਲਬ ਸਹੀ ਮਾਨੇ 'ਚ ਆਰਟਿਸਟ ਹੈਗਾ ਮੈਂ ਉਹਦੀ ਗੱਲ ਕਰਦਾ ਨਹੀਂ ਤਾਂ ਕਈ ਵਾਰੀ ਬੰਦੇ ਆਉਂਦੇ ਨੇ ਜੀ ਸਾਡਾ ਗੀਤ ਗਾ ਦਿਉ 500 ਰੁਪਈਆ ਲੈ ਲਓ ਸਾਡਾ ਗੀਤ ਅਗਲੇ ਗਾਉਂਦੇ ਨੇ ਵੀ 500 ਤਾਂ ਆਇਆ ਬਾਅਦ 'ਚ ਕੁਛ ਆਵੇ ਕਿ ਨਾ ਆਵੇ ਦੇਖਾਂਗੇ ਕੀ ਆ 500 ਤਾਂ ਆਇਆ ਲੇਕਿਨ ਮੈਂ ਨਹੀਂ ਆਦੇ ਜ਼ਿੰਦਗੀ 'ਚ ਐਸਾ ਕਦੇ ਕੀਤਾ ਨਹੀਂ ਹੈਗਾ ਮੈਂ ਜਿਹੜਾ ਗੀਤ ਪਹਿਲਾਂ ਮੈਨੂੰ ਮਿਲ ਗਿਆ ਪਹਿਲਾਂ ਮੈਂ ਸਟੇਜ 'ਤੇ ਪਰਫਾਰਮ ਕੀਤੀ
ਹੈ ਜੀ ਪਹਿਲਾਂ ਤਾਂ ਆਪ ਸਮਝਿਆ ਵੀ ਇਹਨੂੰ ਇਹਨੂੰ ਸਿਵੇਂ ਗਾਉਣਾ ਕਿਵੇਂ ਆ ਠੀਕ ਹੈ ਜੀ ਕੰਪੋਜ਼ ਜਿਵੇਂ ਅੱਜ ਕੱਲ੍ਹ ਕਹਿੰਦੇ ਪਹਿਲਾਂ ਕੰਪੋਜ਼ੀਸ਼ਨ ਬਣਾਉਣੀ ਫਿਰ ਇਹਨੂੰ ਪੇਸ਼ ਕਿਵੇਂ ਕਰਨਾ ਹੈ ਜੀ ਫਿਰ ਲੋਕਾਂ ਦਾ ਰਿਸਪਾਂਸ ਦੇਖਣਾ ਹੈ ਜੀ ਵੀ ਜੇ ਤਾਂ ਪਸੰਦ ਆ ਗਿਆ ਕਿਸੇ ਨੇ ਕੂਣੀ ਮਾਰਦੀ ਕਿਸੇ ਨੇ ਜੇ ਤਾਂ ਕੋਈ ਚਿਹਰਾ ਖਿਲਿਆ ਫਿਰ ਤਾਂ ਸਮਝ ਲੈ ਵੀ ਇਹ ਗੀਤ ਚੱਲੂਗਾ ਹਾਂ ਜੀ ਨਹੀਂ 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 ਫਿਰ ਗਾਉਣਾ ਨਹੀਂ ਫਿਰ ਬੰਦ ਕਰ ਦੇਣਾ ਇਸ ਤਰੀਕੇ ਨਾਲ ਜਿੰਨੀ ਰਿਕਾਰਡਿੰਗ ਕਰਾਈ ਹੈ ਮੈਂ ਐਂ ਕਰਾਈ ਹੈ ਇਸ ਤਰੀਕੇ ਨਾਲ ਹਾਂ ਮੇਰਾ ਜਿਹੜਾ ਗੀਤਕਾਰ ਸੀ ਬਾਬੂ ਸਿੰਘ ਮਾਨ ਸੀਗਾ ਉਹਦਾ ਹਰ ਇੱਕ ਗੀਤ ਉਹਦੀ ਹਰ ਇੱਕ ਲਾਈਨ ਹੀ ਲੋਕਾਂ ਨੂੰ ਯਾਦ ਹੈ ਕਿਸੇ ਨੂੰ ਵੀ ਕਹਿ ਦਿਓ ਪਹਿਲੀ ਲਾਈਨ ਬਣਾ ਦਿਓ ਉਹ ਸਾਰਾ ਗੀਤ ਸੁਣਾ ਦਿੰਦਾ ਸਾਰਾ ਗੀਤ ਸੁਣਾ ਦਿੰਦਾ ਉਹਨਾਂ ਨਾਲ ਕਿਵੇਂ ਮਤਲਬ ਮਿਲੇ ਉਹਨਾਂ ਨੂੰ ਕਿਸ ਤਰੀਕੇ ਉਹ ਜਦੋਂ ਮੈਂ ਉਸ ਕੁੜੀ ਨਾਲ ਗਾਉਂਦਾ ਸੀ ਨਾ ਜਿਹੜੇ ਮੈਂ ਛੱਡ ਕੇ ਇੱਥੇ ਭਮਰਾ ਸਾਹਿਬ ਕੋਲ ਹਾਂਜੀ 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 ਉਹ ਦੀਪ ਸਿੰਘ ਵਾਲੇ ਪ੍ਰੋਗਰਾਮ ਸੀਗਾ ਠੀਕ ਹੈ ਉਧਰ ਉਦੋਂ ਬਾਈ ਜਗਮੀਤ ਜੀ ਹੈਗੇ ਨੇ ਜਿਹੜੇ ਬਰਾੜ ਸਾਹਿਬ ਹਾਂਜੀ ਉਹਨਾਂ ਦੇ ਫਾਦਰ ਸੀਗੇ ਸ਼ਾਇਦ ਗੁਰਮੀਤ ਸਿੰਘ ਜੀ ਉਹ ਮਿਨਿਸਟਰ ਸੀਗੇ ਉਹਨਾਂ ਦਾ ਦੀਪ ਸਿੰਘ ਵਾਲੇ ਪ੍ਰੋਗਰਾਮ ਸੀਗਾ ਉਸ ਸਟੇਜ ਦੇ ਉੱਤੇ ਉਹ ਕੁੜੀ ਨਾਲ ਤਾਂ ਹਰਚਰਨ ਗਰੇਵਾਲ ਗਾਉਂਦਾ ਸੀਗਾ ਜੀ ਮੇਰਾ ਇੱਕ ਗੀਤ ਹੋਇਆ ਮੈਂ ਉਹੀ ਗੀਤ ਗਾਤਾ ਮੇਰੀ ਐਸੀ ਚਾਂਦਰ ਛਣ ਕੇ ਛਣਕਾਟਾ ਪੈਂਦਾ ਗਲੀ ਗਲੀ ਠੀਕ ਹੈ ਉਹ ਮੇਰੇ ਗਾਉਣ 'ਚ ਔਰ ਜਿਹੜਾ ਕੁੜੀ ਨਾਲ ਗੀਤ ਗਾਉਂਦਾ ਸੀਗਾ ਉਹਦੇ ਗਾਉਣ 'ਚ ਥੋੜ੍ਹਾ ਜਿਹਾ ਫਰਕ ਸੀਗਾ ਜੀ ਅਤੇ ਲੋਕਾਂ ਨੇ ਪਸੰਦ ਵੀ ਕੀਤਾ ਹਾਂਜੀ ਉਸ ਤੋਂ ਮਗਰੋਂ ਮਾਨ ਸਾਹਿਬ ਸਾਨੂੰ ਆਪਣੇ ਘਰੇ ਲੈ ਗਏ ਮਾਨ ਸਰਪੰਚ ਹੁੰਦਾ ਸੀ ਪਿੰਡ ਦਾ ਠੀਕ ਹੈ ਮਰਾਣਾ ਦਾ ਠੀਕ ਹੈ ਜੀ ਮਰਾਣਾ ਦੇ ਕੋਲ ਹੀ ਦੀਪ ਸਿੰਘ ਵਾਲਾ ਨਾਲ ਹੀ ਰਹਿੰਦਾ ਹਾਂਜੀ ਤੇ ਪਿੰਡ ਲੈ ਗਏ ਪਿੰਡ ਮੈਨੂੰ ਕਹਿੰਦੇ ਤੂੰ ਕੀ ਕਰਦੇ ਹੁਣ ਮੈਂ ਕੀ ਕਰਨਾ ਸੀ ਮੈਂ ਨੌਕਰੀ ਕਰਦਾ ਸੀਗਾ ਇਹ ਮੈਨੂੰ ਉੱਥੋਂ ਲੈ ਆਏ ਨੇ ਹੁਣ ਮੈਂ ਇਹਨਾਂ ਦੇ ਕੋਲ ਕਹਿੰਦੇ ਅੱਛਾ ਉਹ ਫਿਰ ਉਹਨਾਂ ਨੇ ਫਿਰ ਉਹ ਜਿਹੜਾ ਮੁੰਡਾ ਗਾਉਂਦਾ ਸੀ ਹਰਚਰਨ ਉਹਨੂੰ ਹਟਾ ਤਾ ਮੈਨੂੰ ਰੱਖ ਲਿਆ ਠੀਕ ਹੈ ਮੈਂ ਸਾਲ ਕੁ ਪਰ ਉਹਨੂੰ ਲਗਾਇਆ ਉੱਥੋਂ ਫਿਰ ਮੈਂ ਦੁਕਾਨੇ ਸ਼ੁਰੂ ਕਰ ਦਿੱਤੇ ਠੀਕ ਹੈ ਦੁਕਾਨਾਂ ਤੋਂ ਉਸ ਤੋਂ ਪਹਿਲਾਂ ਵੀ ਮੇਰਾ ਹੋ ਗਿਆ ਸੀਗਾ ਜੀ ਉਸ ਕੁੜੀ ਨਾਲ ਮੇਰੇ ਅੱਠ ਗੀਤ ਜਿਹਨਾਂ ਗਾਉਂਦਾ ਸੀਗਾ ਲੰਬੀ ਸੀਟੀ ਮਾਰ ਮਿੱਤਰਾ ਮੈਂ ਭੁੱਲ ਗਈ ਮੋੜ 'ਤੇ ਆ ਕੇ ਉਹਦੇ ਨਾਲ ਛੜਿਆਂ ਦੇ ਘਰ ਭੇਟ ਲਵੇਰੀ ਵੰਡ ਵੰਡੇ ਵਿਚਾਰੇ ਕੱਚਾ ਦੁੱਧ ਲੈ ਜਾ ਵੰਡ ਕੇ ਸਾਡੀ ਧਾਰ ਕੱਢ ਜਾ ਮੁਟਿਆਰੇ ਇਹੋ ਜਿਹਾ ਕੁਛ ਸੀਗਾ ਉਹ ਕਈ ਗੀਤ ਸੀਗੇ ਉਹ ਗਾਏ ਸੀਗੇ ਅਤੇ ਉਹ ਸੱਤ ਅੱਠ ਗੀਤ ਸੀਗੇ ਖਰਬੂਜੇ ਵਰਗੀ ਜੱਟੀ ਖਾਲੀ ਵੇ ਕਾਲੇ ਲਾਗ ਲਏ ਇਹੋ ਜਿਹਾ ਕੁਛ ਸੀਗਾ ਅਤੇ ਉਹ ਗੀਤ ਉਹ ਵੀ ਬਹੁਤ ਚੱਲੇ ਸੀ ਉਸ ਤੋਂ ਮਗਰ ਮੈਂ ਉੱਥੋਂ ਹਟ ਗਿਆ ਫਿਰ ਰਣਜੀਤ ਕੌਰ ਜੀ ਨਾਲ ਤੇਰਾ ਲੈਣ ਮੁਕਲਾ ਵਾਲੀ ਮੈਂ ਆਇਆ ਬੱਲੀ ਲੈ ਕੇ ਜਾਣਾ ਇਹ ਪਹਿਲਾਂ ਗੀਤ ਜੇ ਤੁਸੀਂ ਨਿਆਰੇ ਕੋਲੋਂ ਨੱਤੀਆਂ ਕਢਾਉਣੀਆਂ ਮੁੰਦਰੀ 'ਚ ਲੱਗ ਜੜਵਾ ਦੇ ਹਾਣੀਆਂ ਮੈਨੂੰ ਚਾਂਦੀ ਦੀਆਂ ਚਾਂਦਰਾਂ ਕਢਾ ਦੇ ਹਾਣੀਆਂ ਇਹ ਪਹਿਲਾਂ ਗੀਤ ਸੀਗਾ ਸਾਡਾ ਬਹੁਤ ਚੱਲਿਆ ਚਲੋ ਲੋਕਾਂ ਨੇ ਬੜਾ ਮਨਜ਼ੂਰ ਕਰ ਲਿਆ ਫਿਰ ਮਾਨ ਸਾਹਿਬ ਦੇ ਗੀਤਾਂ ਦੀ ਜਿਹੜੀ ਭਾਸ਼ਾ ਉਹ ਬਹੁਤ ਸਰਲ ਹੈ ਜੀ ਆਮ ਲੋਕਾਂ ਦੀ ਸਮਝ ਵਾਲੀ ਔਰ ਆਮ ਲੋਕਾਂ ਦੀ ਜ਼ਿੰਦਗੀ ਬਾਰੇ ਉਹਨਾਂ ਨੇ ਲਿਖਿਆ ਹੈ ਜੀ ਜਿਹੜੇ ਲੋਕ ਪਿੰਡਾਂ 'ਚ ਰਹਿੰਦੇ ਨੇ ਉਹਨਾਂ ਦੇ ਰਿਸ਼ਤਿਆਂ ਬਾਰੇ ਉਹਨਾਂ ਦੀ ਦੋਸਤੀ ਬਾਰੇ ਉਹਨਾਂ ਦੇ ਪਿਆਰ ਮੁਹੱਬਤ ਬਾਰੇ ਉਹਨਾਂ ਦੇ ਟੋਕਾ ਟੋਕੀ ਬਾਰੇ ਹੈ ਜੀ ਨੋਕ ਚੋਕ ਬਾਰੇ ਸਾਰਾ ਕੁਛ ਉਹਨਾਂ ਨੇ ਲਿਖਿਆ ਵੀ ਅਸੀਂ ਗਾਉਂਦੇ ਰਹੇ ਉਹ ਗਾਉਂਦੇ ਰਹੇ ਅੱਛਾ ਇੱਕ ਦੌਰ ਆਇਆ ਜਿਹੜਾ ਜਿਹਨੂੰ ਅਸੀਂ ਕਾਲਾ ਦੌਰ ਜਾਂ ਤੁਆ ਦਾ ਦੌਰ ਵੀ ਕਹਿ ਸਕਦੇ ਹਾਂ ਖਾੜਕੂਵਾਦ ਦਾ ਦੌਰ ਵੀ ਕਹਿ ਸਕਦੇ ਹਾਂ ਅਲੱਗ ਅਲੱਗ ਭਾਸ਼ਾ ਉਹਦੇ ਵਿੱਚ ਆ ਕੇ ਗਾਇਕਾਂ ਅਤੇ ਕਾਫੀ ਜਿਹੜਾ ਉਦੋਂ ਗਾਇਕੀ ਬੜੀ ਔਖੀ ਹੋ ਗਈ ਸੀ ਜਦੋਂ ਚਮਕੀਲਾ ਦਾ ਕਤਲ ਵੀ ਹੁੰਦਾ ਉਦੋਂ ਕਿਵੇਂ ਮਤਲਬ ਉਦੋਂ ਕਿਵੇਂ ਮੈਨੇਜ ਕੀਤਾ ਤੁਸੀਂ ਦਰਅਸਲ ਗੱਲ ਸੀ ਵੀ ਲੋਕਾਂ ਦੇ ਮਨ 'ਚ ਮੇਰੇ ਵਾਸਤੇ ਕੁਝ ਪਿਆਰ ਸੀਗਾ ਰਣਜੀਤ ਜੀ ਵਾਸਤੇ ਮੇਰੇ ਵਾਸਤੇ ਰਣਜੀਤ ਜੀ ਵਾਸਤੇ ਇੰਨਾ ਜ਼ਿਆਦਾ ਪਿਆਰ ਸੀਗਾ ਇੱਕ ਵਾਰ ਅਸੀਂ ਇੱਕ ਪ੍ਰੋਗਰਾਮ 'ਤੇ ਗਏ ਕੋਠੇ 'ਤੇ ਬੈਠੇ ਹਾਂ ਰਣਜੀਤ ਜੀ ਦੀ ਉਂਗਲੀ ਆ ਗਈ ਸੀਗੀ ਇਹਦੇ 'ਚ ਤਾਕੀ 'ਚ ਉਹਨਾਂ ਨੇ ਉਹ ਉਂਗਲੀ ਬੰਨ੍ਹੀ ਹੋਈ ਅਤੇ ਕੁੜੀਆਂ ਸ਼ਾਇਦ ਪਟਿਆਲੇ ਤੋਂ ਸੀਗੀਆਂ ਉਹ ਰਿਸ਼ਤੇਦਾਰ ਉਹਨਾਂ ਦੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਸੀਗੀਆਂ ਉਹ ਮਿਲਣ ਵਾਸਤੇ ਆ ਗਈਆਂ ਉਹ ਮੈਂ ਉੱਥੇ ਬੈਠਾ ਸੀਗਾ ਭੈਣ ਜੀ ਕੀ ਹੋ ਗਿਆ ਕਹਿੰਦੀ ਤਾਕੀ 'ਚ ਆ ਗਈ ਹੈ ਭੈਣ ਜੀ ਸਾਡੀ ਉਂਗਲੀ ਆ ਜਾਂਦੀ ਥੋੜ੍ਹੀ ਨਾ ਉਹਦੀ ਮਤਲਬ ਇੰਨਾ ਪਿਆਰ ਰਣਜੀਤ ਨੇ ਖੱਟਿਆ ਲੋਕਾਂ ਤੋਂ ਹੈ ਜੀ ਮਤਲਬ ਲੋਕ ਪਿਆਰ ਕਰਦੇ ਸੀਗੇ ਸਾਨੂੰ ਕੋਈ ਵਾਰਨਿੰਗ ਤਾਂ ਨਹੀਂ ਆਈ ਹੈ ਜੀ ਅਤੇ ਨਾ ਹੀ ਇੱਕ ਵਾਰੀ ਮਤਲਬ ਉਂਝ ਮੈਨੂੰ ਇੱਕ ਵਾਰੀ ਇੱਕ ਦੋ ਵਾਰੀ ਗੱਡੀ ਗੁੱਡੀ ਮੰਗੀ ਮੈਥੋਂ ਮੈਂ ਕਿਹਾ ਵੀ ਮੈਂ ਗੱਡੀ ਨਹੀਂ ਦੇ ਸਕਦਾ ਮੇਰੇ ਵਾਸਤੇ ਪ੍ਰੋਬਲਮ ਹੈ ਫੋਨ ਆਇਆ ਵੀ ਗੱਡੀ ਦਿਓ ਵੀ ਗੱਡੀ ਦਿਓ ਮੈਂ ਮੇਰੇ ਵਾਸਤੇ ਪ੍ਰੋਬਲਮ ਹੈ ਕਿਉਂਕਿ ਮੇਰੀ ਗੱਡੀ ਨੂੰ ਸਾਰੇ ਜਾਣਦੇ ਨੇ ਉੱਥੇ ਕੋਈ ਗਸ਼ਤੀ ਪੁਲਿਸ ਫਿਰਦੀ ਹੋਈ ਉਹਨਾਂ ਨੇ ਕਹਿਣਾ ਸਦੀਕ ਆ ਰਿਹਾ ਮਿਲ ਲਵੋ ਸਦੀਕ ਦੇ ਤਾਂ ਵਿੱਚ ਤੁਸੀਂ ਬੈਠੇ ਹੋਵੋਗੇ ਹੈ ਜੀ ਤੁਹਾਨੂੰ ਤਾਂ ਆਪਾਂ ਬਚ ਕੇ ਚਲੇ ਵੀ ਜਾ ਸਕਦੇ ਹੋ ਸਕਦਾ ਤੁਹਾਨੂੰ ਵੈਸੇ ਵੀ ਕਹਿੰਦੇ ਚੰਗਾ ਜਾਓ ਪਰ ਮੇਰੀ ਰਿਪੋਰਟ ਤਾਂ ਹੋ ਜੂਗੀ ਨਾ ਇਹਦੀ ਗੱਡੀ ਵਰਤੀ ਜਾ ਰਹੀ ਹੈ ਅਤੇ ਮੈਂ ਤਾਂ ਮਾਰਿਆ ਗਿਆ ਇਸ ਕਰਕੇ ਮੈਂ ਗੱਡੀ ਨਹੀਂ ਦੇ ਸਕਦਾ ਮੈਂ ਇਹ ਨਹੀਂ ਮਤਲਬ ਗੱਲਾਂ ਕਰਕੇ ਉਦੋਂ ਡਾਊਨ ਪਿਆ ਮਤਲਬ ਕੰਮ ਕੰਮ ਘਟ ਰਿਹਾ ਉਸ ਸਮੇਂ ਨਹੀਂ ਕੰਮ ਤਾਂ ਰਿਹਾ ਲੇਕਿਨ ਫਿਰ ਵੀ ਡਾਊਨਫਾਲ ਆ ਗਿਆ ਸੀਗਾ ਠੀਕ ਹੈ ਡਾਊਨਫਾਲ ਬਹੁਤਾ ਡਾਊਨਫਾਲ ਉਦੋਂ ਆਇਆ ਜਦੋਂ ਬਲਿਊ ਸਟਾਰ ਆਪਰੇਸ਼ਨ ਹੋਇਆ ਠੀਕ ਹੈ 84 'ਚ ਉਦੋਂ ਕਾਫੀ ਹੋ ਗਿਆ ਉਦੋਂ ਬਹੁਤ ਜ਼ਿਆਦਾ ਹੋਇਆ ਉਦੋਂ ਬਰਾਤਾਂ ਵੀ ਬੰਦ ਹੋ ਗਈਆਂ ਜੀ ਗਾਉਣ ਵਾਲੇ ਨੇ ਤਾਂ ਬੰਦ ਹੋਣੀ ਜਦੋਂ ਬਰਾਤ ਨਹੀਂ ਹੈ
ਗੋਲਵਾਲਾ ਕਿੱਥੇ ਜਾਊਗਾ ਹਾਂਜੀ ਇਹ ਫਿਰ ਕਾਫੀ ਡਾਊਨਫਾਲ ਆ ਉੱਠਿਆ ਕਿਹੜੇ ਸਾਂ ਚ ਜਾ ਕੇ ਦੁਬਾਰਾ ਫਿਰ ਆਪ ਕਦੋਂ ਹੋਏ ਜ਼ਿਆਦਾ ਫਿਰ ਜਦੋਂ ਉੱਠਿਆ ਨਾ ਇਹ ਫਿਰ ਜਦੋਂ ਸਰਕਾਰ ਬਣੀ 92 ਚ ਠੀਕ ਹੈ ਉਦੋਂ ਬੇਅੰਤ ਸਿੰਘ ਦੀ ਦੁਬਾਰਾ ਇਹ ਵੀ ਇੱਕ ਗੱਲ ਕਹੀ ਜਾਂਦੀ ਹੈ ਹੁਣ ਗੁਰਦਾਸ ਮਾਨ ਵੇਲੇ ਚਰਚਾ ਚਾਈ ਸੀ ਕਿ ਗਵਾਈਆਂ ਨੂੰ ਜਿਵੇਂ ਗੁਰਦਾਸ ਮਾਨ ਸਾਹਿਬ 'ਤੇ ਗੱਲ ਆਉਂਦੀ ਹੈ ਜਾਂ ਵੀ ਉਹ ਉਦੋਂ ਸਰਕਾਰ ਨੇ ਵੱਧ ਪ੍ਰਮੋਟ ਕੀਤਾ ਇਹ ਗੱਲ ਅਜਿਹੀ ਕੋਈ ਹੈ ਨਹੀਂ ਇੰਨੀ ਗੱਲ ਜ਼ਰੂਰ ਸੀਗੀ ਬਈ ਸਰਦਾਰ ਬੇਅੰਤ ਸਿੰਘ ਜੀ ਨੇ ਮੈਨੂੰ ਕਿਹਾ ਜੀ ਕਹਿੰਦੇ ਵੀ ਸਦੀਕ ਐਂ ਕਰੋ ਪੰਚਾਇਤਾਂ ਨੂੰ ਜਾ ਕੇ ਕਹੋ ਆਪਣੇ ਪਿੰਡ 'ਚ ਮੇਲਾ ਕਰਾਉਣ ਠੀਕ ਹੈ ਹਾਂਜੀ ਦੋ ਕਲਾਕਾਰ ਅਸੀਂ ਦੇ ਦੇਵਾਂਗੇ ਇੱਕ ਪਬਲਿਕ ਰਿਲੇਸ਼ਨ ਵੱਲੋਂ ਅਤੇ ਦੂਜਾ ਕਲਚਰ ਅਫੇਅਰ ਵੱਲੋਂ ਠੀਕ ਹੈ ਜੀ ਅਤੇ ਇੱਕ ਭਾਈ ਤੂੰ ਚਲਾ ਜਾਇਆ ਕਰ ਅਤੇ ਲੋਕ ਇਕੱਠੇ ਹੋ ਜਾਣਗੇ ਮੈਂ ਕਿਹਾ ਜੀ ਇਹਦਾ ਫਾਇਦਾ ਕੀ ਹੋਊਗਾ ਕਹਿੰਦੇ ਇਹਦਾ ਫਾਇਦਾ ਇਹ ਹੋਊਗਾ ਲੋਕ ਜਦੋਂ ਇਕੱਠੇ ਹੁੰਦੇ ਨੇ ਨਾ ਫਿਰ ਡਰ ਔਰ ਭੈ ਨਹੀਂ ਹੁੰਦਾ ਇਕੱਲਾ ਇਕੱਲਾ ਬੰਦਾ ਤਾਂ ਨਾ ਉੱਧਰ ਉਹ ਤੁਰਿਆ ਹੁੰਦਾ ਉੱਧਰ ਉਹ ਤੁਰਿਆ ਹੁੰਦਾ ਉਹਦੇ ਮਨ 'ਚ ਸ਼ੰਕਾ ਹੋਊਗਾ ਵੀ ਇਹਨੇ ਮੈਨੂੰ ਮਾਰ ਦੇਵੇ ਉਹਦੇ ਮਨ 'ਚ ਸ਼ੰਕਾ ਹੋਊਗਾ ਇਹਨੇ ਮੈਨੂੰ ਮਾਰ ਦੇਵੇ ਜਦੋਂ ਇਕੱਠੇ ਹੋ ਜਾਣਗੇ ਨਾ ਫਿਰ ਕਮ ਸੇ ਕਮ ਭੈ ਦੂਰ ਹੋ ਜਾਂਦਾ ਇਹ ਕੰਮ ਤੁਸੀਂ ਕਰੋ ਪੰਜਾਬ ਦੇ ਬੜੇ ਬੰਦੇ ਹਾਲਾਤ ਨੇ ਲੋਕ ਇਕੱਠੇ ਹੋਣਗੇ ਨਾ ਇਕੱਠੇ ਹੋ ਕੇ ਇੱਕ ਦੂਜੇ ਨਾਲ ਦੁੱਖ ਸੁੱਖ ਵੀ ਕਰਦੇ ਨੇ ਇੱਕ ਦੂਜੇ ਦਾ ਹਾਲ ਚਾਲ ਪੁੱਛਦੇ ਨੇ ਇਸ ਕਰਕੇ ਤੁਸੀਂ ਕਰੋ ਇਹੋ ਜਿਹਾ ਕੁਛ ਸੀਗਾ ਅਜਿਹਾ ਕੁਛ 8 ਸਾਲ ਲਗਾਤਾਰ ਉਹਨਾਂ ਦਾ 8 ਸਾਲ ਮਤਲਬ ਕੰਮ ਡਾਊਨਫਾਲ 'ਚ ਹੀ ਰਿਹਾ ਜਦੋਂ ਤਕਰੀਬਨ 8 ਸਾਲ ਬੜਾ ਮਤਲਬ ਉਦੋਂ ਤਾਂ ਫਿਰ ਆਪਦੇ ਆਪ ਨੂੰ ਸਾਂਭਣਾ ਵੀ ਔਖਾ ਹੋਇਆ ਕਿ ਨਹੀਂ ਹੋਇਆ ਨਹੀਂ ਸਾਂਭਣਾ ਆਪੇ ਔਖਾ ਗਿਆ ਸੀਗਾ ਅਸੀਂ ਤਾਂ ਮੈਂ ਤਾਂ ਚੱਕੀ ਲਾ ਲਈ ਸੀਗੀ ਆਟੇ ਦੀ ਅੱਛਾ ਚੱਕੀ ਲਾ ਕੇ ਕੰਮ ਬਹੁਤ ਬਦਲੇ ਯਾਰ ਨਾ ਚੱਕੀ ਲਾ ਕੇ ਵੀ ਦੁਖੀ ਹੋ ਗਿਆ ਅੱਛਾ ਜੀ ਹਾਂਜੀ ਉਹ ਇੱਕ ਇੰਸਪੈਕਟਰ ਮੇਰੇ ਕੋਲ ਆਇਆ ਮੇਰੀ ਕੋਈ ਤਰੀਕ ਸੀਗੀ ਅੱਛਾ ਜੀ ਮੈਂ ਤਾਂ ਗੋਲੀ ਗੋਲੀ ਚੱਲ ਗਈ ਸੀ ਅੱਛਾ ਉਹਦੀ ਤਰੀਕ ਸੀਗੀ ਹਾਂਜੀ ਉਹ ਇੰਸਪੈਕਟਰ ਮੇਰੇ ਕੋਲ ਆ ਗਿਆ ਉਹ ਚੱਕੀ ਤਾਂ ਮੇਰੀ ਮਿਸਿਸ ਬੈਠਦੀ ਸੀਗੀ ਠੀਕ ਹੈ ਜੀ ਉਹ ਇੰਸਪੈਕਟਰ ਮੈਨੂੰ ਆ ਕੇ ਉਹ ਕਹਿੰਦਾ ਕਰੇ ਬੀਬੀ ਸਦੀਕ ਨੂੰ ਮੇਰੇ ਕੋਲ ਭੇਜ ਉਹ ਮੈਨੂੰ ਦੱਸ ਦਿਆ ਕਰੇ ਮੈਂ ਕਿਹਾ ਮੈਂ ਕਿੱਥੇ ਲੱਭਦਾ ਫਿਰ ਉਹਨੂੰ ਮਿਲੂਗਾ ਉਹ ਮੈਨੂੰ ਮਿਲ ਗਿਆ ਇਹਦੇ 'ਚ ਕਚਹਿਰੀ 'ਚ ਹਾਂਜੀ ਸਦੀਕ ਜੀ ਕੀ ਹਾਲ ਚਾਲ ਹੈ ਮੈਂ ਕਿਹਾ ਜੀ ਠੀਕ ਹੈ ਪਛਾਣਿਆ ਮੈਂ ਕਿਹਾ ਜੀ ਨਹੀਂ ਮੈਂ ਕਹਿੰਦਾ ਫੂਡ ਸਪਲਾਈ ਇੰਸਪੈਕਟਰ ਹੈ ਗੁਰਦੇਵ ਸਿੰਘ ਮੇਰਾ ਨਾਂ ਹੈ ਜੀ ਮੈਂ ਕਿਹਾ ਜੀ ਅੱਛਾ ਕਹਿੰਦੇ ਮਿਲਿਆ ਜੁਲਿਆ ਕਰੋ ਮੈਂ ਕਿਹਾ ਜੀ ਆਪਾਂ ਮਿਲਣੇ ਹੁਣ ਦੱਸੋ ਹੁਕਮ ਕਰੋ ਨਹੀਂ ਤੁਸੀਂ ਵੈਸੇ ਮਿਲੋ ਤੁਸੀਂ ਚੱਕੀ ਲਾਈ ਆ ਨਾ ਮੈਂ ਜੀ ਹਾਂ ਮਹਾਰਾਜ ਜੀ ਜੇ 4 ਪੈਸੇ ਕਮਾਉਣੇ ਨੇ ਤਾਂ ਮਿਲੋ ਮਹਾਰਾਜ ਜੀ ਮੈਂ ਤੁਸੀਂ ਤਰੀਕਾ ਦੱਸਣਾ ਤਾਂ ਹੁਣ ਹੀ ਦੱਸ ਦਿਓ ਕਹਿੰਦਾ ਚੌਲਾਂ ਦੀ ਕਣੀ ਹੁੰਦੀ ਹੈ ਨਾ ਇੱਕ ਤਾਂ ਸਸਤੀ ਹੁੰਦੀ ਹੈ ਇੱਕ ਉਹਦਾ ਆਟਾ ਚਿੱਟਾ ਹੁੰਦਾ ਤਾਂ ਉਹ ਜਦੋਂ ਵਿੱਚ ਪੈ ਜੂਗੀ ਉਹ ਕਣਕ ਦੇ ਭਾਅ ਵਿਕੂਗੀ ਮੈਂ ਮੈਨੂੰ ਮਿਲਾਵਟ ਵਾਲੇ ਦੱਸ ਰਿਹਾ ਇਹ ਮੇਰਾ ਸੁਭਾਅ ਕੁਝ ਹੋਰ ਹੈ ਹਾਂਜੀ ਸਰਦਾਰ ਜੀ ਉਹ ਆਟਾ ਕਿਵੇਂ ਵਿਕ ਜੂਗਾ ਕਿਵੇਂ ਲੋਕ ਲੈਣਗੇ ਉਹੀ ਆਟਾ ਮੈਂ ਖਾਂਦਾ ਨਾ ਨਾ ਤੁਸੀਂ ਕਿਸੇ ਹੋਰ ਚੱਕੀ 'ਚ ਲੈ ਲਿਓ ਦੇਖਾ ਤੁਸੀਂ ਉਸ ਚੱਕੀ ਵਾਲੇ ਵੀ ਤੁਸੀਂ ਨਹੀਂ ਮਿਲੇ ਕਦੇ ਚੁੱਪ ਕਰ ਗਿਆ ਮੈਂ ਤੁਸੀਂ ਉਸ ਚੱਕੀ ਵਾਲੇ ਨੂੰ ਨਹੀਂ ਮਿਲੇ ਫਿਰ ਚੁੱਪ ਕਰ ਗਿਆ ਮੈਂ ਕਹਿੰਦਾ ਜਾ ਯਾਰ ਕਹਿੰਦਾ ਮੈਂ ਚੁੱਪ ਕਰਕੇ ਤੁਰ ਗਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੈਨੂੰ ਚੱਕੀ ਬੰਦ ਕਰਨੀ ਪਈ ਚੱਕੀ ਲਾ ਲਈ ਸੀ ਹੈ ਫਿਰ ਚੱਕੀ ਲਾ ਲਈ ਸੀ ਅੱਛਾ ਇੱਕ ਜਦੋਂ ਤੁਸੀਂ ਫਿਲਮਾਂ ਦੇ ਵਿੱਚ ਵੀ ਤੁਹਾਡੇ ਕਾਫੀ ਰੋਲ ਹੈ ਕਿੰਨੀਆਂ ਫਿਲਮਾਂ 'ਚ ਰੋਲ ਹੋਇਆ ਮੇਰਾ ਕੋਈ 8-9 ਫਿਲਮਾਂ ਦੇ ਵਿੱਚ ਉਹ ਰੋਲ ਨੇ ਜਿਹੜੇ ਮੈਨੂੰ ਵੀ ਚੇਤੇ ਨੇ ਹਾਂਜੀ ਅਤੇ ਲੋਕਾਂ ਨੂੰ ਵੀ ਲੋਕਾਂ ਨੂੰ ਵੀ ਹਾਂ ਬਾਕੀ 5-4 ਫਿਲਮਾਂ ਆਈਆਂ ਜੀ ਮੇਰੀਆਂ ਜਿਹੜੀਆਂ ਕੱਟ ਚੱਲੀਆਂ ਜਾਂ ਨਹੀਂ ਚੱਲੀਆਂ ਨਹੀਂ ਉੱਧਰ ਫਿਰ ਐਂਟਰੀ ਕਿ ਨਾਟਕਾਂ ਕਰਕੇ ਜਿਵੇਂ ਪਹਿਲਾਂ ਨਾਟਕ ਨਹੀਂ ਉਹਦੇ ਵਿੱਚ ਕੀ ਹੋਇਆ ਹਾਂਜੀ ਬੜੀ ਪੁਰਾਣੀ ਗੱਲ ਆ 70 ਦੀ ਹਾਂਜੀ ਬਾਬੂ ਸਿੰਘ ਮਾਨ ਦੇ ਇੱਕ ਦੋਸਤ ਬਾਬੂ ਬੂਟਾ ਸਿੰਘ ਸ਼ਾਦ ਜੀ ਉਹਨੇ ਕੁੱਲੀ ਯਾਰ ਦੀ ਫਿਲਮ ਬਣਾਈ ਕੁੱਲੀ ਯਾਰ ਦੀ ਫਿਲਮ ਬਣਾਈ ਬਲੈਕ ਐਂਡ ਵਾਈਟ ਫਿਲਮ ਸੀਗੀ ਚਲੋ ਉਹਦੇ ਵਿੱਚ ਰਣਜੀਤ ਕੌਰ ਜੀ ਨੂੰ ਇੱਕ ਰੋਲ ਮਿਲ ਗਿਆ ਹੀਰੋਇਨ ਦੀ ਸਹੇਲੀ ਦਾ ਜੀ ਮੇਰੇ ਪੈਰ ਪਲਸਤਰ ਚੜ੍ਹਿਆ ਹੋਇਆ ਸੀਗਾ ਲੱਤ 'ਤੇ ਟਰੱਕ ਥੱਲੇ ਮੇਰਾ ਪੈਰ ਆ ਗਿਆ ਸੀਗਾ ਅਤੇ ਮੈਂ ਕੋਈ ਕੁਛ ਕਰ ਨਹੀਂ ਸਕਦਾ ਸੀਗਾ ਹੈਂਜੀ ਅਤੇ ਉਹ ਕਹਿੰਦੇ ਯਾਰ ਸਦੀਕ ਨੂੰ ਵੀ ਵਿੱਚ ਲਓ ਅਤੇ ਉਹਨਾਂ ਨੇ ਮੈਨੂੰ ਐਂ ਕਰਕੇ ਲੈ ਲਿਆ ਵੀ ਗੁਹਾਰੇ ਉਹਲੇ ਖੜ੍ਹ ਜਾ ਪੈ ਜਾ ਐਂ ਕਰਕੇ ਹੈਂਜੀ ਅਤੇ ਜਦੋਂ ਹੀਰੋ ਆਊਗਾ ਨਾ ਤਾਂ ਤੂੰ ਉਹਦੇ ਗੋਲੀ ਮਾਰਨੀ ਹੈ ਮੈਂ ਕਿਹਾ ਜੀ ਚੰਗਾ ਅਤੇ ਮੈਂ ਉਹਦੇ ਉਹਲੇ ਖੜ੍ਹ ਗਿਆ ਐਂ ਕਰਕੇ ਉਹ ਬੰਦੂਕ ਜਿਹੜੀ ਹੁੰਦੀ ਹੈ ਉਹਨਾਂ ਕੋਲ ਹੋਮ ਗਾਰਡੀਆਂ ਕੋਲ ਲੱਕੜ ਜਿਹੀ ਸੀ ਉਹ ਲੈ ਕੇ ਮੈਂ ਖੜ੍ਹ ਗਿਆ ਹਾਂਜੀ ਉਹ ਜਦੋਂ ਮੈਂ ਐਂ ਕਰਕੇ ਖੜ੍ਹਾ ਚਲੋ ਉਹਨਾਂ ਨੇ ਸੀਨ ਲੈ ਲਿਆ ਉਹ ਜਦੋਂ ਮੈਨੂੰ ਫੋਟੋ ਦਿਖਾਈ ਮੈਨੂੰ ਬੜੀ ਘੈਂਟ ਲੱਗੀ ਫੋਟੋ ਯਾਰ ਕਮਾਲ ਬੜੀ ਘੈਂਟ ਫੋਟੋ ਹੈ ਚਲੋ ਖੈਰ
उस मगरों की होया 70 तो बाद ना फिर ये गल हैगी है 75 76 दी 76 दी शायद जी साडा प्रोग्राम सीगा आप रामपुरे फूल को एक पिंड है जो मॉडल में जाइए शायद फूस मंडी उन्होंने कहते हैं पता नहीं है जी कुछ है मंडी मंडी है मंडी, मंडी गुलाबा मंडी गुलाब है तो मंडी है गुलाब मंडी मतलब पिंड पिंड है नहीं वो पिंड नाम मंडिया बने हुए अच्छा वो पिंड उत्थे प्रोग्राम सी उदों मेरे एक दोस्त एस डी ओ सी प्रीति सिंह सिद्धू बठिंडे रेंदे सी साडा आपस के बिच एक दूजे नाल मेरा मान का उन्हों का बड़ा प्यार सीगा उन्होंने एक ट्रांसपोर्ट सी जी राम रामपुरे फूल तो रामबे चलती सी वो सवेरे सवेरे उत्थे कॉलेज के मुंडे आके कहते कहते सानू इत्थे तुसी छड्डे आओ उस पिंड उन्होंने टाइम देखा वो कहते भी दो दो रुपये लवेंगे है जी वो 100-150 मुंडा कोई बिच तुन ले कुत्तों से बिठाते उन्होंने अपना 300 रुपया बना के छिदे के मुड़िया वो भाई सिद्धू उत्थे बैठे उन्होंने ट्रांसपोर्ट उन्होंने दी सी एक बार उन्हें फिर मुंडे खड़े वो कहें जी सानू छड्डो कहते 200 रुपया लगेगा है जी उन्हें पैसे फेर के मारे उन्होंने जब तीजी बार आया फिर वो कहते भी नहीं साडा हुण टाइम हो गया असीं तां जाणा वो भाई सिद्धू कहते की है तुम इन्हों छ के आने का गल की है ये बच्चे ने इन्हों छो गल की है वो कहें जी सदीक ते रंजीत का खड़ा आया होया कहते अच्छा चलो टाइम बाद चला लो इन्होंने छड़े आओ एक उन्होंने चिट्ठी लिखती ये सदीक नूं खड़ा आया सिद्धू साहब तुम हैरान होवोगे दुनिया इन्नी सी भी साडा खड़ा स्टेज पर नहीं सी लग्या अच्छा जी कोठे पर लग्या सी इन्ना कट हो गया दुनिया थले बैठी असी कोठे पर गा रहे हैं है जी वो ड्राइवर बेचारा आया कोठे के इधरले पासे उन्हें रूड़ी च लपेट के ना कागजा सट दिता गुस्सा तो मैंने बहुत है मैं कहा ए उन्हें ऐ करके ना फिर मैं देखा कागज चलो मैं चक्या चक के पढ़ लिया भाई सिद्धू का लिखा सीगा भी खाना खा के जो मैं तैयार कर रहा ठीक है जी खाना खत्म हो गया असी रामपुर दफ्तर च आ गए भाई जी कह लगे सदीक जी मैं हाँ जी इस वेले कई लोगों ने यह राय दी है भी तीन बंदे कैश करने वाले ने सदीक रंजीत ते बाबू सिंह मान कोई आप ऐसा कम करिए मैं कहा जी कर लें थोड़े दिन बाद नरेंद्र बीबा जी मिलने वास्ते वो जरा वरिंदर सीगा फिल्म बना हीरो ते डायरेक्टर वो इन्हों मिलने वास्ते आया इन्होंने मैं फोन मार के बजाया भी वरिंदर चाह पीना आता तू भी आ जा मैं चलिया गया वरिंदर मैं जानता नहीं सीगा बैठे गल्लां बातें करी गए तो वरिंदर ने बीबा जी के भरा पूछया ये भाई साहब कौन ने वो कहें जी भी आर्टिस्ट है बहुत अच्छा वधिया अच्छा आर्टिस्ट ने मैं बस देखने लगा मैंने कहता अच्छा जी तुम कि गाँव गाया हम मैं कि गाँव दसा मैं जी बस गल ही मैंने तुम ये दसो फिल्म किन्ने च बनती है वो कहते तुम 1,00,000 रुपया ले आओ बाकी मैं क्रेडिट करा दूंगा ले आओ 1,00,000 रुपया मैं फिर ये सोच के भी 25,000-25,000 रुपया पा दें चार बंदे इकट्ठे हो जाने मैं ये सोच के ना भाई सिद्धू ने जो कहा असी इकट्ठे हो गए साडा एक दोस्त हुंदा सी बलदेव सुल्तानी मैं बलदेव दानी बाबू सिंह मान भाई सिद्धू असी उत्थे चले गए जाके वरिंदर नूं मिले वरिंदर कहता भाई मैं बाद जाके मिलदा मैं एक फिल्म का वो देखण चलिया ट्रेलर नहीं वो कुछ कहते थे की कहते प्रीमियर भी सी है ट्रायल देखण चलिया वो पौड़ियां थले उतर गया फ्लैट च रहिंदा सीगा फिर थोड़ा जिहा चढ़ के कहता तुसीं भी आ जाओ तुसीं भी देख लियो असीं इत्थे चले गए वो फिल्म सीगी जट्टी शायद जी रजा बरादर कम करता सी सतीश कौल असी देखी देखे वो साढ़े बंदे ना सतीश कौल बहुत पसंद आ गया बलदेव नूं कहता यार आपां हीरो इहनूं लवांगे बाद नाल झगड़ पिया मैं कहा जो तो गल की हुई वरिंदर नाल तां हीरो लवांगे नाले तुहानूं क्रेडिट कराऊगा कहता नहीं नहीं वरिंदर का मूँह तो चिबकड़बा जिहा आपां इहनूं लवांगे मैनूं गुस्सा आई जावे वी की बंदा चल गल्लां करदे करदे असी कम वो फिल्म देख के होटल से जो आए साड़ी इस गल ते बहस हो गई मैं उन्होंने कहा मैं देखो मेरी गल सुनो जो मैं लड़ना तो हीरो लेना पड़ेगा फिर गल इतें अट गई भी आप दो हीरो ले लें हीरोइन एक ले लें ठीक है कहानी यही बनवाओ है जी
चलो वो नाल करके ना असी सरदार पाक सिंह तो कहानी लिखा ली, डायलॉग बाबू सिंह मान ने लिख लिया, गीत लिख लिया उन्होंने, म्यूजिक मैं देता, साड़ी वो फिल्म सहदा जोगन बन गई और इन्नी अच्छी बनी, इन्नी अच्छी बनी, बहजा बहजा हो गई, मैं विलन से उहदे च। परिवार की भी गल कर ली, स्टार्टिंग की भी गल कर ली, ये गायकी का बदलता दौर क्या जी थोड़े तो पत्थर के तव्यां तो पत्थर के तव्यां तो लैके हुण तुसीं दा डिजिटल युग नूं देखिया, ये किवें बदलिया, किवें लग्या तुहानूं पत्थर के तव्यां वेले कि नज़ारा सी, उस तो बाद कैसटां वेले नज़ारा सी जां हुण बहुत वधिया? देखो जिहड़ा वो दौर सी ना, हाँ जी, उहदे च रियलिटी घट मिलदी सीगी, ठीक है जी, क्योंकि वो जो पत्थर का रिकॉर्ड सीगा वो मशीन से चलता सी, मशीन किसे किसे कोल हुंदी सी या स्पीकर वाले कोल हुंदी सी, ते पंज सत्त पिंडां दे विच एक स्पीकर हुंदा सीगा जिहड़ा आम तौर पर व्याहां ते बजदा सीगा, हाँ जी, तो रिकॉर्ड जिहड़ा बिकदा सी ना वो लिमिटेड उहदी बिक्री सीगी, है जी, उस तो मगरों आ गया कैसटां दा दौर, कैसट ज़्यादा बिकन लग गई क्योंकि मशीन 3-4 सौ रुपए की मशीन आ जाती सी, 10-15 रुपए की कैसट आ जाती सी, है जी, उहदी रियलिटी ज़्यादा मिलन लग गई, है जी, उस तो मगरों पता नहीं की कुछ हो गया, टेक्नीक ने एक तो म्यूजिक नूं बढ़ावा भी बहुत दिता पर म्यूजिक का सत्यानाश भी बहुत किया, है जी, टेक्नीक ऐसी आ गई जदों असीं रिकॉर्डिंग कराते जे भुल गए हाँ, बिसुरे हो गए हाँ, बेताले हो गए हाँ, तो शुरू तो फिर शुरू करना पैंदा सी, ठीक है, हुण पोजीशन यह है जे भुल गए हो हाँ जी तो शुरू कर लो, उतों जोड़ लेंगे ने, है जी, जे बिसुरे हो गए उन्हें मशीन ठीक कर दी है, इन्ना का मतलब वह रियाज़ वह मेहनत है जी वह जुझारूपण वह गल नहीं रही है, हुण जिहड़ा कम हो रहा ना मशीनी कम हो रहा, मशीनी रियलिटी खत्म हो गई, जिहड़ी मतलब पहले रियलिटी हुंदी, बिल्कुल बिल्कुल बिल्कुल, पहले तो जो मतलब कहते भी गाना हैक दे जोर का काम हुंदा सी, मेरा हुण जिहड़ा गला खराब होया होया, हाँ जी, आम तौर पर तुसीं सुणदे हो जदों मैं बोलदा आम वह गला नहीं हैगा जिहड़ा हुंदा चाहे, ये जोर ला ला के खराब होया, जिहड़ा स्पीकर साडे वास्ते हुंदा सी ना, हाँ जी, साडे वास्ते, हाँ जी, जिहड़े चूहे मारन वालियां दवाइयां ने ना वह चक्की मिलदी बोलते माणक साहब सीगे सुनदा सदीक सीगा सुनदा वो बड़ी अजीब जी कहानी सीगी, सानू वैसे जैत वाले तारी ने साडे वास्ते उहना दिलां च बहुत वधिया राह खोलिया, हाँ जी, उहदे कोल एक माइक हुंदा सी शोर दा माइक, अच्छा जी, वह बहुत बड़ा माइक हुंदा सीगा, अच्छा हुंदा सीगा, हाँ जी, वह एक जगह लै आया, वह कहिंदे मेरे कोल शोर दा माइक है, मैं कहा यार ला दे, वह स्पीकर वाला तां दुखी हो गया जी, वी क्यों लवाउंदे हो, मैं उन्होंने बड़ा समझाया, मैं गल सुन जो प्रोग्राम वधिया हो गया ना स्पीकर तेरा ही चलूगा, कल चंगा ला लो, वो फिर जो वो शोर दे मैक जो साढ़े वो फिर खूबसूरत आवाज़ शोर दा मैक शोर दा ही हुंदा, है जी, फिर तारी दा काम भी बहुत वधिया, पहला भी ठीक से बाद दे विच जत्तो वाले मुंडे दा तारी दा तारी नाल आई फिर उत्थों भाई मैक तो, हाँ वो तो फिर बेचारा भगत बंदा सीगा, बहुत अच्छा आदमी सीगा, हूँ तो कहना जो इधर प्रोग्राम होंगे तुम्हें रात में मेरे घर ठहरना रोटी इतें ही खड़नी है, प्रोग्राम मालवे ज़्यादा होंगे सके, हाँ जी, तो असं वो ही ठहर जाते थे, फिर स्पीकर भी वह बुक कराते असं पहले ही कहते यार तारी कर लो, ठीक है, असं एक दूजे के गाने इसे करके कहना कितने मेरा नाम भी ले दो, अच्छा, असं बाबू सिंह मान को कहता दीदार संधु भी जाके ठहरता सी, दीदार संधु तो बाबू सिंह मान के गीतों जी नाम होता, ਇਹਦਾ ਇੱਧਰ ਹੀ ਨਾਮ ਹੈ ਜੈਤੋ ਵਾਲੇ ਤਾਰੀ, ਬੜਾ ਮਸ਼ਹੂਰ ਤੁਸੀਂ ਕੀਤਾ, ਇੱਥੋਂ ਯਾਰੀ ਪਈ ਸੀ ਹੈ, ਪਰ ਲੰਮੀ ਯਾਰੀ ਨਹੀਂ ਵੀ ਬਹੁਤ ਬਹੁਤ, ਉਹ ਬੰਦਾ ਅੱਛਾ ਸੀਗਾ, ਮੈਂ ਦੱਸਦਾ ਜੀ ਮਰਨ ਤੋਂ ਮਗਰੋਂ ਸਾਰੇ ਲੋਕ ਇੱਕ ਦੂਜੇ ਦੀ ਤਾਰੀਫ ਕਰਦੇ ਨੇ ਜੀ, ਪਰ ਮੈਂ ਦੱਸਦਾ ਉਹ ਅਤੇ ਉਹਦੀ ਮਿਸਿਜ਼ ਜੀ ਐਸਾ ਪਰਿਵਾਰ ਸੀਗਾ, ਐਸਾ ਟੱਬਰ ਸੀ, ਹੋਰ ਅਸੀਂ ਕਦੇ ਉਪਰਾ ਮਹਿਸੂਸ ਹੀ ਨਹੀਂ ਸੀ ਕੀਤਾ, ਠੀਕ ਹੈ, ਵਿਅਸਤ ਤਰੀਕੇ ਦਾ ਬਿਲਕੁਲ ਸੇਵਾ ਭਾਵਨਾ ਬੜੀ ਪਿਆਰ ਮੁਹੱਬਤ ਬੜਾ ਸਰੀਕ ਸਾਹਿਬ, ਵੈਸੇ ਤੁਸੀਂ ਕਹਿੰਦੇ ਗਲਾ ਪਰ ਕੋਈ ਸਾਨੂੰ ਗਾਣਾ ਵੀ ਤਾਂ ਸੁਣਾ ਦਿਓ, ਗਾਣਾ ਇਸ ਗਲੇ 'ਚ ਲੈਕਚਰ ਕਰ ਕਰਕੇ ਨਾ ਗਲੇ ਦਾ ਹਾਲ ਲੀਡਰੀ ਕਰ ਕਰਕੇ ਹੈ, ਲੀਡਰ ਤਾਂ ਪੈਂਦਾ ਹੀ ਹੈ, ਲੈਕਚਰ ਜ਼ਰੂਰ ਕਰਨਾ ਪੈਂਦਾ, ਅਗਲਾ ਕਦੇ ਕੁਛ ਬੋਲ ਦਿਓ ਬੋਲਣਾ ਪੈਂਦਾ, ਹਾਂਜੀ, ਅਤੇ ਇਸ ਕਰਕੇ ਥੋੜ੍ਹਾ ਜਿਹਾ ਕੰਮ ਖਰਾਬ ਹੀ ਹੈ, ਹਾਂਜੀ, ਗਾਣਾ ਮੈਂ ਤੁਹਾਨੂੰ ਕਿਹੜਾ ਸੁਣਾ ਸਕਦਾ, ਟੈਲੀਵਿਜ਼ਨ ਨਾਲ ਹੀ ਸੁਣਾ ਦਿਓ ਜੀ,
ਉਹ ਤਾਂ ਦੁਕਾਨ ਤੁਸੀਂ ਮੇਰਾ ਰਣਜੀਤ ਕੌਰ ਦਾ ਪਾਰਟ ਦਾ ਕਰੋਗੇ ਯਾਰ ਤੁਸੀਂ ਮੈਨੂੰ ਫਸਾ ਲਿਆ ਤੁਸੀਂ ਗਾਣਾ ਯਾਰ ਆ ਗਿਆ ਸਿੰਗਲ ਹੀ ਗਾ ਦਿਓ ਕੋਈ ਮਿਰਜ਼ਾ ਹੀ ਸੁਣਾ ਦਿਓ ਸਾਨੂੰ ਇੰਨਾ ਇੰਨਾ ਹੀ ਕਰ ਦਿਓ ਤੁਸੀਂ ਤਾਂ ਮੇਰੀ ਤਾਂ ਵੈਸੇ ਹੀ ਆਵਾਜ਼ ਮੈਂ ਤੁਹਾਨੂੰ ਸ਼ੇਰ ਸੁਣਾ ਦਿੰਦਾ ਹਾਂਜੀ ਗੀਤ ਦਾ ਇਹ ਧਰਮ ਕੰਬੇੜ ਦਾ ਗੀਤ ਲਿਖਿਆ ਸੀ ਉਹਦਾ ਸ਼ੇਰ ਹੈ ਨੀ ਇਸ਼ਕ ਤੇਰੇ ਸਾਨੂੰ ਪਾਗਲ ਕੀਤਾ ਅਸੀਂ ਨਾ ਜਿਉਂਦੇ ਨਾ ਮੋਏ ਇਸ਼ਕ ਤੇਰੇ ਸਾਨੂੰ ਪਾਗਲ ਕੀਤਾ ਅਸੀਂ ਨਾ ਜਿਉਂਦੇ ਨਾ ਮੋਏ ਸਾਡੇ ਨਾਲ ਜਾ ਹੋਈ ਵੈਰ ਨੇ ਹਾਏ ਉਹ ਕਿਸੇ ਨਾਲ ਨਾ ਹੋ ਹੱਥਾਂ ਨੂੰ ਮਹਿੰਦੀ ਉਹ ਮਹਿੰਦੀ ਨੀ ਮਹਿੰਦੀ ਹੱਥਾਂ ਨੂੰ ਮਹਿੰਦੀ ਫਿਰ ਲਾ ਲਵੀ ਹੱਥਾਂ ਨੂੰ ਮਹਿੰਦੀ ਫਿਰ ਲਾ ਲਵੀ ਪਹਿਲਾਂ ਯਾਰ ਦੀ ਕੁੱਲੀ ਨੂੰ ਅੱਗ ਲਾ ਦੇ ਕਿਆ ਬਾਤ ਹੈ ਜੀ ਤੁਸੀਂ ਕਹਿ ਦਿੰਦੇ ਹੋ ਗਲਾ ਖਰਾਬ ਹੈ ਪਰ ਗੱਲ ਥੋੜ੍ਹੇ ਚ ਮੈਂ ਕਹਿਣਾ ਜਿਵੇਂ ਅੱਜ ਕੱਲ੍ਹ ਵਾਲਿਆਂ ਤੋਂ ਵੱਧ ਹਜੇ ਵੀ ਦਾਮ ਆ ਤੁਹਾਡੇ ਕੋਲ ਦੇਖੋ ਦੋ ਫੈਕਟਰ ਤਾਂ ਹੁੰਦੇ ਹੀ ਨੇ ਹਾਂਜੀ ਇੱਕ ਤਾਂ ਬੋਲ ਬੋਲ ਕੇ ਇੱਕ ਏਜ ਫੈਕਟਰ ਇੱਕ ਕੜੇ ਕੜੇ ਫਿਰ ਵੀ ਅਕਸਰ ਕੜੇ ਤੇ ਬੜੇ ਦਾ ਫਰਕ ਹੈ ਕੜੇ ਪਏ ਜਿੰਨਾ ਮਰਜ਼ੀ ਤੇ ਜੀ ਹੈ ਤਾਂ ਗੁਰੂ ਦੀ ਕਿਰਪਾ ਉੱਪਰ ਵਾਲੇ ਦੀ ਅਤੇ ਮੇਰੇ ਜਿਹੜੇ ਉਸਤਾਦ ਸੀਗੇ ਉਹਨਾਂ ਦੀ ਮਿਹਰਬਾਨੀ ਆ ਉਹਨਾਂ ਦੇ ਕਦਮਾਂ ਦਾ ਸਦਕਾ ਹੈ ਜੋ ਕੁਛ ਉਹਨੇ ਦੱਸਿਆ ਹੈਂਜੀ ਉਹ ਦਾ ਪੇਚ ਵੀ ਦੱਸੇ ਨੇ ਕਿ ਭਾਈ ਜਦੋਂ ਗਲਾ ਖਰਾਬ ਹੋਵੇ ਉਦੋਂ ਆਹ ਦਾ ਵਰਤ ਲਈਦਾ ਆਹ ਪੇਚ ਵਰਤ ਲਈਦਾ ਇਸ ਕਰਕੇ ਕੰਮ ਤਾਂ ਚੱਲ ਜਾਂਦਾ ਸਾਦਾ ਚੰਡੇ ਨੇ ਇਹ ਤਾਂ ਇਹ ਫਰਕ ਪੈਂਦਾ ਹੀ ਹੈ ਬਿਲਕੁਲ ਫਰਕ ਪੈਂਦਾ ਇਹ ਇਹ ਜਿਹੜਾ ਇੱਕ ਥੋੜਾ ਜਦੋਂ ਮਿਰਜ਼ਾ ਸੁਣੀ ਦੱਸ ਹਾਂ ਹਾਂ ਮਿਰਜ਼ਾ ਤੇ ਇੱਕ ਭਾਗ ਤੇ ਕੁੱਕਰ ਵਾਲਾ ਜਦੋਂ ਤੁਸੀਂ ਕਹਿੰਦੇ ਵੀ ਫੌਜ ਦੇ ਵਿੱਚੋਂ ਚਿੱਠੀ ਪਹੁੰਚ ਗਈ ਉਦੋਂ ਜਿਹੜੀਆਂ ਤੁਹਾਡੀਆਂ ਪਹਿਲੀਆਂ ਲੈਣਾ ਉਹ ਤਾਂ ਬੰਦੇ ਨੂੰ ਮਤਲਬ ਰੌਂਗਟੇ ਖੜੇ ਕਰਨ ਵਾਲੀਆਂ ਕਰ ਦਿੰਦੀਆਂ ਹਨਾ ਹਾਂ ਇਹ ਗੀਤ ਮੁੰਡਾ ਇੱਕ ਥਰਾਜ ਦਾ ਸੀਗਾ ਜੀ ਵਿਰਕ ਜੀ ਉਹਦਾ ਨਾਮ ਕੀ ਸੀ ਹਰ ਗੁਰਚਰਨ ਗੁਰਚਰਨ ਵਿਰਕ ਸੀਗਾ ਜੀ ਉਹਦਾ ਲਿਖਿਆ ਗੀਤ ਸੀਗਾ ਇਹ ਜੀ ਹੈਜੀ ਉਹ ਜਦੋਂ ਸੁੱਚਾ ਆ ਗਿਆ ਨਾ ਰਿਕਾਰਡ ਦਾ ਹਾਂਜੀ ਫਿਰ ਇੱਕ ਮੁੰਡਾ ਸੰਗਤਪੁਰੇ ਦਾ ਸੀਗਾ ਉਹਦਾ ਨਾਮ ਸੁਖਦੇਵ ਸੀਗਾ ਜੀ ਉਹਨੇ ਤਾਂ ਉਹ ਗੀਤ ਲਿਖਿਆ ਜਿਹੜਾ ਬੀਬੀ ਰਣਜੀਤ ਕੌਰ ਜੀ ਨੇ ਗਾਇਆ ਗੋਡੇ ਮੁੱਢੇ ਬੈਠ ਕੇ ਨਰਾਇਣ ਸਿੰਘ ਦੇ ਬੀਰੋ ਲਾਵੇ ਲਿੱਤੀਆਂ ਜਦੋਂ ਦਾ ਸੁੱਚਾ ਕਰੇ ਆਇਆ ਪੜ੍ਹਦਾ ਕਸੂਤੀਆਂ ਨਿੱਤ ਕਾਹਤੋਂ ਕੁੱਟਦਾ ਬਿਗਾਨੀ ਤੀਵੀਂ ਨੂੰ ਇਹ ਨਹੀਂ ਕੰਮ ਚੰਗਾ ਜਿਹਾ ਤੂੰ ਭਾਵੇਂ ਮਾਰ ਦੇ ਨਿਸ਼ੰਕ ਪਤੀ ਜੀ ਘੂਰੇ ਨਾ ਤਾਂ ਲੰਗਾ ਜਾ ਤਾਂ ਉਹਨੇ ਤਾਂ ਇਹ ਲਿਖ ਦਿੱਤਾ ਉਹ ਮੁੰਡੇ ਨੇ ਉਹ ਲਿਖਿਆ ਚਿੱਠੀ ਵੀ ਚਿੱਠੀ ਵਿੱਚ ਲਿਖਿਆ ਕਿ ਮੈਂ ਲਿਖ ਕੇ ਕੀ ਪਾਇਆ ਗੱਲਾਂ ਤੇਰੇ ਯਾਰ ਦੀਆਂ ਤੈਨੂੰ ਦੱਸਦਾ ਸੁਣ ਸੁਣ ਵੀਰ ਨਾ ਕਲੇ ਜਾ ਮੱਚਦਾ ਗੁਰਫਤਿਹ ਪਿੱਛੋਂ ਲਿਖਾਂ ਹਾਲ ਵੀਰਿਆ ਹੁੰਦੀ ਅਣਹੋਣੀ ਮੇਰੇ ਨਾਲ ਵੀਰਿਆ ਹੋਰ ਸਾਰੇ ਅੰਗੀ ਸਾਖੀ ਸੁਖ ਵੀਰ ਨਾ ਬਈ ਹੋਰ ਸਾਰੇ ਅੰਗੀ ਸਾਖੀ ਸੁਖ ਵੀਰ ਨਾ ਭਾਗ ਤੇ ਕੁੱਕਰ ਦਿੰਦੇ ਦੁੱਖ ਵੀਰ ਨਾ ਗੁਰਚਰਨ ਵਿਰਕ ਦਾ ਇੱਕ ਗੀਤ ਸੁਖਦੇਵ ਸੰਗਤਪੁਰੇ ਦਾ ਇੱਕ ਗੀਤ ਸੰਗਤਪੁਰੀਏ ਗੁਰੂ ਗਾਮੀ ਉਹਦੇ 8-10 ਗੀਤ ਢਿੱਲੋਂ ਭੁੱਖਿਆ ਵਾਲੀ ਵਾਲਾ ਉਹਦੇ 18-20 ਗੀਤ ਢਿੱਲੋਂ ਸੁਰਜੀਤ ਪਿੱਥੋਂ ਵਾਲਾ ਉਹਦੇ 8-10 ਗੀਤ ਜਾਂ ਫਿਰ 20-25 ਗੀਤ ਜਨਕ ਸ਼ਰਮੀਲਾ ਜੀ ਦੇ ਜਾਂ ਫਿਰ ਉਹਨਾਂ ਤੋਂ ਸਭ ਤੋਂ ਜ਼ਿਆਦਾ 5-4 ਗੀਤ ਦੀਦਾਰ ਸੰਧੂ ਦੇ ਜਾਂ ਸਭ ਤੋਂ ਜ਼ਿਆਦਾ ਗੀਤ ਫਿਰ ਮਾਣਕ ਸਾਹਿਬ ਦੇ ਗੀਤ ਗਾ ਰਹੇ ਠੀਕ ਹੈ ਉਹਨਾਂ ਦੀ ਹਾਂ ਇੱਕ ਅੱਧਾ ਗੀਤ ਹੋਰ ਵੀ ਸ਼ਾਇਦ ਇੱਕ ਗੀਤ ਬਲਾਚੌਰੀਏ ਦਾ ਵੀ ਹੈਗਾ ਮਤਲਬ ਇੱਕ ਸਾਰੇ ਗੀਤ ਮਿਲਦੇ ਹਾਂਜੀ ਹਾਂ ਸੁਰੇਸ਼ ਬਾਂਸਲ ਦੇ ਗੀਤ ਬੜੇ ਗੀਤ ਗਾਏ ਨੇ ਉਹ ਬੜਾ ਬੜਾ ਵਧੀਆ ਗੀਤ ਸਾਰੇ ਮਜ਼ਾਈਆ ਸੀਗੇ ਪਰ ਬਈ ਕਮਾਲ ਹੈ ਉਸ ਬੰਦੇ ਨੇ ਐਸੇ ਲਿਖੇ ਨੇ ਨਾ ਬਈ ਉਹ ਗੀਤਾਂ ਨਾਲ ਵੀ ਸਟੇਜ ਭਰ ਜਾਂਦੀ ਸੀ ਭਰ ਜਾਂਦੀ ਸੀ
ਸਿੱਖ ਸਾਹਿਬ ਕੋਈ ਅਜਿਹੀ ਘਟਨਾ ਜਿਹੜੀ ਹਮੇਸ਼ਾ ਯਾਦ ਹਾਲੇ ਤੱਕ ਵੀ ਕੋਈ ਜੀਵਨ ਦੀ ਅਜਿਹੀ ਘਟਨਾ ਜਿਹਨੂੰ ਆਪਾਂ ਭੁੱਲ ਹੀ ਨਾ ਸਕਦੇ ਹੋਈ ਜੀ? ਨਹੀਂ ਦੇਖੋ ਮੇਰੀ ਗੱਲ ਸੁਣੋ, ਹਾਂਜੀ ਮੇਰੇ ਵਾਸਤੇ ਤਾਂ ਨਿੱਤ ਨਵਾਂ ਸੂਰਜ ਜਿਹੜਾ ਚੜ੍ਹਦਾ ਸੀ ਨਾ, ਹਾਂਜੀ ਉਹ ਨਵਾਂ ਹੀ ਹੁੰਦਾ ਸੀਗਾ, ਨਵੇਂ ਪਿੰਡ ਜਾਣਾ, ਨਵੇਂ ਲੋਕਾਂ 'ਚ ਜਾਣਾ ਜੀ। ਅੱਜ ਜੇ ਅੰਮ੍ਰਿਤਸਰ ਹੈ, ਹੈ ਕੱਲ੍ਹ ਨੂੰ ਬਠਿੰਡੇ ਹੈ, ਜੇਕਰ ਬਠਿੰਡੇ ਆ ਰਾਤ ਨੂੰ ਬਰਨਾਲੇ ਹੈ ਜਾਂ ਅੰਬਾਲੇ ਹੈ, ਹਾਂਜੀ ਤਾਂ ਇਸ ਤਰੀਕੇ ਨਾਲ ਕਦੇ ਰੋਪੜ ਹੈ ਕਦੇ ਕਿਤੇ, ਤਾਂ ਮੇਰੇ ਵਾਸਤੇ ਤਾਂ ਨਿੱਤ ਨਵਾਂ ਹੁੰਦਾ ਸੀਗਾ। ਔਰ ਜ਼ਿੰਦਗੀ ਦਾ ਤਜਰਬਾ ਇਹ ਸੀਗਾ, ਮੇਰੀ ਕੋਸ਼ਿਸ਼ ਹੁੰਦੀ ਸੀ ਮੈਂ ਜਿਹੜੇ ਇਲਾਕੇ 'ਚ ਜਾਵਾਂ ਉਸ ਬੋਲੀ 'ਚ ਉਸ ਭਾਸ਼ਾ 'ਚ ਗੱਲ ਕਰਾਂ। ਹਾਂਜੀ ਜਦੋਂ ਮੈਂ ਮਾਲਵੇ 'ਚ ਹੁੰਦਾ ਸੀਗਾ, ਬਾਈ ਜੀ ਬੈਠ ਜਾਓ, ਬਾਈ ਜੀ ਆਹ ਗੱਲ ਹੈ, ਹਾਂਜੀ ਬਾਈ ਨੇ ਆਹ ਦੁੱਖ ਪਹੁੰਚਾਉਣਾ, ਬਾਈ ਨੂੰ ਆਹ ਸੁੱਖ ਦੇਣਾ, ਹਾਂਜੀ ਇਹ ਬੋਲਦਾ ਸੀਗਾ। ਜਦੋਂ ਮੈਂ ਮਾਝੇ 'ਚ ਹੁੰਦਾ ਸੀਗਾ ਉਦੋਂ ਮੈਂ ਭਾਊ ਆਹ ਗੱਲ ਨਾ ਕਰ, ਹਾਂਜੀ ਅਤੇ ਦੁਆਬੇ ਨਹੀਂ ਪਤਾ ਕੀ ਗੱਲ ਹੈ, ਜਿਹੜੀ ਆਡੀਅੰਸ ਤੁਹਾਡੇ ਸਾਹਮਣੇ ਬੈਠੀ ਹੈ ਜੇ ਤੁਸੀਂ ਦੋ ਚਾਰ ਲਫ਼ਜ਼ ਵੀ ਉਹਨਾਂ ਦੇ ਬੋਲ ਦਿੰਦੇ ਹੋ ਉਹ ਤੁਹਾਨੂੰ ਆਪਣਾ ਸਮਝਣ ਲੱਗ ਜਾਂਦੇ ਨੇ। ਅੱਜ ਕੱਲ੍ਹ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਕੀ ਹੋਇਆ, ਉਹ ਜਿੱਥੇ ਆਉਂਦੇ ਨੇ ਉਹੀ ਟੋਪੀ ਪਹਿਣ ਲੈਂਦੇ ਨੇ, ਇਹ ਆਹੀ ਗੱਲ ਹੈ ਹੋਰ ਤਾਂ ਕੋਈ ਗੱਲ ਨਹੀਂ। ਤਿੰਨ ਤਾਂ ਬਹੁਤ ਲਾਏ ਨੇ, ਤਿੰਨ ਤਾਂ ਇੰਨੇ ਲਾਏ ਨੇ ਨਾ, ਇੱਕ ਵਾਰੀ ਪੰਜ ਵੀ ਲਾਏ ਨੇ। ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ, ਰਣਜੀਤ ਕੌਰ ਜੀ ਦੇ ਫਾਦਰ ਜਿਹੜੇ ਸੀਗੇ ਨਾ, ਇੱਕ ਤਾਂ ਉਹ ਸਿਆਣੇ ਸੀਗੇ, ਇੱਕ ਉਹ ਨਾਲ ਰਹਿੰਦੇ ਸੀ 15 ਸਾਲ ਨਾਲ ਰਹੇ ਨੇ, ਉਹਨਾਂ ਨੇ ਦੇਖ ਲਿਆ ਵੀ ਲੋਕ ਕੀ ਚਾਹੁੰਦੇ ਨੇ। ਲੋਕ ਚਾਹੁੰਦੇ ਨੇ ਇਕੱਠ, ਮੁੰਡੇ ਦਾ ਪਿਓ ਤਾਂ ਗਾਣਾ ਸੁਣ ਹੀ ਨਹੀਂ ਸਕਦਾ, ਉਹ ਤਾਂ ਭੱਜਿਆ ਫਿਰਦਾ ਹੁੰਦਾ, ਹਾਂਜੀ ਫਲਾਣੇ ਕੋਲ ਆ ਪਹੁੰਚ ਗਿਆ, ਟਿਕਣਾ ਆ ਗਿਆ ਵੀ ਆ ਸੱਚੀ ਗੱਲ, ਉਹ ਤਾਂ ਨਹੀਂ ਸੁਣਦਾ ਨੇ, ਉਹ ਕਿਸਰਾ ਇਕੱਠ ਦੇਖਦਾ ਹੁੰਦਾ ਔਰ ਇਕੱਠ ਦੇਖ ਕੇ ਵਾਗੋ ਵਾਗ ਹੁੰਦਾ ਵੀ ਮੇਰੇ ਮੁੰਡੇ ਦੇ ਵਿਆਹ ਨੂੰ ਜਿੰਨਾ ਇਕੱਠ ਹੋਇਆ ਨਾ ਇੰਨਾ ਨਹੀਂ ਕਦੇ ਕਿਤੇ ਹੋਇਆ, ਨਹੀਂ ਹੋਇਆ। ਤਾਂ ਉਹਨਾਂ ਨੇ ਕੀ ਕਰਨਾ, ਉਹਨਾਂ ਨੇ ਬੁਕਿੰਗ ਵਾਲੇ ਨੂੰ ਕਹਿ ਦੇਣਾ ਕਿੰਨਾ ਕਦੋਂ ਪ੍ਰੋਗਰਾਮ ਕਰਾਉਣਾ, ਤੁਸੀਂ 12 ਵਜੇ ਆ ਜਾਓ, ਅਸੀਂ 12 ਵਜੇ ਆ ਜਾਵਾਂਗੇ ਭਾਈ, ਪ੍ਰੋਗਰਾਮ ਕਿੰਨੇ ਵਜੇ ਸ਼ੁਰੂ ਕਰਨਾ, 12:30 ਵਜੇ ਕਰ ਲਵਾਂਗੇ ਜੀ, 12:30 ਕਰ ਲਓਗੇ ਫਿਰ 2:30 ਵਜੇ ਸਾਡੇ ਤੱਕ ਟਾਈਮ ਹੈ, ਜੇ 1 ਵਜੇ ਕਰੋਗੇ ਤਾਂ ਵੀ 2:30 ਵਜੇ ਹਟ ਜਾਵਾਂਗੇ, ਜੇ 2 ਵਜੇ ਕਰੋਗੇ ਤਾਂ ਵੀ 2:30 ਵਜੇ ਹਟ ਜਾਵਾਂਗੇ, ਇਹ ਤੁਸੀਂ ਆਪ ਦੇਖ ਲਓ ਕਦੋਂ ਕਰਨਾ। ਬਿਲਕੁਲ ਕਲੀਅਰ ਕਰਕੇ ਅਗਲੇ ਦਸਖਤ ਕਰਾ ਲੈਣੇ, ਹਾਂਜੀ ਮੈਂ ਤਾਂ ਇੱਕ ਜਗ੍ਹਾ ਬਰਾਤੀ ਆਪਸ 'ਚ ਲੜ ਪਏ, ਉਹ ਜਿਹੜਾ ਬੁਕਿੰਗ ਕਰਾ ਕੇ ਗਿਆ ਸੀ ਉਹ ਮਹਾਜਣਾਂ ਦਾ ਮੁੰਡਾ ਸੀਗਾ, ਉਹ ਉਸ ਦੇ ਲੜ ਕੇ ਕਹਿੰਦਾ ਉਹ ਖੱਜਰ ਦਿਓ ਕਿਉਂ ਲੜਦੇ ਹੋ, ਇਹਨਾਂ ਦਾ 1 ਮਿੰਟ ਇੰਨੇ ਰੁਪਈਏ ਦਾ, ਤੁਸੀਂ 1 ਮਿੰਟ ਖਰਾਬ ਕਰੀ ਜਾਂਦੇ ਇਹਨਾਂ ਦਾ, ਇਹ ਤਾਂ ਆਪਣੇ ਤੋਂ ਇੰਨੇ ਲੈ ਜਾਂਦੇ, ਉਹਨੇ ਹਿਸਾਬ ਲਾ ਲਿਆ ਸੀ, ਅੱਜ ਤੱਕ ਦਾ ਹਿਸਾਬ ਲਾਇਆ ਨਹੀਂ ਹੈ, ਹੈ ਪਤਾ ਨਹੀਂ ਕਿੰਨੇ 2700 ਰੁਪਏ ਦਾ, ਪਤਾ ਇੰਨਾ 1 ਮਿੰਟ ਦਾ 1700 ਰੁਪਏ ਦਾ ਬਣਦਾ, ਐਂ ਕੁਝ ਕਹਿ ਕੇ ਨਾ ਉਹਨੂੰ ਚੁੱਪ ਕਰਾਏ, ਮੈਂ ਕਿਹਾ ਯਾਰ ਕਮਾਲ ਹੈ, ਅਸੀਂ ਗਾਉਂਦੇ ਹਾਂ ਅਸੀਂ ਪੈਸੇ ਲੈਣੇ ਹਾਂ ਅਸੀਂ ਕਦੇ ਰਿੰਗਣੇ 1 ਮਿੰਟ ਦਾ ਹਿਸਾਬ ਲਾਤਾ, ਫਰਮਾਇਸ਼ ਦਾ ਮੁੰਡਾ ਸੀ, ਫਰਕ ਤਾਂ ਹੋਣਾ ਹੀ ਹੈ। ਅੱਛਾ ਕਿੰਨੇ ਵਿਦੇਸ਼ਾਂ ਦੇ ਵਿੱਚ ਬਹੁਤ ਪ੍ਰੋਗਰਾਮ ਕੀਤੇ ਨੇ, ਇੰਗਲੈਂਡ 'ਚ ਕਈ ਵਾਰੀ ਕੀਤੇ ਨੇ, ਕੈਨੇਡਾ 'ਚ ਬਹੁਤ ਵਾਰੀ ਕੀਤੇ ਨੇ, ਅਮਰੀਕਾ 'ਚ ਵੀ 5-6 ਵਾਰੀ ਗਏ ਆ, ਆਸਟ੍ਰੇਲੀਆ 'ਚ 3-4 ਵਾਰੀ ਗਏ ਆ, ਅਖਾੜੀ ਦੇ ਮੁਲਕਾਂ 'ਚ ਵੀ ਬਹਿਰੀਨ ਵਗੈਰਾ, ਸ਼ਾਰਜਾ, ਦੁਬਈ, ਅਲੇਨ, ਹਾਂਜੀ ਇਹਨਾਂ ਮੁਲਕਾਂ 'ਚ ਵੀ ਗਏ ਆ, ਜਰਮਨ 'ਚ ਵੀ ਗਏ ਆ, ਹਾਂਜੀ ਜਿਹੜੇ ਜਿੱਥੇ ਜਿੱਥੇ ਪੰਜਾਬੀ ਹੈਗੇ ਨੇ ਜਾਣ ਦਾ ਮੌਕਾ ਮਿਲਿਆ। ਇੱਕ ਗੱਲ ਆ ਵੈਸੇ ਉਹ ਕਰਨੀ ਨਹੀਂ ਚਾਹੀਦੀ ਪਰ ਕਰ ਉਹ 'ਚ ਰਹਿਣੀ ਵੀ ਨਹੀਂ ਚਾਹੀਦੀ ਵੀ ਹੁਣ ਤਾਂ ਹਰ ਇੱਕ ਗਾਇਕ ਬਣਿਆ ਹੋਇਆ, ਹਰ ਘਰ ਹਰ ਐਟ ਪੱਟੀ ਤੋਂ ਜਿਵੇਂ ਕਹਿੰਦੇ ਹੁਣ ਤਾਂ ਗਾਇਕ ਨਿਕਲਿਆ ਹੁੰਦਾ ਵੀ ਹਰ ਜਗ੍ਹਾ ਹਰ ਜ਼ਿਲ੍ਹੇ ਹਰ ਕਸਬੇ 'ਚ ਹੀ ਗਾਇਕ ਬੈਠਾ, ਅਤੇ ਹੁਣ ਇਹਨੂੰ ਗਾਇਕੀ ਨੂੰ ਮਤਲਬ ਇਹ ਵੀ ਕੀਤਾ ਜਾਂਦਾ ਵੀ ਇੱਕ ਚੰਗਾ ਕਿੱਤਾ, ਕਿਸੇ ਟਾਈਮ ਜਦੋਂ ਤੁਸੀਂ ਗਾਉਂਦੇ ਸੀ ਉਦੋਂ ਇਹ ਵੀ ਮੰਨਿਆ ਜਾਂਦਾ ਸੀ ਵੀ ਇਹ ਕਿੱਤਾ ਇੰਨਾ ਵਧੀਆ ਨਹੀਂ ਹੈ। ਬਿਲਕੁਲ ਇਸ ਕਿੱਤੇ ਨੂੰ ਇੰਨਾ ਭੈੜਾ ਸਮਝਦੇ ਸੀ ਨਾ, ਹਾਂਜੀ ਵੀ ਇਹ ਤਾਂ ਜੀ ਕੰਮ ਹੀ ਕੰਜਰਾਂ ਦਾ ਹੈ, ਇਹੀ ਗੱਲ ਕਹਿੰਦੇ ਯਾਰ ਛੱਡ ਵੇਲੇ ਕੰਜਰਾਂ ਦਾ ਕੰਮ, ਤੁਸੀਂ ਹੈਰਾਨ ਹੋਵੋਗੇ, ਹਾਂਜੀ ਇੱਕ ਪ੍ਰੋਗਰਾਮ 'ਤੇ ਮੈਨੂੰ ਮੁੰਡੇ ਦੇ ਫਾਦਰ ਨੇ ਗੁਰਦਾਸ ਮਾਨ ਜੀ ਦੇ ਪਿਤਾ ਨੂੰ ਮਿਲਾਤਾ, ਅੱਛਾ ਜੀ ਉਹ ਚੇਅਰਮੈਨ ਸੀਗੇ ਜੀ, ਮੈਂ ਉਹਨਾਂ ਦੇ ਪੈਰੀ ਹੱਥ ਲਾਇਆ, ਸਤਿ ਸ਼੍ਰੀ ਅਕਾਲ ਬੁਲਾਈ, ਅਤੇ ਮੈਂ ਕਹਿ ਬੈਠਾ ਮੈਂ ਜੀ ਤੁਹਾਡੇ ਮੁੰਡੇ ਨੇ ਬੜਾ ਨਾਂ ਪੈਦਾ ਕੀਤਾ, ਛੱਡੋ ਜੀ ਕਹਿੰਦੇ ਕਿਹੜੇ ਕਰਨ ਜਾਂ ਕਿੰਦਰ ਵਾਲੇ ਕੰਮ 'ਚ ਪੈ ਗਿਆ, ਮੈਂ ਹੈਰਾਨ ਰਹਿ ਗਿਆ। ਵੀ ਯਾਰ ਕਮਾਲ ਦੀ ਗੱਲ ਹੈ, ਸਾਡਾ ਕੀ ਸਟੇਟਸ ਹੈ ਲੋਕਾਂ ਦੇ ਵਿੱਚ, ਠੀਕ ਹੈ। ਪਰ ਜਦੋਂ ਤੋਂ ਫਿਰ ਜੱਟਾਂ ਦੇ ਮੁੰਡੇ ਗਾਉਣ ਲੱਗੇ ਨੇ ਫਿਰ ਇਹ ਸੋਚਣ ਲੱਗ ਗਏ ਵੀ ਯਾਰ ਜੇ ਇਹਨੂੰ ਕਹਾਂਗੇ ਫਿਰ ਅਸੀਂ ਕੀ ਹੈ, ਪਹਿਲਾਂ ਤਾਂ ਇੱਕ ਖਾਸ ਜਾਤੀ ਨਾਲ ਇਹਨੂੰ ਜੋੜ ਕੇ ਬਿਲਕੁਲ ਜੋੜਦੇ ਸੀਗੇ,
स्पेशली घरे बुला के रोटी पानी खिलाया और उन्होंने दसिया कहती जसविंदर कुड़ी दा ना है कहती बराड मेरी नूह है तो मैं बड़ी अच्छी लगी लेडी भी कमाल है यार है जी लोग अजकल भैड़ा समझते वो नूह कह रही है मेरी नूह का सस कह रही है भी मेरी नूह किसे मतलब जे उस थोड़े समय जिम्मे हम गुरदास मान की गल की कुलदीप सिंह कुलदीप मानजीत से तो ये कदम इकट्ठिया स्टेज लाता या कहीं इकट्ठिया का प्रोग्राम होया हो पहला उन्होंने मगर इस तरीके भी होंगे रेंगे सके देखो मेरी स्टेज पर जी दो के तीन बारी गुरदास जी ने टाइम मंगया जो ये शौक सी इन्हों गाने का स्टार्टिंग मेरी स्टेज पर मैं टाइम दे दिता सीने को दो गीत होंगे सके मामला गड़बड़ है जी। ना दिल का मामला हाँ जी टुट गई तड़क करके हाँ जी दो गीत होंगे सके वो गा के चले जाते हैं शायद स्टूडेंट सके है जी प्रोग्राम भी संगरूर वाले होंगे सके जी वो उन्ना एक मुंडा होंगे सने अखबार के डफली छोटी जी होंगी वो लपेटी होंगी सी उन्हें मैंने आके पूछना जी साढ़े मुंडे ने गुरदास मान ने गीत गाने गल पाई गा लेंगे सके है जी तो बाकी स्टेज पर जो तो मेले शुरू हुए ने उदो कट्ठे होने का मौका मिले नहीं स्टेज पर कट्ठे होंगे नहीं लोगों को ना तो इन्ने पैसे से दो कलाकारों या तीन बुला लेन है जी कल कल पर जब तो मेले शुरू जसवाल साहब ने जिदेश जसवाल ने जब तो मेले शुरू किए ना फिर एक स्टेज पर दस दस बारह बारह पंद्रह पंद्रह नामवर कलाकार भी आने लग गए अच्छा हूँ थोड़ी आने राजनीति लाइफ से भी इधर किमें बनया थोड़ा तो मतलब एक तो बंद ने हमारा नाम बनाने ज कुछ नाम तो थोड़ा अज भी तुम्हें मुहम्मद सदीक करके ज़्यादा जानते उस एम पी करके तो कई खित्या भी तुम जान देना हूँ भी इधर आने का किमें बनया दरअसल सिद्धू साहब मैं वो खुशकिस्मत आदमी हाँ हाँ जी जिन्हें जिंदगी हिंदुस्तान के पहले प्रधानमंत्री पंडित जवाहर लाल नेहरू की स्टेज पर गाया अच्छा असी मुख्यमंत्री तुम दस गए प्रधानमंत्री स्टेज पर भी गाया वै एक पंजाबी गायक कल्ले ओ नहीं हाँ जी जिन्हें प्रधानमंत्री हुण तक होए ने हिंदुस्तान च हाँ जी डॉक्टर मनमोहन सिंह जी तक अच्छा जी मैं सारे की स्टेज पर गाया बड़ी वड्डी गल है किस्मत है अपनी अपनी उदो जो राजपुरे आए थे लास्ट मतलब आखिरी दौरा कह सकता मैं पंजाब का फिर मैं पहले तो जो मैं मैंने लैके गए थे ना पब्लिक रिलेशन भर्ती होने वास्ते उदो तो मैं टैंपरेरी लैके से उत्थे फिर मैं उन्होंने फिर परमानेंट सरदार प्रताप सिंह कैरों ने कह के सुन के मैं कराओ भाई ठीक है जी एक जगह होर भी मौका मिला सीगा लीडर तो कई बार गल भुल जाते हैं फिर एक मंत्री जी सके जो चीन वास्ते पैसे इकट्ठे होंगे सी ना उदो मैं संगरूर ड्रामा इंस्पेक्टर से उदो मेरा एक गीत बहुत मशहूर सी वतना दे काम आ गया होके जंग च शहीद सिपाही देवो नी वधाइया आण के वह तो मेरा सी ढोल चल माही जो चीन ने अटैक किया उदो साढ़े को हथियार नहीं होंगे हथियारों वास्ते सोना चाहिए सोना साढ़े घर के लेडीज़ ज़्यादा पसंद कर दिया ने फिर स्टेज के उत्ते सरदार अजमेर सिंह जी से मंत्री जी डी सी साहब बैठे थे और लोग कट्ठे करके जो उन्होंने कहा भाई सोना चाहिए मैं गीत गाना तो लोग जज्बाती हो गए इधर मुंदरा जी नतीजे जी पाने का बहुत शौक है मन में लोगों खास तौर पर संगरूर वाल बड़े लोगों ने ला के किसी ने कड़ा ला के जनानी ने वालियाँ ला के दतिया वो फिर सरदार जी ने पूछ लिया भी मुंडा कौन है डी सी साहब कहें भी ये पब्लिक रिलेशन च है उन्होंने कुड़ी का विआह सगा वो कहें इन उत्थे भेज दें मेरे को मैं उत्थे चल गया मैनू कहते सरदार उदो कैरो साहब मूहरे बैठे बस आई जिमें सूरज बैठा ना एंडी दे स्टेज भी एंडी किसी मैंने आके कहते सरदार अजमेर सिंह कहते गाना गा मतलब दे कम आ गया शहीद मैं कहा जी बीबा जी का विआह है इतने शहीदों के गा गीत ठीक ही लगते हैं असी तो विचार करने वाले लोग हैं ना आर्टिस्ट है वह कहते तेरे कहे तो कोई शहीद नहीं होता तू अपना गाना गा उन्होंने उही गाना सुने सीगा मैं वो गा दिता गा के जो मैं वो सरदार प्रताप सिंह कैरों भी चंगा लगे उन्होंने अपने अपने वो होंगे ने
चीफ पार्लीमेंटरी सैकटरी सरदार गुलाब सिंह सी अंबाले के सी वो कहते ये मुंडा तेरे महकमे है वो कहें जी नहीं मैंने तो पता नहीं है ना अजमेर सिंह ने पूछा ना कौन है कह जी पब्लिक रिलेशन है वो गुलाब सिंह ये तो मुंडा तैयार क्या कह जी नहीं मेरे महके तैयार नहीं वो दिखल पे गए यह जो मुंडा बाहर तुरै फिर रखा क्यों नहीं है इन्हें रखो फिर उन्होंने वो पोस्टा अनाउंस करती है जी तो उन्होंने मैंने पक्का रख लिया जो देखा जो पिंड स्नेह पहुंचाए पब्लिक रिलेशन का मतलब लोग संपर्क का मतलब जो सरकार डेवलपमेंट कर रही थी पिंड कहना कच्ची सड़क बना लो पक्की सरकार बना दूगी लोगों ने संपर्क रहा ना वो फिर ये जी फाइव ईयर प्लानिंग जो बनाए ना पंडित जवाहर लाल नेहरू ने उदे करके पिंड जो डिस्पेंसरियाँ पिंड स्कूल ये वो तो उदों तो दिमाग के मतलब पिंड की जी उन्नति है वसी हुई थी इस करके पहले तो उस तो बाद मेरा कुदरती तौर पर ज्ञानी जैल सिंह जी वास्ता पै गया फिर उन्होंने तुरया फिर रहा उन्होंने जोड़े उन्होंने नूरपुरों इलेक्शन लड़िया चीफ बने जो एम एल ए बने ने फिर उन्होंने आनंदपुर साहब तो इलेक्शन लड़िया जो वह बने ने चीफ मिनिस्टर नहीं होम मिनिस्टर बने हाँ जी है जी तो वह भी मैंने जानते थे वो मतलब कांग्रेस के नाल मैं तुरै फिरते रहा जो फिर यह पंजाब के जिन्हों असी बुरा दौर कह लिए है जी उदो फिर सरदार बेअंत सिंह ने मैंने कहा कहते सदीक लोग कट्ठे नहीं होंगे तू आ जा कर तेरे लोग तो कट्ठे हो जाएंगे फिर मैं जाता से लोग कट्ठे कर दिता से अपनी गल कह देंगे सके उदों तो मैं नाल सीगा मैंने उदों भी लोगों ने कहा कहते तू टिकट मंगला किसी की कितने की तेन सरदार जी ने टिकट दे देनी है मैं कहा मेरा फील्ड ही नहीं है ना मैं उड़ा उड़ा आँदा ही है मैं अपना काम करना ठीक है ये तो फिर सरदार कैप्टन अमरिंदर सिंह जी के दिमाग से पता नहीं किमें आया भी उन्होंने मैं पहला नथाने वास्ते कहा जो मैं जवाब देता मैं मैं जी मेरे वास्ते रोग नहीं जी है जी फिर उन्होंने बधाने वास्ते मैं मतलब टिकट मेरे घर ही भेजती फाइनली करता भी खड़ा खड़ा वो फिर लोगों ने प्यार देता भदौड़िया ने जो जित गया फिर तो फिर पूछ जो हार जाए फिर पूछना चाहिए कि मेरे यहाँ जितने फिर तो तुम हम पहला मतलब जो कहना होम एल ए बने हूँ तो देश की सब तो वीडी पंचायत के मैंबर हो पांच सौ बयाली बंद नाम आता ये वधिया लगता कि मामा सदीक एज ए आर्टिस्ट वधिया लगता नहीं जब मैं उत्थे सीगा मैं उदों भी प्यार मिलया आ जो मैंने बनाया लोगों के प्यार नहीं बनाता लोगों के प्यार नहीं किमें देखते हो आप हम अंत वाल वादे हैं वह है भी राजनीति तुम तो क्या मैं तो सारे तुम तो प्रधानमंत्री तक के नाल दौर भी देखे मुख्यमंत्री पुराने भी देखे हूँ ज़्यादा नहीं हो गया ये काम भी जड़े आप पहला भी गल करके हटे हैं शूफाम हरेक चीज़ ही वध गई है तो आर्टिस्ट वाले फील्ड ही वध गई है तो इधर जे कहना हो राजनीति दे भी बड़ा कुछ हो गया हूँ तो महंगी हो गई गल् चोणा लड़निया लड़ना जो मैं एम एल ए बने ना जी उदों उस पवित्र सदन से जाके मैं उन्होंने सलाम किया और मैं अपने माँ बाप ने याद किया माँ ने याद किया तो उन्हें किस मौके पैदा कर दिता भी इस पवित्र सदन से किसी किसी आने का मौका मिला जी, 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 जी। मैं खुश होया जी। उस तो मगर मैं कैप्टन अमरिंदर सिंह जी ने एम पी की टिकट देती है जी तो लोगों ने रजमा प्यार दिता आप जी ने पता ही है मेरे मुकाबले से पहला एम एल ए वेले सरदार दरबारा सिंह गुरु वो मुख्यमंत्री सबका मुख्यमंत्री पंजाब सरदार प्रकाश सिंह बादल दे प्रिंसीपल सैकटरी सी है जी अस्तीफा दे के चोन लड़ी उदो मैनू लोगों ने प्यार देता हूँ मेरे सामने सरदार गुलजार सिंह जी रली के जो दो बारी मिनिस्टर रह चुके ने दो तीन बारी एम एल ए रह चुके ने हूँ वो खड़े सके उत्थे भी लोगों ने मैनू प्यार दिता है जी तो मैं अपने आप को सच्ची गल मैं तुम्हें दस दिना शुक्र है मालिक का बई एडी किस्मत किसी किसी बंदे की किस्मत लिखा होता देखो जी प्रधानमंत्री और एम पी च कोई फर्क नहीं होता जी आप की होता ना नहीं आप एम पी उल्टा कर दो पीएम मैं अपनी जनता प्रधानमंत्री ने एमपी उल्टी
ਇਹ ਉਹਨਾਂ ਦੀ ਸੋਚ ਹੈ, ਮੇਰੀ ਸੋਚ ਇਹ ਹੈ ਵੀ ਮੈਂ ਸਭ ਮੇਰੀ ਸੋਚ ਦੇ ਨਾਲ ਮੈਂ ਮੇਰੇ ਸਾਰੇ ਸਾਥੀ ਪੀ ਐਮ ਨੇ। ਅੱਛਾ, ਉਮਰ ਕਿੰਨੀ ਹੈ ਸਦੀਕ ਸਾਹਿਬ? ਮੇਰਾ 42 ਦਾ ਜਨਮ ਹੈ। 42 ਦਾ ਜਨਮ ਹੈ, ਔਰ ਜਿਵੇਂ ਕਿ 58 ਅਤੇ 22 80 ਸਾਲ ਹੋ ਗਈ। ਹਾਂ, 80 ਸਾਲ ਦੀ ਉਮਰ ਆ। ਫਿੱਟ ਕਿਵੇਂ ਹੈ? ਹਜੇ ਤੱਕ ਵੀ ਕੋਈ ਆਏ ਨਹੀਂ, ਪੌੜੀਆਂ ਵੀ ਚੜ੍ਹ ਕੇ ਆਏ ਹਾਂ, ਤੁਸੀਂ ਬਾਸੀ ਲੋਕਾਂ 'ਚ ਵਿਚਰਦੇ ਵੀ ਦੇਖਦੇ ਹਾਂ ਵੀ ਪੂਰਾ ਉਵੇਂ ਗਾ ਵੀ ਲੈਂਦੇ ਹਾਂ, ਤੁਸੀਂ ਹਜੇ ਵੀ ਸਟੇਜ ਸ਼ੋਅ ਕਰਦੇ ਹਾਂ। ਸਿੱਧੂ ਸਾਹਿਬ, ਹਾਂਜੀ, ਪੌੜੀਆਂ ਬਣੀਆਂ ਹੋਈਆਂ ਨੇ ਚੜ੍ਹਨ ਵਾਸਤੇ, ਚੜ੍ਹੇ ਹਾਂ ਤਾਂ ਤੁਸੀਂ ਸਿੱਧਾ ਹੀ ਆ ਸਕਦਾ ਪੌੜੀਆਂ ਬਣੇ, ਪਰ ਨਹੀਂ ਚੜ੍ਹੀਆਂ ਜਾਂਦੀਆਂ, ਸਾਡੇ ਵਰਗੇ ਤੇਰੇ ਚੜ੍ਹੀਆਂ ਜਾਂਦੀਆਂ, ਗੋਡੇ ਦੁਖਣ ਲੱਗ ਜਾਂਦੇ ਜੀ ਪੌੜੀਆਂ ਤਾਂ ਚੜ੍ਹਨ ਵਾਸਤੇ ਬਣੀਆਂ ਜੀ। ਦੇਖੋ ਜੀ, ਗੱਲ ਇਹ ਹੈ ਲੋਕਾਂ ਦਾ ਜਿਹੜਾ ਪਿਆਰ ਹੈ ਨਾ, ਹਾਂਜੀ, ਉਹ ਮੈਨੂੰ ਉਡਾਈ ਫਿਰਦਾ। ਦੱਸੀ ਗੱਲ ਹੈ, ਸੱਚੀ ਗੱਲ ਹੈ, ਮੇਰਾ ਪੈਰ ਧਰਤੀ 'ਤੇ ਪੈਰ ਲੱਗਦਾ ਹੀ ਨਹੀਂ ਹੈ। ਉੱਤੇ ਉੱਤੇ ਫਿਰਦੇ ਹਾਂ, ਇਹੀ ਸਿਹਤ ਦਾ ਰਾਜ ਹੈ। ਬਹੁਤ ਵਧੀਆ ਗੱਲ ਹੈ ਸਦੀਕ ਸਾਹਿਬ, ਬਹੁਤ ਬਹੁਤ ਧੰਨਵਾਦ, ਬਹੁਤ ਸੋਹਣੀ ਰਹੀ ਮੁਲਾਕਾਤ। ਅਸੀਂ ਚਾਹੁੰਦੇ ਸੀ ਅਜਿਹੀਆਂ ਗੱਲਾਂ ਸੁਣਨੀਆਂ, ਕਿਉਂਕਿ ਤੁਹਾਡਾ ਤਜਰਬਾ ਬਹੁਤ ਹੈ, ਤੁਸੀਂ ਬਹੁਤ ਕੁਝ ਵੇਖਿਆ, ਬਹੁਤ ਕੁਝ ਹੰਢਾਇਆ, ਅਸੀਂ ਤਾਂ ਸਿਰਫ ਸੁਣਿਆ ਹੀ ਆ, ਤੁਸੀਂ ਪਿੰਡੇ 'ਤੇ ਹੰਢਾਇਆ, ਸੋ ਇਸ ਕਰਕੇ ਤੁਹਾਡਾ ਇੰਨਾ ਸਮਾਂ ਦੇਣ ਲਈ, ਕਿਉਂਕਿ ਤੁਹਾਡਾ ਸਮਾਂ ਕੀਮਤੀ ਹੈ, ਇੰਨਾ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਿੱਧੂ ਸਾਹਿਬ, ਮੈਂ ਲੋਕ ਆਵਾਜ਼ ਸੁਣਨ ਵਾਲਿਆਂ ਨੂੰ ਔਰ ਦੇਖਣ ਵਾਲਿਆਂ ਨੂੰ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰੂੰਗਾ, ਉਹ ਬੇਨਤੀ ਇਹ ਹੈ, ਕਲਾਕਾਰਾਂ ਨੂੰ ਰਜਮਾ ਪਿਆਰ ਦਿਓ। ਇਹ ਲੋਕ ਹਮੇਸ਼ਾ ਸਵੇਰੇ ਉੱਠ ਕੇ ਇਹ ਸੁੱਖ ਔਰ ਸ਼ਾਂਤੀ ਚਾਹੁੰਦੇ ਹੁੰਦੇ ਨੇ, ਜੇ ਸੁੱਖ ਸ਼ਾਂਤੀ ਹੁੰਦੀ ਆ ਤਾਂ ਇਹਨਾਂ ਦਾ ਕੰਮ ਚੱਲਦਾ, ਇਹਨਾਂ ਦੇ ਬੱਚੇ ਪੜ੍ਹਦੇ ਨੇ, ਹੈ ਜੀ। ਜੇ ਦੁਨੀਆਂ 'ਚ ਸੁੱਖ ਸ਼ਾਂਤੀ ਹੈ, ਮੁਲਕ 'ਚ ਸੁੱਖ ਸ਼ਾਂਤੀ ਹੈ, ਤਾਂ ਇੱਥੇ ਤਰੱਕੀ ਹੋਊਗੀ, ਉਹ ਤਰੱਕੀ ਦੇ ਵਿੱਚ ਸਾਡੇ ਬੱਚਿਆਂ ਦਾ ਵੀ ਭਵਿੱਖ ਨਾਲ ਜੁੜਿਆ ਹੋਇਆ। ਇਸ ਕਰਕੇ ਮੈਂ ਸੁਣਨ ਵਾਲਿਆਂ ਨੂੰ ਔਰ ਦੇਖਣ ਵਾਲਿਆਂ ਨੂੰ ਬੇਨਤੀ ਜਿਹੜੀ ਕੀਤੀ ਹੈ ਉਹ ਇਹ ਹੈ, ਮੈਂ ਧੰਨਵਾਦ ਕਰਦਾ ਆਪ ਜੀ ਦਾ ਔਰ ਲੋਕ ਆਵਾਜ਼ ਦਾ ਚੈਨਲ ਦਾ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮੇਰੇ ਵਰਗੇ ਬੋਲ ਜਿਹੜੇ ਮੈਂ ਬੋਲੇ ਨੇ ਉਹਨਾਂ 'ਚ ਕੋਈ ਗਲਤ ਲੱਗਿਆ ਹੋਵੇ ਜਾਂ ਬੁਰਾ ਲੱਗਿਆ ਹੋਵੇ, ਉਹਦੇ ਵਾਸਤੇ ਮਾਫੀ ਚਾਹੁੰਦਾ। ਸਤਿ ਸ਼੍ਰੀ ਅਕਾਲ।